ਅਸੀਂ ਦੇਸੀ ਆ ਬਾਈ ਜੀ ਪੂਰੇ ਮੋੜੀਆਂ ਬਾਈ ਜੀ ਅਸੀਂ ਦੇਸੀ ਆ ਬਾਈ ਜੀ ਪੂਰੇ ਮੋੜੀਆਂ ਜੋ ਵੀ ਆ ਚੰਗੇ ਪਾਉਂਦੇ ਜੋ ਪੰਗੇ ਜੋ ਵੀ ਆ ਚੰਗੇ ਸਾਡਾ ਰੱਬ ਜੀ ਨਾ ਕੋਈ ਵਿਗਲਾ ਨਹੀਂ ਕਮਾਲ ਦੇ ਮੈਨੂੰ ਆਪਣੇ ਮਾਸੜ ਦੇ ਘਰੇ ਕਿਰਾਏ 'ਤੇ ਰੱਖਿਆ ਯਾਰ, ਕਿੰਨਾ ਕੁ ਚਿਰ ਕਿਰਾਇਆ ਦਿੰਦਾ ਰਹੂੰਗਾ? ਮੇਰਾ ਕਿਰਾਇਆ ਹੀ ਮਾਫ਼ ਕਰਾ ਦੇ ਯਾਰ। ਕੋਈ ਗੱਲ ਨਹੀਂ, ਕਰ ਲੈਣਾ ਮੈਂ ਮਾਸੜ ਜੀ ਨਾਲ ਗੱਲ। ਤੂੰ ਕਿਰਾਏ ਮਾਫ਼ ਦੀ ਗੱਲ ਨਹੀਂ ਕਰਨੀ, ਹਾਂ ਤੇਰੇ ਮਾਸੜ ਦੀਆਂ ਕੁੜੀਆਂ ਦੀ ਮੇਰੇ ਨਾਲ ਰਿਸ਼ਤੇ ਦੀ ਗੱਲ ਕਰਨੀ ਹੈ। ਕਿਰਾਇਆ ਤਾਂ ਆਪਣੇ ਆਪ ਮਾਫ਼ ਹੋ ਜੂ। ਲੈ, ਉਹਨਾਂ ਦੇ ਰਿਸ਼ਤੇ ਦੀ ਗੱਲ ਤਾਂ ਪਹਿਲਾਂ ਹੀ ਕਿਤੇ ਹੋਰ ਚੱਲੀ ਜਾਂਦੀ ਹੈ, ਦੋਹਾਂ ਦੀ। ਨਾ ਨਾ, ਇੱਕ ਦੀ ਬਸ। ਫਿਰ ਉਹਨਾਂ ਨੂੰ ਜਿਹੜੀ ਪਸੰਦ ਆ ਗਈ ਆ ਗਈ, ਦੂਜੀ ਬਸ ਮੇਰੀ ਝੋਲੀ ਵਿੱਚ ਪਾ ਦਿਓ। ਹਾਂ ਚੱਲ ਫਿਰ ਐਂ ਕਰਦੇ ਹਾਂ। ਕਿਵੇਂ? ਅਸੀਂ ਤੇ ਨਾ ਵਿਆਹ ਦਾਂਗੇ, ਝੋਲੀ ਤੂੰ ਆਪੇ ਪਾਲੀ। ਸਾਲੇ, ਤੈਨੂੰ ਆਪਣੀ ਮਾਸੀ ਦੀਆਂ ਧੀਆਂ ਲਈ ਆਹੀ ਰਿਸ਼ਤਾ ਲੱਭਿਆ ਸੀ। ਮਾਸੜ ਜੀ, ਮਾਸੜ ਜੀ, ਮਾਸੜ। ਉਹ ਬਾਂਟੀ ਜੀ, ਕਮੀ ਤਾਂ ਦੱਸ ਦਿੰਦੇ ਜੀ ਕੀ ਆ। ਤੂੰ ਪਹਿਲਾਂ ਮੈਨੂੰ ਵਾਧਾ ਦੱਸ ਉਹਦੇ ਚ ਕੀ ਆ। ਸੁਣੋ, ਚਾਪੜ ਵਰਗਾ ਮੂੰਹ, ਗੋਲ ਢਿੱਡ, ਵਧੀਆ ਸੋਹਣਾ ਛੋਟਾ ਕੱਦ, ਤੁਹਾਡੀਆਂ ਕੁੜੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਿਆ ਜਾਂਦਾ, ਸੋਹਣਾ ਲੱਗੂ? ਸੋਹਣਾ ਨਹੀਂ ਲੱਗੂ, ਬਲਕਿ ਇੰਜ ਲੱਗੂ ਜਿਵੇਂ ਮੈਂ ਸ਼ਾਹੂਕਾਰ ਦਾ ਕਰਜ਼ਾ ਨਹੀਂ ਮੋੜ ਸਕਿਆ ਤੇ ਰਿਕਵਰੀ ਚੋਂ ਮੇਰੀ ਧੀ ਲੈ ਗਿਆ। ਤੂੰ ਮੋਢਾ ਜੋੜਨ ਦੀ ਗੱਲ ਕਰਦਾ, ਇਹੋ ਜਿਹਾ ਮਲੰਗ ਨੂੰ ਤਾਂ ਆਪਣੀ ਕੋਈ ਮਰੀ ਪਈ ਕੁੜੀ ਦੀ ਅਰਥੀ ਨੂੰ ਨਾ ਮੋਢਾ ਦੇਣ ਦੇਵੇ। ਨਾ, ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਵੀ ਬਬਲੀ ਸਿਧਰਾ ਉਦੋਂ ਤਾਂ ਆਪਣੀ ਸਾਲੀ ਮੂਹਰੇ ਨੰਬਰ ਬਣਾਉਣ ਨੂੰ ਉਹਦੇ ਮੁੰਡੇ ਨੂੰ ਇੰਡੀਆ ਤੋਂ ਇੱਥੇ ਲਾਏ। ਸਤਵੰਤ ਕੌਰ ਜੀ, ਸਾਲੀ ਦੇ ਨਾਂ ਨੂੰ ਤਾਂ ਰਿੱਛ ਵੀ ਚਾਂਬਲ ਜਾਂਦਾ, ਮੈਂ ਤਾਂ ਫੇਰ ਬੰਦਾ। ਨਾ ਤੇਰੇ ਕਹਿਣ ਤੇ ਮੈਂ ਬੰਟੀ ਨੂੰ ਛੱਤ ਤੇ ਕੀ ਬਿਠਾ ਲਿਆ, ਉਹ ਸਿੱਧਾ ਛਾਤੀ ਤੇ ਬੈਠਣ ਨੂੰ ਤਿਆਰ ਹੋ ਗਿਆ। ਮੰਨਿਆ ਮੈਂ ਪਹਿਲਾਂ ਕਬਾੜ ਦਾ ਕੰਮ ਕਰਦਾ ਸੀ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਜੁਆਈ ਵੀ ਕਬਾੜ ਹੀ ਲੱਭੂਗਾ। ਬਲਵੰਤ ਸਿੰਘ ਸਿੱਧੂ, ਆਪਣੀਆਂ ਕੁੜੀਆਂ ਲਈ ਇਹੋ ਜਿਹੇ ਮੁੰਡੇ ਲੱਭੂ, ਇਹੋ ਜਿਹੇ ਮੁੰਡੇ ਲੱਭੂ ਕਿ ਦੁਨੀਆ ਸੜ ਸੜ ਮਰੂ। ਲਾ ਫੋਨ ਆਪਣੀਆਂ ਲਾਡਲੀਆਂ ਨੂੰ ਕਿ ਪੇਪਰ ਤਾਂ ਕਦੋਂ ਦੇ ਮੋਗੇ, ਹੁਣ ਕਿਹੜੀ ਰਿਵੈਲੂਏਸ਼ਨ ਕਰਾਉਣ ਲਈ ਇੰਡੀਆ ਰੁਕੀਆਂ ਹੋਈਆਂ। ਨੈਣਾ ਬਾਬਰੇ, ਨੈਣਾ ਬਾਬਰੇ, ਨੈਣਾ ਬਾਬਰੇ, ਨੈਣਾ, ਨੈਣਾ ਬਾਬਰੇ, ਨੈਣਾ ਬਾਬਰੇ, ਨੈਣਾ ਬਾਬਰੇ, ਨੈਣਾ ਬਾਬਰੇ, ਨੈਣਾ ਬਾਬਰੇ, ਨੈਣਾ ਬਾਬਰੇ, ਨੈਣਾ, ਨੈਣਾ ਬਾਬਰੇ, ਨੈਣਾ ਬਾਬਰੇ, ਨੈਣਾ ਬਾਬਰੇ, ਨੈਣਾ। ਲੜੇ ਤੇਰੇ ਨਾ ਬਿਨਾਂ ਪੁੱਛੇ,
ਰਹਿੰਦੇ ਮੇਰੇ ਨਾ ਤਾਂ ਯੂੰ ਰੁੱਸੇ ਲੜੇ ਤੇਰੇ ਨਾ ਬਿਨਾਂ ਪੁੱਛੇ ਰਹਿੰਦੇ ਮੇਰੇ ਨਾ ਤਾਂ ਯੂੰ ਰੁੱਸੇ ਤੇਰੇ ਬਿਨਾਂ ਆਵੇ ਨਾ ਕਿਤੇ ਚੈਣਾ ਨੈਣਾ ਬਾਵਰੇ ਨੈਣਾ ਬਾਵਰੇ ਨੈਣਾ ਬਾਵਰੇ ਨੈਣਾ ਨੈਣਾ ਬਾਵਰੇ ਨੈਣਾ ਬਾਵਰੇ ਨੈਣਾ ਬਾਵਰੇ ਸੁਣਿਆ ਹੁੰਦੇ ਪਿਆਰ ਦੇ ਨੇ ਬੇਸਮਝੇ ਜਦੋਂ ਨਾ ਸਮਝੀ ਵਿੱਚ ਦਿਲ ਹਾਰਦੇ ਨੇ ਜਿਹਦੇ ਤੋਂ ਬਹਿੰਦੇ ਉਹਦਾ ਕਦੋਂ ਵਿਛੋੜਾ ਸਹਿੰਦੇ ਫਿਰ ਚਾਹੁੰਦੇ ਉਹਦੇ ਸਾਹਮਣੇ ਨੈਣਾ ਬਾਵਰੇ ਨੈਣਾ ਬਾਵਰੇ ਨੈਣਾ ਬਾਵਰੇ ਨੈਣਾ ਨੈਣਾ ਬਾਵਰੇ ਨੈਣਾ ਬਾਵਰੇ ਨੈਣਾ ਬਾਵਰੇ ਨੈ ਕੇ ਖਾਸ ਦਿਆ ਪੁੱਛਣ ਹੇਲਾ ਜਾਂਦੇ ਬਿਨ ਬੋਲੇ ਹਰਫ ਇਸ਼ਕ ਦੇ ਸਭ ਸਮਝਾ ਜਾਂਦੇ ਬਣ ਕੇ ਖਾਸ ਦਿਆ ਪੁੱਛਣ ਹੇਲਾ ਜਾਂਦੇ ਬਿਨ ਬੋਲੇ ਹਰਫ ਇਸ਼ਕ ਦੇ ਸਭ ਸਮਝਾ ਜਾਂਦੇ ਤੇਰੇ ਦਾਰ ਬਿਠਾਏ ਦਿਲ ਦੇ ਜਦ ਚੀਰ ਕੇ ਪਰਦੇ ਮਿਲਦੇ ਮਿਲਦੇ ਨਹੀਂ ਫਿਰ ਨੈਣਾ ਬਾਵਰੇ ਨੈ ਬਾਹਰ ਵੀ ਆ ਜਾ ਤੂੰ ਜਦੋਂ ਦੀ ਵਿਕਰਮ ਨੂੰ ਮਿਲੀ ਹੈ ਨਾ ਤੂੰ ਚੱਲੀ ਹੋਈ ਫਿਰਦੀ ਹੈ ਉਹ ਹੈ ਇੰਨਾ ਪਿਆਰਾ ਤੂੰ ਮੈਨੂੰ ਉਹਦੇ ਸੁਪਨਿਆਂ 'ਚ ਹੀ ਰਹਿਣ ਦੇ ਠੀਕ ਹੈ ਫਿਰ ਅਸੀਂ ਵਿਆਹ ਵੀ ਸੁਪਨਿਆਂ 'ਚ ਹੀ ਕਰਾ ਲਾਂਗੇ ਵਿਆਹ ਤਾਂ ਆਪਾਂ ਸੱਚੀ ਮੁੱਚੀ ਵਾਲਾ ਕਰਾਵਾਂਗੇ ਤੇਰੇ ਵਾਲੇ ਨੂੰ ਸੁਣਦਾ ਨਹੀਂ ਮੇਰੇ ਵਾਲਾ ਬੋਲਦਾ ਨਹੀਂ ਤੈਨੂੰ ਲੱਗਦਾ ਆਪਣੇ ਮੋਮ ਡੈਡ ਇੱਦਾਂ ਦੇ ਮੁੰਡਿਆਂ ਲਈ ਮੰਨ ਜਾਣਗੇ ਮੰਨ ਜਾਣਗੇ ਵਿਕਰਮ ਤੇ ਰੋਕੀ ਇੱਕ ਵਾਰੀ ਮੋਮ ਡੈਡ ਨੂੰ ਮਿਲ ਲੈਣ ਜਿੱਦਾਂ ਉਹਨਾਂ ਨੇ ਆਪਣਾ ਦਿਲ ਜਿੱਤ ਲਿਆ ਉਹਦੇ ਮਾਮ ਡੈਡ ਵੀ ਜਿੱਤ ਲੈਣਗੇ ਪਰ ਉਦੋਂ ਤੱਕ ਆਪਾਂ ਇਹ ਡਿਸੇਬਿਲਿਟੀ ਵਾਲੀ ਗੱਲ ਲੁਕੋ ਕੇ ਰੱਖਣੀ ਆ ਜੈਸਿਕਾ ਮਾਮ ਦਾ ਫੋਨ ਹੈ ਹੈਲੋ ਹੈਲੋ ਬੇਟਾ ਆਈ ਲਵ ਯੂ ਮਮਾ ਆਈ ਲਵ ਯੂ ਟੂ ਬੇਟਾ ਕੀ ਗੱਲ ਬੜੀ ਖੁਸ਼ ਲੱਗਦੀ ਹੈ ਬਸ ਗੱਲ ਹੀ ਖੁਸ਼ੀ ਦੀ ਹੈ ਮੈਨੂੰ ਵੀ ਦੱਸ ਦੋ ਕੀ ਗੱਲ ਹੈ ਮੈਂ ਵੀ ਖੁਸ਼ ਹੋ ਲਾਂ ਨਹੀਂ ਪਹਿਲਾਂ ਤੁਸੀਂ ਦੱਸੋ ਤੁਸੀਂ ਕਿਵੇਂ ਯਾਦ ਕੀਤਾ ਬੇਟਾ ਤੁਹਾਡੇ ਪੇਪਰ ਖਤਮ ਹੋਏ 10 ਦਿਨ ਹੋ ਗਏ ਤੁਸੀਂ ਮਲੇਸ਼ੀਆ ਵਾਪਸ ਆਉਣਾ ਕਿ ਨਹੀਂ ਆਉਣਾ ਤੁਹਾਨੂੰ 2 ਦਿਨ ਬਾਅਦ ਮੁੰਡੇ ਵਾਲਿਆਂ ਨੇ ਦੇਖਣ ਆਉਣਾ ਬੋਲ ਕੁਛ ਐਕਚੁਅਲੀ ਮਮਾ ਜੈਸਿਕਾ ਨੇ ਤੁਹਾਡੀ ਨਾ ਫਿਕਰ ਮੁਕਾਤੀ ਨਹੀਂ ਮਮਾ ਮੈਂ ਨਹੀਂ ਸੋਨੀਆ ਵੀ ਕੀ ਮਤਲਬ ਮਤਲਬ ਅਸੀਂ ਦੋਵਾਂ ਨੇ ਆਪਣੇ ਲਈ ਮੁੰਡੇ ਲੱਭ ਲਏ ਨੇ ਜੈ ਜੀ ਤੁਸੀਂ ਆਪ ਕਮਲੀਆਂ ਰਮਲੀਆਂ ਹੋ ਜੇ ਮੁੰਡੇ ਦੇਖ ਲਏ ਹੋਣੇ ਨੇ ਨਹੀਂ ਨਹੀਂ ਮਮਾ ਮੇਰੇ ਵਾਲਾ ਨਾ ਉਹ ਵਿਕਰਮ
ਮਮਾ ਬਹੁਤ ਹੀ ਜ਼ਿਆਦਾ ਚੰਗਾ ਹੈ, ਮੇਰੀ ਚੰਗੀ ਮਾੜੀ ਹਰ ਇੱਕ ਗੱਲ ਸੁਣਦਾ ਹੈ, ਕਦੇ ਮਾਈ ਨਹੀਂ ਕਰਦਾ। ਮਮਾ ਮੇਰੇ ਵਾਲਾ ਵੀ ਬਹੁਤ ਡਾਊਨ ਟੂ ਅਰਥ ਹੈ, ਉਹ ਹਰ ਗੱਲ ਮੇਰੀ ਚੁੱਪ ਚਾਪ ਸੁਣਦਾ ਹੈ, ਮਜਾਲ ਹੈ ਅੱਗੋਂ ਕੁਝ ਵੀ ਬੋਲ ਜੇ। ਬੇਟਾ ਮੁੰਡੇ ਤਾਂ ਸੁਣਨ ਚ ਬਹੁਤ ਵਧੀਆ ਲੱਗਦੇ ਨੇ। ਤੁਸੀਂ ਵਾਪਸ ਆ ਜਾਓ, ਫਿਰ ਮੈਂ ਤੁਹਾਡੇ ਡੈਡੀ ਨਾਲ ਵੀ ਗੱਲ ਕਰਦੀ ਹਾਂ। ਓਕੇ ਓਕੇ। ਸੋਨੀਆ, ਜੈਸਿਕਾ, ਸਤਿ ਸ਼੍ਰੀ ਅਕਾਲ। ਪਹੁੰਚ ਗਿਆ। ਮਮਾ ਕਿੱਥੇ ਆ? ਮਮੇ ਮੇਰੀਆਂ ਬੱਚੀਆਂ। ਇੱਕ ਤਾਂ ਬੱਚੀਆਂ ਕਹਿ ਕਹਿ ਕੇ ਸਿਰ ਤੇ ਚੜਾਇਆ ਹੋਇਆ, ਨਾ ਪੇਪਰ ਤੁਹਾਡੇ ਕਦੋਂ ਦੇ ਮੋਗੇ ਸੀ, ਬਾਅਦ ਚੈੱਕ ਵੀ ਆਪ ਕਰਨ ਲੱਗ ਪਿਆ ਸੀ। ਡੈਡੀ ਸਾਨੂੰ ਤੇ ਕੋਈ ਜ਼ਰੂਰੀ ਕੰਮ ਪੈ ਗਿਆ ਸੀਗਾ। ਨਾ ਜ਼ਰੂਰੀ ਕੰਮ ਨੂੰ ਉੱਥੇ ਇੰਜਨ ਖੋਲ ਕੇ ਬਹਿ ਗਿਆ ਸੀ, ਜਿਹੜਾ ਇੰਨਾ ਟਾਈਮ ਲੱਗ ਗਿਆ। ਤੁਸੀਂ ਨਾ ਆਉਂਦਿਆਂ ਦੇ ਮਗਰ ਪੈ ਗਏ, ਇਹਨਾਂ ਨੂੰ ਕੁਝ ਖਾ ਪੀ ਤਾਂ ਲੈਣ ਦਿਓ। ਝਟਕਾ ਖਾ ਤਾਂ ਲਈਆਂ, ਹੋਰ ਕੀ ਖਿਲਾਵਾਂ? ਪਰੌਂਠੇ? ਹਾਂ ਤੁਸੀਂ ਨਾ ਫਰੈਸ਼ਨ ਅਪ ਹੋ, ਮੈਂ ਤੁਹਾਡੇ ਲਈ ਨਾਸ਼ਤਾ ਬਣਾਉਂਦੀ ਹਾਂ। ਠੀਕ ਹੈ? ਠੀਕ ਹੈ। ਬਸ ਦੋ ਇਹ ਕੰਮ ਆਉਂਦੇ ਆ, ਜਾਂ ਨਾਸ਼ਤਾ ਬਣਾਉਣਾ ਜਾਂ ਸਿੱਧੂ ਨੂੰ ਬੁੱਧੂ ਬਣਾਉਣਾ। ਸੌਰੀ ਸੌਰੀ ਭੈਣ ਜੀ, ਸੌਰੀ। ਭੈਣ ਜੀ ਨਹੀਂ, ਖੰਭਾ ਆ। ਸ਼ਾਬਾਸ਼ ਮਲੇਸ਼ੀਆ ਗੌਰਮੈਂਟ ਦੇ, ਥਾਂ ਥਾਂ ਤੇ ਖੰਭੇ ਲਵਾ ਰੱਖੇ ਨੇ। ਭੈਣ ਜੀ ਗਲਤ ਨਾ ਸਮਝੋ, ਮੈਂ ਤਾਂ ਆਪਦੇ ਰਿਸ਼ਤੇ ਲਈ ਚੱਲਿਆ ਸੀ, ਕੁੜੀ ਦੇ ਭਰਾ ਨੂੰ ਪਤਾ ਨਾ ਲੱਗੇ ਵੀ ਮੈਂ ਇੰਨਾ, ਇਸ ਕਰਕੇ ਛੋਟੀ ਵੀ ਘਰੇ ਛੱਡਿਆ, ਨਹੀਂ ਤਾਂ ਮੇਰੀ ਕੀ ਮਜਾਲ, ਮੈਂ ਲੋਕਾਂ 'ਚ ਵੱਜਦਾ ਫਿਰਾਂ। ਭੈਣ ਜੀ ਜੇ ਹਜੇ ਵੀ ਨਾਰਾਜ਼ ਹੋ ਤਾਂ ਤੁਹਾਡੀ ਮਰਜ਼ੀ, ਮੈਂ ਕੀ ਕਰ ਸਕਦਾ। ਮੈਂ ਤਾਂ ਤੁਹਾਨੂੰ ਦੂਰੋਂ ਹੀ ਦੇਖ ਲਿਆ ਸੀਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਟਿੰਕੂ ਬੈਠ ਜਾ। ਟਿੰਕੂ ਰਿਲੈਕਸ ਹੋ ਕੇ ਬੈਠੋ। ਥੈਂਕ ਯੂ। ਮੈਨੂੰ ਕਾਜਲ ਕਹਿ ਰਹੀ ਸੀ ਵੀ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ। ਹਾਂਜੀ ਹਾਂਜੀ, ਮੈਂ ਕਿਹਾ ਵੀ ਤੁਸੀਂ ਤਾਂ ਇੱਕ ਦੂਜੇ ਨੂੰ ਮਿਲਦੇ ਹੀ ਰਹਿੰਦੇ ਹੋ, ਕਿਉਂ ਨਾ ਮੁੰਡੇ ਨੂੰ ਇੱਕ ਵਾਰੀ ਮੈਂ ਵੀ ਦੇਖ ਲਾਂ। ਵੈਸੇ ਆਪਣਾ ਕੰਮ ਕੀ ਹੈ? ਆਪਣਾ ਤੁਹਾਡਾ ਤਾਂ ਮੈਨੂੰ ਪਤਾ ਨਹੀਂ, ਮੈਂ ਪੰਜਾਬੀ ਗਾਣੇ ਦਾ ਵੀਡੀਓ ਡਾਇਰੈਕਟਰ ਹਾਂ ਜੀ। ਓ ਵੈਰੀ ਗੁੱਡ, ਕੰਮ ਤਾਂ ਬਹੁਤ ਵਧੀਆ ਬਈ। ਮੈਨੂੰ ਇਹ ਦੱਸੋ ਤੁਸੀਂ ਕਾਜਲ ਨੂੰ ਪਹਿਲੀ ਵਾਰ ਕਿੱਥੇ ਦੇਖਿਆ ਸੀ? ਪਹਿਲੀ ਵਾਰੀ ਤਾਂ ਅੱਜ ਤਾਂ ਹੀ ਨਹੀਂ ਦੇਖਿਆ। ਮੇਰਾ ਮਤਲਬ ਹੈ ਮੈਂ ਗਾਣਾ ਸ਼ੂਟ ਕਰ ਰਿਹਾ ਸੀ, ਕਾਜਲ ਉੱਥੇ ਆਈ ਸੀ, ਉਦੋਂ ਤੋਂ ਕਾਜਲ ਮੇਰੇ ਮਨ 'ਚ ਵਸ ਗਈ। ਵੈਸੇ ਕਾਜਲ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਵੀ ਮੈਂ ਅਨਾਥ ਹਾਂ। ਨਹੀਂ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਤਾਂ ਬਸ ਮੁੰਡਾ ਇਹੋ ਜਿਹਾ ਚਾਹੀਦਾ ਸੀ ਜਿਹੜਾ ਮੇਰੀ ਕਾਜਲ ਦੀ ਚੰਗੀ ਤਰ੍ਹਾਂ ਦੇਖ ਰੇਖ ਕਰ ਸਕੇ। ਤੁਸੀਂ ਬਾਰ ਬਾਰ ਦੇਖ ਦੇਖ ਕਿਉਂ ਬੋਲ ਰਹੇ ਹੋ? ਮੈਨੂੰ ਕੁਛ ਚੰਗਾ ਨਹੀਂ ਲੱਗ ਰਿਹਾ। ਕਿਉਂ? ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ। ਦੇਖ ਵੀ ਕਾਜਲ, ਮੁੰਡਾ ਮੈਨੂੰ ਪਸੰਦ ਹੈ। ਭਾਅ ਜੀ ਤੁਸੀਂ ਸੋਮਵਾਰ ਨੂੰ ਘਰ ਆਇਓ, ਆਪਾਂ ਪੰਡਤ ਨੂੰ ਬੁਲਾ ਕੇ ਤਰੀਕ ਵੀ ਪੱਕੀ ਕਰ ਲਾਂਗੇ, ਅੱਗੇ ਕੀ ਕਰਨਾ ਇਹ ਵੀ ਦੇਖ ਲਾਂਗੇ। ਤੁਸੀਂ ਫੇਰ ਦੇਖ ਦੇਖ ਬੋਲ ਰਹੇ ਹੋ? ਸੌਰੀ ਕਾਜਲ, ਭਾਅ ਜੀ ਕੋਈ ਜ਼ਿਆਦਾ ਗਰਮ ਸਬਾਨ ਜੀ ਕੀ? ਫਿਰ ਨਹੀਂ ਨਹੀਂ ਵੀਰੇ, ਇਹਨਾਂ ਨੂੰ ਮਜ਼ਾਕ ਕਰਨ ਦੀ ਬਹੁਤ ਆਦਤ ਹੈ। ਇਹਨਾਂ ਨੂੰ ਦੱਸਤਾ ਕੱਲ ਨੂੰ ਮੁੰਡੇ ਵਾਲੇ ਦੇਖਣ ਆ ਰਿਹਾ ਜੀ। ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜ਼ਰੂਰੀ। ਇਹਨਾਂ ਦੋਹਾਂ ਨੇ ਨਾ ਆਪਣੇ ਲਈ ਮੁੰਡੇ ਦੇਖੇ ਹੋਏ ਨੇ। ਮਸੜ ਜੀ ਤਾਂ ਹੇਟ ਮੈਰਿਜ ਹੋ ਗਈ। ਸਾਲਿਆ ਲਵ ਮੈਰਿਜ ਹੁੰਦੀ ਆ, ਇੱਕ ਤਾਂ ਪਤਾ ਨਹੀਂ ਕਿਹੜੇ ਪੜੂ ਤੋਂ ਅੰਗਰੇਜ਼ੀ ਸਿੱਖਦਾ ਰਹਿੰਦਾ। ਨਾ ਤੁਹਾਡੀ ਜ਼ਰੂਰਤ ਕਿਵੇਂ ਹੋਈ? ਅੱਜ ਤੱਕ ਸਾਡੇ ਖਾਨਦਾਨ 'ਚ ਕਿਸੇ ਨੇ ਲਵ ਮੈਰਿਜ ਕੀਤੀ ਆ? ਇੱਥੇ ਤੱਕ ਮੈਂ ਮੈਰਿਜ ਤੋਂ ਬਾਅਦ ਵੀ ਤੁਹਾਡੀ ਮਾਂ ਨਾਲ ਕਦੇ ਲਵ ਨਹੀਂ ਕੀਤਾ, ਬਸ ਊਂ ਹੀ ਸਾਰੀ ਜਾਂਦਾ ਜੀ। ਗੁੱਸੇ ਕਾਹਤੇ ਹੁੰਦੇ ਹੋ? ਮੁੰਡੇ ਬਹੁਤ ਵਧੀਆ ਨੇ, ਤੁਸੀਂ ਇੱਕ ਵਾਰੀ ਮੇਰੇ ਕਹੇ 'ਤੇ ਮਿਲੋ ਉਹਨਾਂ ਨੂੰ। ਖਾਨਦਾਨ ਕੀ ਆ ਮੁੰਡਿਆਂ ਦਾ? ਅਨਾਥ ਨੇ। ਕੀ ਕਿਹਾ? ਅਨਾਥ ਨੇ? ਮੇਰਾ ਪਿਓ ਸੜਕਾਂ 'ਤੇ ਛਾਣ ਬੂਰੇ ਦਾ ਕੰਮ ਕਰਦਾ ਸੀ, ਫਿਰ ਵੀ ਉਹਨੇ ਮੇਰੇ ਲਈ ਖਾਨਦਾਨੀ ਕੁੜੀ ਲੱਭੀ। ਕੋਈ ਮੇਰੇ 'ਚ ਕਮੀਆਂ ਜਾਂ ਤੁਹਾਡੇ 'ਚ ਕਮੀਆਂ ਜਿਹੜਾ ਮੈਂ ਆਪਣੀ ਕੁੜੀਆਂ ਲਈ ਅਨਾਥ ਲੱਭੂੰਗਾ? ਜੀ ਗੱਲ ਤਾਂ ਕੀ ਗੱਲ ਸੁਣਾ ਮੈਂ ਤੇਰੀ, ਸਭ ਤੇਰੀਆਂ 'ਚ ਬਣਾਈਆਂ ਹੋਈਆਂ ਨੇ। ਆਖਿਆ ਜੀ ਮੇਰੀਆਂ ਧੀਆਂ ਆਨਲਾਈਨ ਟਿਕਟਾਂ ਬੁੱਕ ਕਰਨੀਆਂ ਸਿੱਖ ਗਈਆਂ, ਕਦੇ ਮੈਨੂੰ ਇਹ ਵੀ ਦੱਸਿਆ ਕਿ ਮੇਰੀਆਂ ਧੀਆਂ ਫੁਲਕੇ ਲਾਉਣੇ ਵੀ ਸਿੱਖ ਗਈਆਂ। ਇੱਕ ਤਾਂ ਵਰਦੀ ਇੱਦਾਂ ਦੀ ਪਾ ਲੈਂਦੀਆਂ ਨੇ ਜਿਵੇਂ ਵਰਕਸ਼ਾਪ ਦੇ ਵਿੱਚ ਫੋਰਮੈਨ ਲੱਗੀਆਂ ਹੁੰਦੀਆਂ। ਪਟਿਆਲੇ ਤੋਂ ਨਾ ਅਸੀਂ ਡੈਡੀ ਲਈ ਬੇਸਣ ਦੇ ਲੱਡੂ ਲੈ ਕੇ ਆਈਆਂ ਸੀ, ਜੇ ਨਾਲ ਥੋੜਾ ਮੋਟਾ ਠੀਕ ਹੋ ਜਾਵੇ ਨਾ ਖਵਾ ਲਿਓ। ਸ਼ਾਬਾਸ਼ੇ, ਪਿਓ ਨੂੰ ਬੇਸਣ ਦੀ ਰਿਸ਼ਵਤ ਦੇ ਕੇ ਆਪ ਹਲਦੀ ਲਵਾਉਣ ਨੂੰ ਫਿਰਦੀਆਂ। ਹਾਂਜੀ ਸਿੱਧੂ ਸਾਹਿਬ, ਅੱਜ ਬੜੀਆਂ ਹਲਦੀ ਬੇਸਣ ਦੀਆਂ ਗੱਲਾਂ ਚੱਲ ਰਹੀਆਂ। ਦੇਸੀ ਫੇਸ਼ੀਅਲ ਕਰਾਉਣਾ ਸੀ, ਜੇ ਤੂੰ ਆਪਣੇ ਖਤਰੇ ਦੇ ਨਿਸ਼ਾਨ ਵਰਗਾ ਮੂੰਹ ਠੀਕ ਕਰਾਉਣਾ ਤਾਂ ਦੱਸ। ਕਿਉਂ ਹਰ ਵੇਲੇ ਤੰਦੂਰ ਵਾਂਗੂ ਤਪੇ ਰਹਿੰਦੇ ਹੋ? ਘੱਟ ਤੋਂ ਘੱਟ ਬੰਦਾ ਇਹੀ ਪੁੱਛ ਲੈਂਦਾ ਵੀ ਕਿਵੇਂ ਆਇਆ।
ਝੋਟੇ ਤੇ ਆਸ਼ਕ ਨੂੰ ਜਿੰਨਾ ਮਰਜ਼ੀ ਕੁੱਟ ਲਓ, ਸਾਲੇ ਮੁੜ ਘੁੜ ਕੇ ਉਸੇ ਗਲੀ 'ਚ ਆਉਣਗੇ। ਹਾਂ ਦੱਸ। ਵਧਾਈਆਂ ਦਿਓ ਆਂਟੀ ਜੀ। ਜਿਉਂਦਾ। ਅੱਜ ਮੈਂ ਕਾਜਲ ਦਾ ਰਿਸ਼ਤਾ ਪੱਕਾ ਕਰਕੇ ਆਇਆ। ਲੈ ਵਧਾਈਆਂ ਤੈਨੂੰ ਬੰਟੀ। ਨਾਲੇ ਮੂੰਹ ਮਿੱਠਾ ਕਰ। ਥੈਂਕ ਯੂ ਜੀ। ਆਂਟੀ ਜੀ, ਹੁਣ ਕਾਜਲ ਨੇ ਤਾਂ ਆਪਣੇ ਘਰੇ ਚਲੇ ਜਾਣਾ ਜੀ, ਜੇ ਤੁਹਾਡਾ ਆਸ਼ੀਰਵਾਦ ਹੋਵੇ ਕਿਉਂ ਨਾ ਮੈਂ ਵੀ ਇੱਕ ਤੋਂ ਦੋ ਹੋ ਜਾਂ ਜੀ। ਬੇਟੇ ਤੂੰ ਇੱਕ ਤੋਂ ਦੋ ਕਿਉਂ ਹੁਣ? ਤੂੰ ਡਾਇਰੈਕਟ ਇੱਕ ਤੋਂ ਤਿੰਨ ਹੋ, ਦੋਨਾਂ ਨੂੰ ਭੈਣ ਬਣਾ। ਮੈਨੂੰ ਸਭ ਪਤਾ ਤੂੰ ਕਿੱਥੋਂ ਬੋਲਦਾ। ਪਿਛੜ, ਅੰਦਰ ਫੜਾ ਲੱਡੂ। ਲੈ ਪੁੱਤ ਮੂੰਹ ਮਿੱਠਾ ਕਰ। ਥੈਂਕ ਯੂ। ਬਹੁਤ ਬਹੁਤ ਵਧਾਈਆਂ। ਤੂੰ ਸ਼ੁਕਰ ਕਰ, ਤੇਰਾ ਇਹੋ ਜਿਹੇ ਭਰਾ ਤੋਂ ਖੜਾ ਛੁੱਟਿਆ। ਚੱਲ ਕਾਜਲ। ਓਏ ਇੱਧਰ ਕਿੱਧਰ ਮੂੰਹ ਚੱਕਿਆ, ਇੱਧਰ ਬਿਜ਼ਨਸ ਕਲਾਸ ਪੌੜੀਆਂ ਨੇ ਤੇਰੇ ਲਈ, ਇੱਧਰ ਬਣੀਆਂ ਇਕਨੋਮੀ ਕਲਾਸ ਲੋਹੇ ਦੀਆਂ ਗੋਲ ਗੋਲ, ਬਣ ਜਾ ਛੁਰਲੀ। ਸਾਲੇ ਜਿੰਨੇ ਝੱਲੇ ਮੇਰੇ ਹੀ ਪੱਲੇ। ਮਾਸੜ ਲੱਡੂ। ਜਾ ਬੱਬਲੀ, ਮਾਸੜ ਜੀ ਨੂੰ ਮਨਾ ਕੇ ਲਿਆ ਜਾ। ਸ਼ਾਬਾਸ਼। ਕੀ ਚਾਹੀਦਾ? ਸਾਲਿਆ ਗੱਲ ਨੂੰ ਬਾਹਰ ਵੀ ਕੱਢੇਗਾ ਕਿ ਚੁੰਗੀ ਜਾਏਗਾ। ਲਾਈਆ ਤੇਰੇ ਨਾਲ ਤਾਂ ਇੱਕ ਸਾਲ ਦਾ ਜਵਾਕ ਚੰਗਾ, ਜਿਹੜਾ ਮੰਮਾ ਮੰਮਾ ਕਹਿ ਕੇ ਮਾਂ ਨੂੰ ਸਮਝਾ ਤਾ ਦਿੰਦਾ ਕਿ ਮੈਨੂੰ ਦੁੱਧ ਚਾਹੀਦਾ। 25 ਸਾਲਾਂ ਦਾ ਹੋ ਗਿਆ, ਇਹ ਨਹੀਂ ਹੁਣ ਤਾਂ ਕਹਿ ਸਕਿਆ ਕਿ ਮਾਸੜ ਜੀ ਮੈਨੂੰ ਲੱਡੂ ਚਾਹੀਦਾ। ਮਾਸੜ ਜੀ, ਆਪਣੀ ਡਾਂਗ ਦੀ ਫੋਟੋ ਹੈ? ਓਏ ਸਿੱਧ ਰਿਹਾ, ਡਾਂਗ ਦੇ ਦੀ ਤਲਵਾਰ ਦੀ ਆ। ਮੇਰੇ ਭਰਾ ਤਾਂ ਡਾਂਗ ਹੀ ਆ, ਜਦੋਂ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਮੈਨੂੰ ਇਹਦੇ ਨਾਲ ਹੀ ਕੁੱਟਦੇ ਹੋ। ਡਿੱਟੋ ਉਹਦੇ ਵਰਗੀ ਤਾਂ ਹੈ। ਓਏ ਮੂਰਖਾ, ਵਰਗੀ ਨਹੀਂ ਹੈ, ਉਹੀ ਹੈ। ਕੀ ਲਿਖਿਆ? ਜੈਪੁਰ ਸ਼ਾਹੀ ਘਰਾਣੇ ਦੀਆਂ ਗਵਾਚੀਆਂ ਤੇ ਇਨਾਮ ਵਿੱਚ ਵੰਡੀਆਂ ਚੀਜ਼ਾਂ, ਇਨਾਮ ਵਿੱਚ ਵੰਡੀ ਸ਼ਾਹੀ ਹੀਰਿਆਂ ਦੀ ਤਲਵਾਰ ਦੀ ਕੀਮਤ ਅੱਜ ਅੰਤਰਰਾਸ਼ਟਰੀ ਬਾਜ਼ਾਰ 'ਚ 20 ਕਰੋੜ ਰੁਪਏ। 20 ਕਰੋੜ 20 ਕਰੋੜ 20 ਕਰੋੜ ਸਤਵੰਤ ਕੁਰੇ ਮਾਸੀ ਜੀ, ਸਤਵੰਤ ਕੁਰੇ ਮਾਸੀ ਜੀ, ਸਤਵੰਤ ਕੁਰੇ ਮਾਸੀ ਜੀ। ਤੂੰ ਸਾਲਿਆ ਕੀ ਮਾਸੀ ਮਾਸੀ ਵਾਲਾ ਭਾਣਾ ਸ਼ੁਰੂ ਕੀਤਾ? ਏ ਕੀ ਬਣ ਗਿਆ? ਹਜੇ ਕੁਝ ਬਣਿਆ ਨਹੀਂ, ਬਣਨ ਵਾਲੇ ਆ। ਕਰੋੜਪਤੀ ਸਮਝ ਲੈ, ਆਪਣੀ ਲਾਟਰੀ ਲੱਗ ਗਈ। ਉਹ ਕਿਵੇਂ? ਆਪਣੇ ਕੋਲ ਇੱਕ ਤਲਵਾਰ ਨਹੀਂ ਹੈ? ਹਾਂ, ਇਹ ਤਾਂ ਆਪਾਂ ਪੁੱਠੇ ਸਿੱਧੇ ਕੰਮ ਲੈਂਦੇ ਰਹਿੰਦੇ ਹਾਂ। ਮੈਂ ਸਮਝੀ ਨਹੀਂ ਯਾਰ, ਉਹੀ ਤਲਵਾਰ ਜਿਹਦੇ ਮੂਹਰੇ ਆਪਾਂ ਨੀਲੇ ਰੰਗ ਦੀ ਜਾਲੀ ਬੰਨ੍ਹ ਕੇ ਕਦੇ ਪੂਲ ਚੋਂ ਪੱਤੇ ਇਕੱਠੇ ਕਰ ਲਏ, ਕਦੇ ਪਪੀਤੇ ਤੋੜ ਲਏ, ਜਾਂ ਜਦੋਂ ਕਦੇ ਮੈਨੂੰ ਵੱਟ ਚੜਿਆ ਮੈਂ ਬਬਲੀ ਦਾ ਬਣਾਂਗਾ। ਦੇਖੋ ਹਾਂ, ਆਹ ਤਲਵਾਰ, ਇਹਦੇ ਬਾਰੇ ਲਿਖਿਆ ਕਿ ਇੰਟਰਨੈਸ਼ਨਲ ਮਾਰਕੀਟ ਵਿੱਚ ਇਹਦੀ ਕੀਮਤ 20 ਕਰੋੜ ਰੁਪਏ ਆ। ਅੱਜ ਤੋਂ ਆਪਾਂ 20 ਕਰੋੜਪਤੀ ਹੋ ਗਏ। ਲੈ ਦੇਖ ਲਓ ਜੀ, ਕਿੰਨੇ ਲੱਕੀ ਉਹ ਮੁੰਡੇ ਆਪਣੇ ਲਈ। ਹਾਲੇ ਉਹਨਾਂ ਦਾ ਨਾਂ ਹੀ ਆਇਆ ਆਪਣੇ ਘਰੇ, ਤੇ ਆਪਾਂ ਨੂੰ ਕਿੰਨੀ ਚੰਗੀ ਖਬਰ ਮਿਲੀ ਹੈ। ਤੁਸੀਂ ਇੱਕ ਵਾਰੀ ਇਹਨਾਂ ਬਾਰੇ ਫੇਰ ਸੋਚ ਲਓ। ਨਾ ਜੇ ਮੈਂ ਅਮੀਰ ਹੋ ਗਿਆ ਤਾਂ ਮਤਲਬ ਇਹ ਨਹੀਂ ਘਰ 'ਚ ਮੈਂ ਨਾਥ ਹਾਲਿਆ ਖੋਲੂੰਗਾ। ਨਹੀਂ, ਉਹ ਪੂਰੇ ਨਾਥ ਨਹੀਂ ਹੈਗੇ। ਅੱਛਾ, ਯੂ ਮੀਨ ਹਾਫ ਬੋਇਲਡ ਨਾਥ ਨੇ? ਨਹੀਂ, ਉਹਨਾਂ ਦਾ ਇੱਕ ਅੰਕਲ ਹੈਗਾ ਕੈਨੇਡਾ 'ਚ ਜਿਹਨੇ ਉਹਨਾਂ ਨੂੰ ਹੁਣ ਤਾਈਂ ਪਾਲਿਆ ਹੈ। ਬਹੁਤ ਵੱਡਾ ਬਿਜ਼ਨਸਮੈਨ ਹੈ ਉੱਥੇ ਦਾ। ਜੇ ਕੱਲ ਨੂੰ ਕੋਈ ਉੱਚੀ ਨੀਵੀਂ ਗੱਲ ਹੋ ਜਾਂਦੀ ਹੈ ਤਾਂ ਕੋਈ ਰਿਸਪੋਂਸੀਬਲ ਬੰਦਾ ਤਾਂ ਹੈ ਨਾ ਵਿੱਚ। ਤੁਸੀਂ ਇਹੋ ਜਿਹੇ ਮੌਕੇ ਪਲੀਜ਼ ਆਪਣੀਆਂ ਕੁੜੀਆਂ ਨੂੰ ਨਾਰਾਜ਼ ਨਾ ਕਰੋ। ਚੱਲ ਠੀਕ ਆ ਫਿਰ, ਬਲਾਲਾ ਮੁੰਡਿਆਂ ਨੂੰ ਸਣੇ ਅੰਕਲ, ਪਰ ਮੇਰੀ ਵੀ ਇੱਕ ਸ਼ਰਤ ਆ, ਮੈਂ ਵਿਆਹ ਲਈ ਹਾਂ ਤਾਂ ਕਰੂੰਗਾ ਜੇ ਮੁੰਡੇ ਮੈਨੂੰ ਜੱਚਦੇ ਹੋਣ। ਠੀਕ ਹੈ। ਓ ਬੇਟਾ, ਤੁਸੀਂ ਟੈਨਸ਼ਨ ਨਾ ਲਓ, ਮੈਂ ਤੁਹਾਨੂੰ ਪਾਲਿਆ ਪੋਸਿਆ ਤੇ ਵੱਡਾ ਕੀਤਾ, ਤੇ ਹੁਣ ਤੁਹਾਡਾ ਰਿਸ਼ਤਾ ਹੋਣ ਵੇਲੇ ਕਿੱਦਾਂ ਪਿੱਛੇ ਹਟ ਜਾਊਂ? ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਮਲੇਸ਼ੀਆ ਕਦੋਂ ਆਵਾਂ? ਸਤਿ ਸ੍ਰੀ ਅਕਾਲ ਸਿੱਧੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਟਵਾਣਾ ਤੂੰ? ਸਿੱਧੂ ਸਾਹਿਬ, ਪੂਰੇ ਮਲੇਸ਼ੀਆ 'ਚ ਖਬਰ ਫੈਲੀ ਹੋਈ ਹੈ ਬਈ ਜੈਪੁਰ ਕਰਾਰੇ ਦੀ ਸ਼ਾਹੀ ਤਲਵਾਰ ਨਾਲ ਤੁਸੀਂ ਰੋਜ਼ ਸਵੇਰੇ ਸਵਿਮਿੰਗ ਪੂਲ 'ਚੋਂ ਪੱਤੇ ਕੱਢਦੇ ਰਹਿੰਦੇ ਹੋ। ਕਿਉਂ? ਤੂੰ ਕੱਢੇ ਪੱਤੇ ਚੁੱਕ ਚੁੱਕ ਕੇ ਪੂਲ 'ਚ ਵਾਪਸ ਸਿੱਟਣੇ? ਇੱਕ ਪੁਰਾਣੀ ਕਹਾਵਤ ਹੈ, ਇੱਕ ਘੁਮਿਆਰ ਨੂੰ ਹੀਰਾ ਲੱਭ ਗਿਆ ਸੀ, ਉਹਨੇ ਉਹ ਹੀਰਾ ਚੱਕ ਕੇ ਗਧੇ ਦੇ ਗਲ 'ਚ ਪਾ ਤਾ, ਪਰ ਹੀਰੇ ਦੀ ਕਦਰ ਤਾਂ ਸਾਡੇ ਵਰਗਾ ਕਦਰਦਾਨ ਹੀ ਕਰ ਸਕਦਾ। ਸਿੱਧੂ ਨੂੰ ਬੁੱਧੂ ਬਣਾਉਣਾ ਇੰਨਾ ਸੌਖਾ ਨਹੀਂ, ਪੂਰੇ 20 ਕਰੋੜ ਦੀ ਆ ਤਲਵਾਰ। ਇੰਨੇ ਪੈਸੇ ਦੇਣ ਜੋਗੀ ਤੇਰੀ ਔਕਾਤ ਹੈ? ਹੁਣ ਤੱਕ ਤੇਰੇ ਕੋਲੋਂ ਗਲੀਚਿਆਂ ਦਾ 20,000 ਤਾਂ ਦਿੱਤਾ ਨਹੀਂ ਗਿਆ। ਕਰਤੀ ਨਾ ਛੋਟੀ ਗੱਲ ਸਿੱਧੂ ਸਾਹਿਬ, ਊਂਠਾਂ ਵਾਲਿਆਂ ਨਾਲ ਲਾ ਕੇ ਯਾਰੀਆਂ ਦਰਵਾਜ਼ੇ ਨੀਵੇਂ ਨਹੀਂ ਰੱਖੀ ਦੇ। ਉਹ ਅਸੀਂ ਤੁਹਾਨੂੰ ਕਰੋੜਾਂ ਹੀ ਤੋਲਣ ਨੂੰ ਫਿਰਦੇ ਹਾਂ, ਉਹ ਤੁਸੀਂ ਅਜੇ ਵੀ ਦੁਆਨੀਆਂ ਚੁਆਨੀਆਂ ਦੇ ਹਿਸਾਬ 'ਚ ਪਏ ਹੋ। ਇੰਨੀ ਮਹਿੰਗੀ ਚੀਜ਼ ਘਰੇ ਨਹੀਂ ਰੱਖੀ ਦੀ, ਚੋਰੀ ਚੋਰੀ ਹੋ ਜਾਂਦੀ ਹੈ, ਸਾਡੇ ਕੋਲ ਰਹੂਗੀ ਤਾਂ ਮਹਿਫੂਜ਼ ਰਹੂਗੀ। ਜਿੱਦਣ ਇੰਟਰਨੈਸ਼ਨਲ ਮਾਰਕੀਟ 'ਚ ਇਹਦਾ ਸੌਦਾ ਹੋ ਗਿਆ, 10 ਕਰੋੜ ਰੁਪਇਆ ਸਿੱਧਾ ਤੁਹਾਡੇ ਘਰ ਪਹੁੰਚੂ। ਕਿਉਂ? ਤੂੰ ਮੇਰਾ ਸਾਲਾ ਲੱਗਦਾ? ਜਿਹੜਾ ਮੈਂ ਤੈਨੂੰ ਅੱਧੀ ਕੀਮਤ 'ਤੇ ਦਊਂਗਾ ਉਹ ਤੂੰ ਤਲਵਾਰ ਦੀ ਗੱਲ ਕਰ ਦ, ਇੰਨੇ ਪੈਸਿਆਂ 'ਚ ਮੈਂ ਤੈਨੂੰ ਉਹਦਾ ਮੁੱਠਾ ਨਾ ਦੇਵਾਂ। ਬਸ ਬਸ, ਬਹੁਤ ਹੋ ਗਿਆ, ਹੁਣ ਇੱਕ ਲਫ਼ਜ਼ ਵੀ ਬੋਲਿਆ ਨਾ, ਹੁਣ ਮੈਂ ਦੇਖੂ
ਤੂੰ ਇਹ ਤਲਵਾਰ ਕਿਵੇਂ ਵੇਚਦਾ? ਉਹ ਜਾ ਬਗ ਜਾ ਬਗ ਜਾ, ਹੋਰ ਨਾ ਕਿਤੇ ਮੇਰੇ ਕੋਲੋਂ ਇਸੇ ਤਲਵਾਰ ਨਾਲ ਆਪਣਾ ਗਾਟਾ ਲਹਾ ਲਈ। ਸਿਕੰਦਰ, ਇਹ ਤਲਵਾਰ ਦੀ ਫੋਟੋ ਜਿਹੜੀ ਆਪਾਂ ਸਿੱਧੂ ਦੀ ਘਰੋਂ ਚੁੱਕਣੀ ਹੈ। ਇੰਟਰਨੈਸ਼ਨਲ ਮਾਰਕੀਟ 'ਚ ਇਸ ਤਲਵਾਰ ਦੀ ਜੋ ਵੀ ਕੀਮਤ ਹੋਏਗੀ, ਉਸਦਾ 30% ਤੈਨੂੰ ਮਿਲੇਗਾ। ਨੋ ਨੋ, 30%, 50%। ਓਕੇ, ਲੇਕਿਨ ਇੱਕ ਗੱਲ ਦਾ ਧਿਆਨ ਰੱਖੀ, ਤਲਵਾਰ ਦੀ ਚੋਰੀ ਦਾ ਸਿੱਧੂ ਨੂੰ ਪਤਾ ਨਹੀਂ ਚੱਲਣਾ ਚਾਹੀਦਾ। ਜੇ ਪੁਲਿਸ ਨੂੰ ਰਿਪੋਰਟ ਹੋ ਗਈ ਤੇ ਕੋਈ ਵੀ ਬਾਹਰ ਅੱਗੇ ਨਹੀਂ ਆਊਗਾ। ਟਵਾਣਾ, ਹੁਣ ਤੂੰ ਆਪਣਾ ਦਿਮਾਗ ਚਲਾਉਣਾ ਬੰਦ ਕਰ। ਦਿਮਾਗ? ਪਰ ਮੇਰਾ ਤਾਂ ਕੋਈ ਦਿਮਾਗ ਹੈ ਹੀ। ਦਿਮਾਗ ਨਹੀਂ, ਦਿਮਾਗ ਦਿਮਾਗ ਦਿਮਾਗ। ਅੱਜ ਤੋਂ ਬਾਅਦ ਤੇਤਿੰਦਰ ਦਾ ਦਿਮਾਗ ਚੱਲੂ। ਵੈਰੀ ਨਾਈਸ, ਵੈਰੀ ਨਾਈਸ ਦੇ ਲੱਦ ਦੇ ਆ। ਪਹਿਲਾਂ ਐਡਵਾਂਸ ਤਾਂ ਜਮਾ ਤਰਾ ਰੌੜੇ। ਤਲਵਾਰ ਦੀ ਤੇਵਟੀ ਲਈ ਤਿੱਦੂ ਆਪਣੇ ਘਰ ਦੇ ਵਿੱਚ ਤੇ ਤਿਉਲਟੀ ਦਾੜ ਪੱਤਾ ਰੱਥੂ ਪਤਾ ਤਰ ਤੇ ਤੂੰ ਤੇੜੀ ਤੇ ਤਿਉਲਟੀ ਅਰਜੰਤੀ ਨਾਲ ਤੂੰ ਤਰ ਰਿਹਾ ਤਮ ਗਿਆ ਜਾ ਜਾ। ਤਲਵਾਰ ਲੈ ਕੇ ਕਿੱਥੇ ਗਏ ਸੀਗੇ? ਕਿਸੇ ਦਾ ਗਾਟਾ ਲਾਉਣ ਨਹੀਂ ਗਿਆ ਸੀ, ਉਹਨੂੰ ਟੋਇਲਟ 'ਚ ਲੁਕਾਉਣ ਗਿਆ ਸੀ। ਛੀ, ਇੰਨੀ ਮਹਿੰਗੀ ਚੀਜ਼ ਲੁਕਾਉਣ ਲਈ ਤੁਹਾਨੂੰ ਟੋਇਲਟ ਹੀ ਮਿਲੇ? ਮੈਂ ਘੱਟ ਮਹਿੰਗਾ? ਇਹਦਾ ਮਤਲਬ ਇਹ ਤਾਂ ਨਹੀਂ ਮੈਂ ਟੋਇਲਟ ਜਾ ਹੀ ਨਾ ਕਰਾਂ। ਨਾਲੇ ਚੱਲੀਏ, ਟੋਇਲਟ ਹੀ ਤਾਂ ਕਿਹੋ ਜਿਹੀ ਥਾਂ ਜਿੱਥੇ ਕਿਸੇ ਨੂੰ ਸ਼ੱਕ ਨਹੀਂ ਜਾਂਦਾ। ਸਪੋਜ਼ ਕਰ ਲਓ ਕੱਲ੍ਹ ਨੂੰ ਘਰ ਦੇ ਵਿੱਚ ਜੇ ਚੋਰ ਕੋਈ ਆ ਵੀ ਗਿਆ ਤਾਂ ਟੋਇਲਟ ਚੈੱਕ ਕਰਨਾ ਤਾਂ ਸ਼ਰਮੋ ਸ਼ਰਮੀ ਛੱਡ ਦੋ। ਮਾਸਟਰ ਜੀ, ਆਪਣੀ ਤਲਵਾਰ ਦੀ ਸਿਕਿਉਰਿਟੀ ਵਾਸਤੇ ਗਾਰਡ ਆ ਗਿਆ ਜੀ। ਆ ਗਿਆ? ਹਾਂਜੀ। ਹਾਂ ਬਾਈ। ਗੁੱਡ ਮਾਰਨਿੰਗ ਸਰ, ਸਿਕਿਉਰਿਟੀ ਗਾਰਡ। ਘਰ ਦੇ ਅੰਦਰ ਛਾਉਣੀ ਨਹੀਂ ਪਾਉਣੀ, ਬਾਹਰ ਗੇਟ ਤੇ ਖੜਨਾ। ਡੈਡ, ਤੁਸੀਂ ਵੀ ਕੱਲ ਉਹਨਾਂ ਦੋਨਾਂ ਨੇ ਆ ਹੀ ਜਾਣਾ, ਫਿਰ ਉਸ ਤੋਂ ਬਾਅਦ ਸਿਕਿਉਰਿਟੀ ਦੀ ਲੋੜ ਨਹੀਂ ਪੈਣੀ। ਬੌਸ, ਦੋਵੇਂ ਕੱਲ ਸਵੇਰ ਦੀ ਫਲਾਈਟ ਤੋਂ ਆ ਰਹੇ ਨੇ। ਇਹ ਜ਼ਰੂਰ ਦੋਨੋਂ ਸਿੱਧੂ ਨਾਲ ਤਲਵਾਰ ਦੀ ਡੀਲ ਕਰਨ ਆ ਰਹੇ ਨੇ। ਸਿੱਧੂ ਬੜਾ ਤੇਜ਼ ਨਿਕਲਿਆ। ਡੀਲ ਤਾਂ ਹੀ ਪਤੀ ਹੋ ਜੇ ਦੋਵੇਂ ਤਹੀ ਤਲਾਮਤ ਤਿੱਦੂ ਤੇ ਤਰ ਤੱਕ ਪਹੁੰਚਣ ਦੇ। ਟਿੰਕੂ ਏਅਰਪੋਰਟ 'ਤੇ ਨਾ ਟਾਈਮ ਨਾਲ ਲੈਣ ਆ ਜਾਈਂ ਸਾਨੂੰ, ਠੀਕ ਆ? ਓਕੇ, ਦੁਬਾਰਾ ਯਾਦ ਕਰਾਤਾ ਉਹਨੂੰ। ਅੰਕਲ ਦਾ ਫੋਨ, ਗੱਲ ਕਰਾ ਮੇਰੀ। ਹਾਂਜੀ ਅੰਕਲ, ਵਿਕਰਮ ਬੋਲਦਾ। ਤੁਹਾਡੀ ਫਲਾਈਟ ਕਿੰਨੇ ਵਜੇ ਹੈ? ਹਾਂਜੀ ਹਾਂਜੀ, ਦਿੱਲੀ ਏਅਰਪੋਰਟ ਬੈਠੇ ਆ ਜੀ। ਆ ਬੇਟੇ, ਮੇਰੀ ਕੰਪਨੀ ਦੇ ਇੱਥੇ ਕੁਝ ਲੀਗਲ ਇਸ਼ੂਜ਼ ਹੋ ਗਏ ਨੇ ਅਤੇ ਮੇਰਾ ਇਸ ਵੇਲੇ ਇੱਥੋਂ ਨਿਕਲਣਾ ਬਹੁਤ ਔਖਾ ਹੈ। ਹਾਂਜੀ, ਤੁਸੀਂ ਨਾ ਮਲੇਸ਼ੀਆ ਏਅਰਪੋਰਟ ਹੀ ਆ ਜਾਓ, ਉੱਥੇ ਹੀ ਮਿਲਾਂਗੇ। ਨਾਲੇ ਅੰਕਲ, ਤੁਹਾਨੂੰ ਕਹਿਣਾ ਸੀ ਦਿਲੋਂ ਥੈਂਕ ਯੂ, ਜੇ ਤੁਹਾਡੀ ਜਗ੍ਹਾ ਕੋਈ ਹੋਰ ਘਟੀਆ ਬੰਦਾ ਹੁੰਦਾ ਨਾ, ਉਹਨੇ ਇੰਨੀ ਦੂਰ ਆਉਣ ਦੀ ਖੇਚਲ ਹੀ ਨਹੀਂ ਕਰਨੀ। ਨਹੀਂ ਆ ਰਹੇ ਰੌਕੀ, ਇਹਨੂੰ ਮੇਰੀ ਪ੍ਰੋਬਲਮ ਸਮਝਾ ਦੇ ਤੇ ਸਿੱਧੂ ਸਾਹਿਬ ਨੂੰ ਸੌਰੀ ਕਹਿ ਦੇਣਾ। ਮੈਨੂੰ ਜਦੋਂ ਵੇਲਾ ਮਿਲੇਗਾ ਮੈਂ ਆ ਕੇ ਉਹਨਾਂ ਨੂੰ ਮਿਲ ਲਾਂਗਾ। ਤੇ ਆਪਣਾ ਖਿਆਲ ਰੱਖਣਾ ਬੇਟੇ, ਠੀਕ ਹੈ? ਬਾਏ। ਪਰ ਯਾਰ, ਸੋਨੀਆ ਹੋਰਾਂ ਨੇ ਕਿਹਾ ਸੀ ਅੰਕਲ ਨੂੰ ਨਾਲ ਲੈ ਕੇ ਆਇਓ, ਉਹਨਾਂ ਨੂੰ ਕੀ ਕਹਾਂਗੇ ਯਾਰ ਹੁਣ? ਇੱਥੇ ਕਿਤੇ ਹੋਣਾ, ਦੇਖ। ਪਹੁੰਚਣ ਨੂੰ ਹੋਰ ਕਿੰਨਾ ਕੁ ਟਾਈਮ ਲੱਗੂ? ਬਸ ਜੀ, ਥੋੜਾ ਟਾਈਮ ਹੋਰ ਲੱਗੂ। ਜਦੋਂ ਕਿਸ ਦੇ ਨਾਲ ਆਈਦਾ ਉਹ ਤਾਂ ਬੜੀ ਛੇਤੀ ਪਹੁੰਚ ਜਾਈਦਾ। ਹਾਂ,
ਉਹ ਛੇਤੀ ਮਰੀ ਇੱਥੇ ਨਿਕਲੇਗਾ ਤੇ ਡਿਪੋਰਟ ਕਰ ਦੇਣਾ ਉਹਨਾਂ। ਇੱਥੇ ਤਾਂ ਅਸੀਂ ਜਾਣਾ ਵੀਰੇ, ਸਿੱਧੂ ਸਾਹਿਬ ਨੇ ਭੇਜਿਆ। ਯੈਸ, ਉਹਨਾਂ ਨਾਲ ਤਲਵਾਰ ਦੀ ਡੀਲ ਕਰਨ ਤੁਸੀਂ ਆਏ ਹੋ? ਦੋ ਜਣੇ ਆਏ ਵੀਰੇ, ਅੰਕਲ ਬਾਅਦ 'ਚ ਆਉਣਗੇ। ਉਹ ਦੂਜਾ ਬਾਥਰੂਮ ਗਿਆ। ਚੁੱਪ ਚਾਪ ਇੱਥੋਂ ਹੀ ਮੁੜ ਜਾਓ। ਚਾਹ ਚੂਹ ਦੇ ਕੀ ਪੀਣੇ ਵੀਰੇ, ਰੋਟੀ ਖਾਵਾਂਗੇ ਕਿਤੇ ਜਾ ਕੇ। ਚਾਹ ਚੂਹ ਦੇ ਲੱਗਦੇ ਆ, ਮਾਸੀ ਦੇ ਨਹੀਂ ਆਇਆ ਤੂੰ। ਦੇਖ, ਜੇ ਤੂੰ ਉਸ ਤਲਵਾਰ ਬਾਰੇ ਸੋਚਿਆ ਵੀ ਨਾ ਤਾਂ ਅਸੀਂ ਤੈਨੂੰ ਵਾਪਸ ਨਹੀਂ ਜਾਣ ਦਿਆਂਗੇ। ਜੇ ਇੰਨਾ ਕਰਦਾ ਤਾਂ ਮੰਗਾ ਲਾ ਵੀਰੇ, ਪਰ ਨਾਲ ਬੰਦ ਮੰਗਾ ਲਈ, ਭੁੱਖ ਬਹੁਤ ਲੱਗੀ ਹੈ। ਇਹ ਦੂਜਾ ਵੀਰੇ, ਅਸੀਂ ਦੋਵੇਂ ਆਏ ਹਾਂ। ਉਹ ਹਾਂ ਯਾਰ, ਭੁਲੇਖੇ 'ਚ ਅੰਕਲ ਦਾ ਨਾਂ ਲਿਖ ਲਿਆ ਆ, ਲਿਖਣਾ ਆਪਣਾ ਹੀ ਕਮਲੇ। ਰੌਕੀ ਤੂੰ ਚੁੱਪ ਰਹੀ, ਮੈਨੂੰ ਸਾਰਾ ਕੁਝ ਸੁਣਦਾ। ਚਾਹ ਮੰਗਾ ਲਈ ਯਾਰ, ਇਹਨਾਂ ਨੇ ਖੇਚਲ 'ਚ ਪੈ ਗਿਆ। ਨਹੀਂ ਬਣੀ ਛੋਟੇ, ਗੱਡੀ ਮੰਗਾ ਲਾ, ਚਾਹ ਕਰੇ ਜਾ ਕੇ ਪੀਵਾਂਗੇ। ਚੱਲ ਕਮਾਲ ਹੈ, ਜਦੋਂ ਮੈਂ ਇਕੱਲਾ ਹੁੰਦਾ ਉਦੋਂ 80 ਰਿੰਗਟ ਲੱਗਦੇ ਆ, ਜਦੋਂ ਕਿਸੇ ਦੇ ਨਾਲ ਆਈਦਾ ਉਦੋਂ 20 ਰਿੰਗਟੀ ਲੱਗਦੇ ਆ। ਠੱਗੀ ਤਾਂ ਠੱਗੀ ਹੋਈ ਹੈ, ਮਲੇਸ਼ੀਆ 'ਚ ਵੀ ਇੱਦਾਂ ਠੱਗੀ ਹੁੰਦੀ ਹੈ। ਲਓ ਦੇਖ ਲਓ, ਸੁਣਨ ਨੂੰ ਤਾਂ ਡਰਾਈਵਰ ਬੰਦਾ ਸ਼ਰੀਫ ਲੱਗ ਰਿਹਾ ਸੀ। ਚਲੋ ਜੈਸਾ ਵੀ ਹੈ, ਮੇਰਾ ਪਤੀ ਮੇਰਾ ਦੇਵਤਾ ਹੈ, ਹੋਰ ਕੀ ਹੈ। ਹਾਂਜੀ ਹਾਂਜੀ, ਥੈਂਕ ਯੂ ਥੈਂਕ ਯੂ। ਕਮ ਕਮ। ਓਕੇ, ਹੋ ਥੈਂਕ ਯੂ ਥੈਂਕ ਯੂ। ਇਜ਼ ਇਟ ਅਰਾਈਵਲ? ਨੋ, ਟੋਇਲਟ। ਹੈਂ, ਪੱਕਾ ਕੋਈ ਪੰਜਾਬੀ ਹੋਣਾ ਜਿਹੜਾ ਮੈਨੂੰ ਇੱਥੇ ਛੱਡ ਗਿਆ। ਬੜੇ ਪਿਆਰ ਨਾਲ ਪਾਲਿਆ ਹੈ ਮੈਂ ਟੋਨੀ, ਇਹ ਮੇਰਾ ਟੋਨੀ ਬੜਾ ਵਫਾਦਾਰ। ਸਤਿ ਸ੍ਰੀ ਅਕਾਲ ਸਿੱਧੂ ਅੰਕਲ, ਸਤਿ ਸ੍ਰੀ ਅਕਾਲ ਜੀ। ਮੈਂ ਸਿੱਧੂ ਨਹੀਂ ਹਾਂ। ਅੰਕਲ ਤੁਸੀਂ ਪੱਗ ਕਿੱਦਾਂ ਦੀ ਬੰਨੀ ਆ? ਸਿੱਧੂ ਦੇ ਜੱਟ ਨਹੀਂ ਹੁੰਦੇ ਤੁਸੀਂ? ਅਬਦੁਲ ਸਿੱਧੂ ਹੋ? ਉਹ ਮੈਂ ਤੈਨੂੰ ਤੇ ਆਣਾ, ਮੈਂ ਸਿੱਧੂ ਨਹੀਂ ਹਾਂ। ਹਾਂ, ਉਹ ਤਟਾ ਤਬਰਦਾਰ ਦੇ ਤੋ ਹੀ ਹਿੱਲਿਆ ਤਾਂ। ਅੰਕਲ ਇੱਥੇ ਬੁਲਾ ਕੇ ਹੁਣ ਆਪੇ ਸਾਨੂੰ ਡਾਂਟ ਰਹੇ ਹੋ, ਇਸ਼ਕ ਤੁਹਾਡੀਆਂ ਕੁੜੀਆਂ ਨੇ ਵੀ ਕੀਤਾ ਹੀ ਹੈ ਸਿੱਧੂ ਅੰਕਲ। ਉਹ ਤੇਰੀ ਸਿੱਧੂ ਨਹੀਂ ਆ, ਇਹ ਸਿੱਧੂ ਅੰਕਲ ਨਹੀਂ ਆ। ਮਾਰੇ ਦੇ ਤੇਰ ਤੇ ਆ ਕੀ ਕੀਤਾ? ਓ ਥੈਂਕ ਯੂ ਥੈਂਕ ਯੂ। ਇਜ਼ ਇਟ ਅਰਾਈਵਲ? ਨੋ, ਦਿਸ ਇਜ਼ ਟਾਇਲਟ। ਹੈ, ਤੂੰ ਤਲਵਾਰ ਲੈ ਤੇ ਦਿੱਤਾ ਤੁਹਾਡੇ ਤੋਂ ਲਾ ਜਾ, ਜੇ ਮਲੇਤੀਆ ਤੋਂ ਜਿੰਦਾ ਵਾਪਸ ਜਾਣਾ ਚਾਹੁੰਦਾ ਹੈ ਤਾਂ। ਹਾਂਜੀ ਹਾਂਜੀ, ਪਰ ਮੈਨੂੰ ਇਹ ਦੱਸੋ ਕੋਈ ਤਰੀਕਾ ਹੈ ਕਿ ਅਸੀਂ ਮਲੇਸ਼ੀਆ ਤੋਂ ਜਿੰਦਾ ਵਾਪਸ ਜਾ ਸਕੀਏ? ਤਲਵਾਰ ਲੈ ਤੇ ਆ ਜਾ। ਨਹੀਂ, ਤੁਸੀਂ ਸਮਝੇ ਨਹੀਂ, ਕੀ ਕਰੀਏ ਜਿਹੜਾ ਮਲੇਸ਼ੀਆ ਤੋਂ ਜਿੰਦਾ ਵਾਪਸ ਜਾ ਸਕੀਏ? ਤੈਨੂੰ ਤੇ ਨਾ ਤਲਵਾਰ ਚਾਹੀਦੀ ਹੈ, ਤਲਵਾਰ। ਸਮਝ ਨਹੀਂ ਆਇਆ ਜੀ। ਉਹ ਤੇ ਹਜੇ ਪੰਜਾਬੀ ਹੈ ਤੂੰ, ਤੈਨੂੰ ਇਹ ਨਹੀਂ ਪਤਾ ਤਲਵਾਰ ਤੀ ਤੀ ਹੁੰਦੀ ਹੈ? ਉਹ ਇਹਨੂੰ ਦਿਖਾਓ, ਤਲਵਾਰ ਤੀ ਤੀ ਹੁੰਦੀ ਹੈ। ਕਮਾਲ ਹੈ, ਜਹਾਜ਼ ਕਿਤੇ ਹੁਣ ਇੱਥੇ ਤਾਂ ਨਹੀਂ ਉਤਰਨ ਲੱਗੇ? ਓਕੇ ਓਕੇ
ਤੁਸੀਂ ਜੋ ਵੀ ਕਹਿ ਰਹੇ ਹੋ ਅਸੀਂ ਕਰਨ ਨੂੰ ਤਿਆਰ ਹਾਂ। ਪਲੀਜ਼ ਸਾਡੀ ਜਾਨ ਬਖਸ਼ ਦਿਓ। ਹੁਣ ਮੰਨ ਗਏ ਨੇ, ਚਲੋ ਲੈ ਜਾ ਇਹਨੂੰ। Thank you. ਸ਼ੁਕਰ ਕਰੋ ਛਾ ਗਿਆ ਤੈਨੂੰ। ਸੋਰੀ। ਰੋਕੀ ਤੂੰ, ਮੈਂ ਤੈਨੂੰ ਕਦਾਂ ਲੱਭਦਾ ਫਿਰਦਾ, ਪਰ ਕਿਤੇ ਵਿਕਰਮ ਨਜ਼ਰ ਨਹੀਂ ਆ ਰਿਹਾ। ਉਹ ਤੂੰ ਕੀ ਨਾਮ ਲਿਖਿਆ, ਬੜਾ ਤਕੜਾ ਬਿਜ਼ਨਸ ਆ, ਇੱਥੇ ਏਅਰਪੋਰਟ ਤੇ ਟੋਇਲਟ ਖੋਲੀ ਫਿਰਦਾ। ਕੌਣ ਕਹਿੰਦਾ? ਵੇਖ ਲਾ ਦੀ ਕਰਤੂਤ, ਆਪਾਂ ਲੈਣ ਆਉਣਾ ਸੀ। ਉਹ ਇੱਕ ਦਿਨ ਦੁਕਾਨ ਨਹੀਂ ਹਾਂ ਬੰਦ ਕਰ ਸਕਦਾ, ਇਹਦਾ ਨਹੀਂ ਆਇਆ। ਅੱਛਾ ਲੈਣਾ, ਉਹ ਇੱਥੇ ਕਿਤੇ ਲੈਣਾ, ਉਹ ਇੱਥੇ ਲੈਂਡਿੰਗ ਹੁੰਦੀ ਆ, ਲੈਂਡਿੰਗ ਨਹੀਂ ਹੁੰਦੀ। ਓ ਇੱਕ ਤਾਂ ਕਿਸ ਦਾ ਯਾਰ ਬੋਲਾ ਨਾ ਹੋਵੇ, ਹਾਂ ਗੂੰਗਾ ਹੋਵੇ। ਚਲੋ 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 ਘਰ ਚਲੀਏ, ਚਲੋ 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 ਚਲੋ। ਹੈਲੋ, ਓ ਮੈਂ ਤੁਹਾਨੂੰ ਲੈਣ ਆਇਆ, ਮੈਨੂੰ ਤਾਂ ਲੈ ਚਲੋ। ਕਿੱਥੇ ਗਏ? ਹਾਂ ਚਲੋ। ਮੈਂ ਅੰਗਰੇਜ਼ਾਂ ਨੂੰ ਹੀ ਅੰਡਰਐਸਟੀਮੇਟ ਕਰੀ ਗਿਆ, ਪਰ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਟੋਇਲਟ 'ਚ ਮਿਲੋਗੇ, ਤਾਂ ਹੀ ਮੈਨੂੰ ਵਾਰ ਵਾਰ ਉੱਥੇ ਛੱਡ ਕੇ ਆਉਂਦੇ ਸੀ। ਉਹ ਪਰ ਵੈਸੇ ਤੁਸੀਂ ਇੰਨਾ ਟਾਈਮ ਹੈ ਕਿੱਥੇ ਸੀ ਯਾਰ? ਉੱਧਰ ਤੇਰਾ ਆਪੋ ਫੜਕ ਲੋ, ਪਹਿਲਾਂ ਇਹ ਤੇ ਪੁੱਛ ਲੈ ਇੰਨੀ ਦੇਰ ਗਿਆ ਕਿੱਥੇ ਸੀ। ਉਹ ਸਾਨੂੰ ਕੁਝ ਬੰਦੇ ਚੱਕ ਕੇ ਲੈ ਗਏ ਸੀ ਮਾਰਨ ਲਈ। ਲੈ ਕੌਣ ਸੀ ਉਹ? ਇਹ ਉਹ ਸਾਨੂੰ ਕੀ ਪਤਾ ਕੌਣ ਸੀ ਯਾਰ, ਲੱਗਦਾ ਕਿਸੇ ਹੋਰ ਦੀ ਗਲਤ ਫਹਿਮੀ ਚੱਕ ਕੇ ਲੈ ਗਏ। ਉਹ ਤਲਵਾਰ ਨਾਲ ਵੱਡੇ ਲੱਗੇ ਸੀ ਗੁਰੂਆ, ਇਹ ਤੇ ਤੈਨੂੰ ਪਤਾ ਕਮਦਿਲਾ ਬੇਹੋਸ਼ ਹੋ ਗਿਆ। ਉਹਦੇ ਬਾਅਦ ਚ ਮੈਂ ਹਿੰਮਤ ਵਿਖਾਈ, ਰੋਇਆ ਉਹਨਾਂ ਅੱਗੇ, ਫੇਰ ਛੱਡਿਆ ਉਹਨਾਂ। ਆ ਕਿਹੜੀ ਹਿੰਮਤ ਹੈ ਓਏ। ਉਹ ਚੱਲ ਸ਼ੁਕਰ ਹੈ ਤੁਹਾਡੀ ਜਾਨ ਤਾਂ ਬਚ ਗਈ, ਮੇਰੇ ਤਾਂ ਦੱਸ ਅੰਕਲ ਬਹਿ ਜਾ ਹੁਣ। ਅੰਕਲ ਉਹ ਬਹਿ ਜਾ, ਬੱਚਿਆਂ ਨੂੰ ਚੱਕ ਕੇ ਲੈ ਜਾਂਦੇ। ਮੇਰੀ ਗੱਲ ਤਾਂ ਸੁਣੋ, ਅੰਕਲ ਤਾਂ ਦੱਸੋ ਕਿਉਂ ਨਹੀਂ ਆਏ, ਕਮਾਲ ਕਰਦੇ ਯਾਰ। ਅੰਕਲ ਤਾਂ ਦੱਸੋ। ਟਿੰਕੂ ਓਏ, ਉਹ ਟਿੰਕੂ, ਉਹ ਕੁੜੀਆਂ ਨਹੀਂ ਕੁੜੀਆਂ, ਉਹ ਜਿੰਨਾ ਕਰਕੇ ਅਸੀਂ ਆਏ ਆ, ਉਹ ਤੇਰੀਆਂ ਭਾਬੀਆਂ। ਓ ਯਾਰ ਜੇ ਬੋਲਾ ਸਾਨੂੰ ਤਾਂ ਸੁਣਦਾ, ਇਹਨੂੰ ਕਹਿ ਹੌਲੀ ਬੋਲ। ਉਹ ਹੁਣ ਕੁਛ ਬੋਲਤਾ ਲੈ, ਜਮੀ ਹੌਲੀ ਹੋ ਗਿਆ। ਟਿੰਕੂ ਟਿੰਕੂ ਚੱਲ 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 ਬਸ ਆਉਣ ਦੇ ਹੁਣ। ਹਾਂ ਟਿੰਕੂ, ਕੁੜੀਆਂ ਤੇ ਉਹਨਾਂ ਦੇ ਫਾਦਰ ਦੀ ਨਾ ਪਹਿਲੀ ਸ਼ਰਤ ਇਹੀ ਆ ਕਿ ਸਾਡੇ ਅੰਕਲ ਨਾਲ ਆਉਣੇ ਚਾਹੀਦੇ ਆ। ਜਿਹੋ ਜਿਹੇ ਤੁਹਾਡੇ ਹਾਲਾਤ ਨੇ ਪੁੱਤ, ਗੱਲ ਤੋਂ ਹੋਣੀ ਵੀ ਨਹੀਂ ਸੀ। ਉਦਾਂ ਤੇ ਤੈਨੂੰ ਪਤਾ ਮੈਂ ਸਾਰਾ ਕੁਝ ਹੈਂਡਲ ਕਰ ਹੀ ਲੈਣਾ, ਪਰ ਉਹਨਾਂ ਨੂੰ ਲੱਗਦਾ ਮੇਰੇ ਕੋਲ ਗੱਲ ਹੀ ਨਹੀਂ ਹੋਣੀ। ਓ ਯਾਰ ਤੁਸੀਂ ਮੈਨੂੰ ਐਂ ਦੱਸੋ ਵੀ ਵਾਪਸੀ ਟਿਕਟ ਤੁਸੀਂ ਆਪ ਕਰਾ ਕੇ ਆਇਓ ਜਾਂ ਮੈਂ ਇੱਥੋਂ ਕਰਾ ਕੇ ਭੇਜਾਂ ਤੁਹਾਨੂੰ? ਹਾਂ ਟਿੰਕੂ, ਤੂੰ ਮੇਰੀਆਂ ਗੱਲਾਂ ਨਾ ਸੁਣ। ਮੈਂ ਕੁੱਤਾ ਭੌਂਕਦਾ ਨਹੀਂ ਨਾ, ਉਹ ਤੂੰ ਬੋਲਦਾ ਨਹੀਂ, ਇਹਦੀ ਮੈਂ ਸੁਣਾ ਲਾ, ਮੈਂ ਜਾਵਾਂ ਤਾਂ ਕਿੱਧਰ ਜਾਵਾਂ ਇਹ ਤਾਂ ਦੱਸ ਦਿਓ। ਟਿੰਕੂ ਓਏ, ਟਿੰਕੂ ਵੀਰ, ਬਾਬੇ ਹਾਂ, ਉਹ ਯਾਰ ਅਸੀਂ ਸੋਚਦੇ ਸੀ ਵੀ ਉਹ ਕੁੜੀਆਂ ਤੇ ਉਹਨਾਂ ਦੀ ਫੈਮਿਲੀ ਚੋਂ ਅੰਕਲ ਨੂੰ ਤਾਂ ਕਿਸੇ ਨੇ ਵੇਖਿਆ ਨਹੀਂ, ਤੇ ਤੂੰ ਗੁਰੂਆ ਜੇ ਅੰਕਲ ਬਣ ਕੇ ਚੱਲ ਜਾ ਸਾਡੇ ਨਾਲ, ਉਹ ਸਾਡਾ ਰਿਸ਼ਤਾ ਹੋ ਜਾਣਾ ਹੀ ਓਏ। ਮੈਂ ਅੰਕਲ ਬਣ ਕੇ ਚੱਲਾਂ, ਹਨਾ ਦੇਖਣ ਤੁਹਾਡੇ ਨਾਲ ਛੋਟਾ ਲੱਗਦਾ। ਚਲੋ ਫਿਰ ਦਫਾ ਹੋ ਜਾਓ ਇੱਥੋਂ। ਥੈਂਕ ਯੂ ਯਾਰ, ਜੇ ਤੂੰ ਨਾ ਮੰਨਦਾ ਤੇ ਸਾਡਾ ਕੀ ਬਣਦਾ ਯਾਰ। ਨਾ ਕਰਤੀ ਉਹ ਮੰਨ ਜਾ ਯਾਰ, ਅੱਜ ਤੱਕ ਸਾਨੂੰ ਕਿਸੇ ਕੁੜੀ ਨੇ ਆ ਨਹੀਂ ਕੀਤੀ, ਇਹਨਾਂ ਨੇ ਆ ਕੀਤੀ ਤੇ ਤੂੰ ਨਾ ਕਰੀ ਜਾਣਾ। ਉਹ ਮੰਨ ਜਾ, ਉਹ ਸਾਡਾ ਰਿਸ਼ਤਾ ਹੋ ਜਾਣਾ ਉਹ ਗੁਰੂਆ। ਉਹ ਜੇ ਕਿਤੇ ਆਪਾਂ ਫਸ ਗਏ ਨਾ 420 ਦਾ ਕੇਸ ਪੈ ਜਾਣਾ ਆਪਣੇ ਤੇ। ਚੰਗਾ ਭਰਾਵਾ, ਫਿਰ ਕਾਹਦੀਆਂ ਯਾਰੀਆਂ ਰਹਿ ਗਈਆਂ, ਤੂੰ ਸਾਨੂੰ ਨਾ ਬੁਲਾ ਕਰੀ, ਅਸੀਂ ਤੈਨੂੰ ਨਹੀਂ ਬੁਲਾਉਂਦੇ, ਅਸੀਂ ਚੱਲਦੇ ਫਿਰ ਏਅਰਪੋਰਟ ਭਰਾਵਾ। ਇੱਕ ਮਿੰਟ ਗੱਲ ਸੁਣੋ ਮੇਰੀ, ਕਦੋਂ ਜਾਣਾ ਉਹਨਾਂ ਦੇ ਘਰੇ? ਅੱਜ ਜਾਣਾ, ਅੱਜ 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 ਤਾਂ ਯਾਰ ਮੇਰੇ ਸਾਲੇ ਨੇ ਮੈਨੂੰ ਘਰੇ ਬੁਲਾਇਆ ਮੇਰੇ ਵਿਆਹ ਦੀ ਤਰੀਕ ਪੱਕੀ ਕਰਨ ਲਈ। ਓਏ ਹੋਏ, ਆਈਆਂ ਆਈਆਂ, ਤੈਨੂੰ ਵੀ ਵਧਾਈਆਂ, ਤੈਨੂੰ ਵੀ ਵਧਾਈਆਂ। ਆਈ ਆਈ, ਉਹ ਪਾਰਟੀ ਵੀ ਕਰਨਾ ਹੈ ਕੋਈ ਨਾ? ਐਡੀ ਤੁਹਾਡੀ ਸਿੱਧੀ ਗੱਲ ਹੋ ਗਈ, ਕੋਈ ਮੈਨੂੰ ਦੱਸ ਦੋ ਇਹ ਆ ਇਹਦਾ ਇ ਆ ਰਿਸ਼ਤਾ ਆ ਪੱਕਾ ਓਏ ਹੋ ਗਿਆ? ਓ ਸੱਟ ਹੱਥ, ਓਏ ਹੱਥ ਥੱਲੇ ਨਾ ਸਿੱਟਿਓ, ਮਲੇਸ਼ੀਆ ਹੈ, ਡਸਟਬਿਨ ਚ ਪਾਇਓ। ਹਾਂ ਇਹਨੂੰ, ਹਾਂ ਟਿੰਕੂ ਟੈਨਸ਼ਨ ਨਹੀਂ ਲੈਣੀ, ਤੂੰ ਸਾਡੇ ਦੋਵਾਂ ਨਾਲ ਥੋੜੀ ਦੇਰ ਚੱਲ, ਉਹ ਤੋਂ ਬਾਅਦ ਜਿੱਥੇ ਮਰਜ਼ੀ ਦਫਾ ਹੋਈ, ਮਤਲਬ ਉਹ ਤੋਂ ਬਾਅਦ ਜੇ ਤੈਨੂੰ ਕੋਈ ਕੰਮ ਹੈ ਤਾਂ ਕਰ ਲਈ। ਹਾਂ ਨਾਲੇ ਨਾ
ਕੁੜੀਆਂ ਦੀ ਫੈਮਿਲੀ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਸਾਡੇ ਆਪਣੇ ਤਿੰਨਾਂ 'ਚ ਪ੍ਰੋਬਲਮ ਆ। ਆਪਾਂ ਕੀ ਕੁਛ ਲੁਕੋਵਾਂਗੇ ਓਏ? ਜੀ ਮੈਨੂੰ ਲੱਗਦਾ ਮੁੰਡੇ ਵਾਲੇ ਆ ਗਏ, ਛੇਤੀ ਆ ਜਾਓ। ਵੈਲਕਮ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ, ਸਤਿ ਸ਼੍ਰੀ ਅਕਾਲ। ਮੈਂ ਵਿਕਰਮ ਆ ਜੀ, ਔਰ ਔਕੀਆ ਜੀ, ਇਹ ਨੇ ਸਾਡੇ ਅੰਕਲ ਜੀ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਸਾਡੇ ਘਰੇ ਜਨਾਨੀਆਂ ਨੂੰ ਨਹੀਂ ਬੰਦਿਆਂ ਨੂੰ ਸਾਹਿਬ ਕਹਿੰਦੇ। ਪਲੀਜ਼ ਕਮ ਆ ਜੀ। ਚੱਲ ਹੁਣ ਇੱਧਰ। ਆਓ ਪਲੀਜ਼ ਬੈਠੋ। ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ। ਸੌਰੀ 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 ਸੌਰੀ। ਕੀ ਗੱਲ, ਸੋਫੇ ਦਾ ਸਪਰਿੰਗ ਬਾਰ ਸੀ ਜਿਹੜਾ ਇਹਦੀ ਗੋਦੀ 'ਚ ਬਹਿ ਗਿਆ? ਓ ਨਹੀਂ ਨਹੀਂ ਜੀ, ਬਸ ਜਵਾਨੀ ਵੇਲੇ ਮੈਂ ਬੱਚਿਆਂ ਨੂੰ ਗੋਦ ਲਿਆ ਸੀ, ਹੁਣ ਬੁਢਾਪੇ ਵੇਲੇ ਕਦੇ ਕਦਾਈ ਬੱਚੇ ਮੈਨੂੰ ਗੋਦ ਲੈ ਲੈਂਦੇ ਜੀ। ਹੱਥ ਨੂੰ ਹੱਥ ਹੁੰਦਾ ਤਾਂ ਬਥੇਰੀਆਂ ਹੀ ਸੁਣਿਆ ਸੀ, ਗੋਦ ਨੂੰ ਗੋਦ ਵੀ ਹੁੰਦਾ ਇਹ ਅੱਜ ਪਤਾ ਲੱਗਿਆ। ਬਾਈ ਦਾ ਵੇ ਬੇਟੇ, ਕੀ ਸ਼ੁਭ ਨਾਮ ਤੁਹਾਡੇ ਅੰਕਲ ਦਾ? ਮੇਰਾ ਬਸ ਬੱਚੇ ਬਚਪਨ ਤੋਂ ਮੈਨੂੰ ਪਿਆਰ ਨਾਲ ਅੰਕਲ ਜੀ ਕਹਿੰਦੇ ਨੇ ਜੀ। ਹਾਂਜੀ, ਛੋਟੇ ਹੁੰਦਿਆਂ ਦਾ ਘਰਦਿਆਂ ਨੇ ਕੋਈ ਤਾਂ ਨਾਂ ਰੱਖਿਆ ਹੀ ਹੋਊ, ਐਡੇ ਨੂੰ ਅੰਕਲ ਜੀ ਕਹਿੰਦੇ ਸੀ। ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਅੰਕਲ, ਪਹਿਲਾਂ ਇਹ ਤਾਂ ਪੁੱਛ ਲਓ ਸਾਡੇ ਅੰਕਲ ਦਾ ਨਾਮ ਕੀ ਆ? ਇਹ ਨੇ ਮਿਸਟਰ ਬਰਾੜ। ਇਹ ਤੁਹਾਡੇ ਦੋਹਾਂ 'ਚੋਂ ਟਿਊਬਲਾਈਟ ਕਿਹਨੇ ਪਸੰਦ ਕੀਤੀ ਆ ਜੀ? ਮੈਂ ਬੇਟੇ, ਜਦੋਂ ਇਹ ਮੈਂ ਕੁਐਸਚਨ ਪੁੱਛ ਰਿਹਾ ਸੀ ਉਸ ਵੇਲੇ ਤੁਸੀਂ ਦੂਰ ਕਿਤੇ ਜੰਗਲ ਪਾਣੀ ਗਏ ਹੋਏ ਸੀ ਨਾ? ਜਮਾਂ ਮੁਸ਼ਕਿਲ ਨਹੀਂ ਹੋ ਜੀ ਘਰ ਲੱਭਣ 'ਚ। ਮੈਨੂੰ ਲੱਗਦਾ ਇਹ ਸਟੇਸ਼ਨ ਗਲਤ ਫੜਦਾ। ਬੇਟੇ ਕੀ ਬਿਜ਼ਨਸ ਆ ਤੁਹਾਡਾ? ਹਾਂਜੀ, ਬਹੁਤ ਪਿਆਰ ਕਰਦਾ ਜੀ ਤੁਹਾਡੀ ਬੇਟੀ ਨੂੰ। ਇਹਦਾ ਬਿਜ਼ਨਸ ਤਾਂ ਆਪਣੇ ਘਰੇ ਚੱਲਦਾ, ਮੈਨੂੰ ਪਤਾ ਹੀ ਨਹੀਂ। ਨਹੀਂ ਨਹੀਂ ਜੀ, ਇਹ ਮੋਬਾਈਲ ਕੰਪਨੀ ਦੇ ਕਾਲ ਸੈਂਟਰ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ ਜੀ, ਤੇ ਰੇਲਵੇ ਸਟੇਸ਼ਨ ਤੇ ਪੁੱਛਤਾਛ ਤੇ ਲੱਗਿਆ ਹੈ ਜੀ। ਤੇ ਜਨਾਬ ਦਾ ਕੀ ਕਾਰੋਬਾਰ ਹੈ? ਉਹ ਮੇਰਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਹੈ ਜੀ, ਮੇਰਾ ਹਸਪਤਾਲ ਹੈ ਜੀ ਅੱਖਾਂ ਦਾ। ਤੁਸੀਂ ਅੱਖਾਂ ਦੇ ਡਾਕਟਰ ਹੋ? ਨਹੀਂ ਨਹੀਂ ਨਹੀਂ, ਡਾਕਟਰ ਤਾਂ ਹਾਇਰ ਕੀਤੇ ਹੋਏ ਨੇ ਜੀ। ਬਰਾੜ ਸਾਹਿਬ, ਬਸ ਇਹ ਸਮਝ ਲਓ ਕਿ ਮੇਰੀ ਪੂੰਜੀ ਤੇ ਮੇਰੀਆਂ ਬੱਚੀਆਂ ਨੇ। ਸੋਚਿਆ ਤਾਂ ਮੈਂ ਇਹ ਸੀ ਕਿ ਆਪਣੀ ਕੁੜੀਆਂ ਦਾ ਵਿਆਹ ਕਿਸੇ ਅਮੀਰ ਖਾਨਦਾਨ ਦੇ ਵਿੱਚ ਕਰੂੰਗਾ, ਪਰ ਜਦੋਂ ਮੇਰੀਆਂ ਬੱਚਿਆਂ ਨੇ ਆਪਣੀ ਮੱਤ ਆਪੇ ਮਾਰ ਲਈ ਤੇ ਫਿਰ ਮੈਂ ਉਹਨਾਂ ਦੀ ਸੋਚ ਤੇ ਲੱਤ ਕਿਵੇਂ ਮਾਰ ਸਕਦਾ? ਦੇਖੋ ਜੀ ਸਿੱਧੂ ਸਾਹਿਬ, ਭਾਵੇਂ ਇਹ ਬੱਚੇ ਮੇਰੇ ਗਰੀਬ ਨੇ ਜੀ, ਪਰ ਮੈਂ ਬਹੁਤ ਮੋਟਾ ਕੰਮ ਕਰ ਰਿਹਾ ਕੈਨੇਡਾ ਦੇ ਵਿੱਚ, ਮੈਂ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਖੜਾ ਜੀ। ਸੋ ਨਾਈਸ ਆਫ ਯੂ। ਹੋਰ ਬੇਟੇ ਤੁਸੀਂ ਸੁਣਾਓ, ਇਹਦਾ ਕੀ ਨਾਂ? ਰੌਕੀ। ਰੌਕੀ ਬੇਟੇ, ਆ ਮਲੇਸ਼ੀਆ ਚੰਗਾ ਲੱਗਿਆ ਨਾ? ਇੰਡੀਆ ਵਰਗਾ ਹੀ ਆ ਨਾ? ਮੈਂ ਦੇਖ ਰਿਹਾ ਤੁਸੀਂ ਜੱਦੇ ਆਏ ਹੋ, ਦੰਦੀਆਂ ਜੀਆਂ ਕੱਢੀ ਜਾਂਦੇ ਹੋ, ਕੁਛ ਬੋਲਦੇ ਹੈ ਨਹੀਂ, ਚੁੱਪ ਕਿਉਂ? ਡੈਡੀ ਐਕਚੁਅਲੀ ਇਹ ਥੋੜਾ ਘੱਟ ਹੀ ਬੋਲਦੇ ਨੇ। ਓਏ ਹੁਣ ਹਾਂ ਨਾ ਤੋਂ ਘੱਟ ਹੋਰ ਕੀ ਹੋਊ, ਇੰਨਾ ਕੁ ਤਾਂ ਬੋਲ ਹੀ ਸਕਦਾ। ਕੌਣ ਨਹੀਂ ਬੋਲਦਾ? ਏਦਾਂ ਦੀ ਕੋਈ ਗੱਲ ਨਹੀਂ ਸਿੱਧੂ ਸਾਹਿਬ, ਇਹ ਚਾਹੁੰਦਾ ਵੀ ਇਹਦਾ ਸੁੱਖੀ ਸਾਂਦੀ ਤੁਹਾਡੀ ਕੁੜੀ ਦੇ ਨਾਲ ਵਿਆਹ ਹੋ ਜਾਏ, ਇਸ ਕਰਕੇ ਇਸ ਵਿਚਾਰੇ ਨੇ ਮੌਨ ਵਰਤ ਰੱਖਿਆ ਮੇਰੇ ਬੱਚੇ ਨੇ ਜੀ। ਸੋ ਸਵੀਟ। ਕਹਤਾ ਸੋ ਸਵੀਟ, ਵਿਆਹ ਲਈ ਲੋਕੀ ਸੋਮਵਾਰ ਦਾ ਵਰਤ ਰੱਖਦੇ ਆ ਇਹ ਤਾਂ ਸੁਣਿਆ ਸੀ, ਮੌਨ ਵਰਤ ਵੀ ਰੱਖਦੇ ਆ ਅੱਜ ਪਤਾ ਲੱਗਿਆ। ਬੇਟੇ ਤੈਨੂੰ ਭੁਲੇਖਾ ਪਿਆ ਹੋਣਾ, ਮੌਨ ਵਰਤ ਬੰਦੇ ਵਿਆਹ ਤੋਂ ਬਾਅਦ ਰੱਖਦੇ ਹੁੰਦੇ ਆ। ਹਾਂ ਅੰਕਲ, ਤੁਸੀਂ ਕਿਤੇ ਇਹ ਤਾਂ ਨਹੀਂ ਸੋਚ ਰਹੇ ਕਿ ਰੌਕੀ ਚੁੱਪ ਕਿਉਂ ਬੈਠਾ? ਇਹਨੇ ਦਰਅਸਲ ਮੌਨ ਵਰਤ ਰੱਖਿਆ ਤਾਂ ਕਿ ਜੈਸਿਕਾ ਨਾਲ ਸੁੱਖੀ ਸਾਂਦੀ ਵਿਆਹ ਹੋ ਸਕੇ। ਇੰਡੀਆ ਮਲੇਸ਼ੀਆ ਤੋਂ 2.5 ਘੰਟੇ ਪਿੱਛੇ ਆ, ਇਹ ਤਾਂ ਉਹ ਤੋਂ ਵੀ ਪਿੱਛੇ ਤੁਰਿਆ ਫਿਰਦਾ, ਕਿੱਥੋਂ ਫੜ ਲਿਆ ਹੈਡਲੈਸ ਸਿਸਟਮ? ਫਿਰ ਮਜ਼ਾਕ ਕਰ ਰਿਹਾ, ਬਹੁਤ ਫਨੀ ਆ। ਹੈਲੋ ਹੈਲੋ, ਕਿੱਥੇ ਰਹਿ ਗਿਆ? ਮੈਂ ਰਸਤੇ ਵਿੱਚ ਹੀ ਆਉਂਦਾ ਵੇ। ਉਹ ਪੰਡਿਤ ਜੀ ਆਉਣ ਵਾਲੇ ਆ, ਛੇਤੀ ਆ। ਆ ਗਿਆ ਮੈਂ, ਬਸ ਆ ਗਿਆ ਜੀ, ਮੈਨੂੰ ਜਾਣਾ ਪੈਣਾ, ਬਹੁਤ ਜ਼ਰੂਰੀ ਕੰਮ ਹੈ। ਆ ਮਲੇਸ਼ੀਆ ਵਿੱਚ ਜ਼ਰੂਰੀ ਕੰਮ ਪੈ ਗਿਆ? ਦੋ ਡਰੱਗ ਸ਼ਾਪ ਮਿਲ ਰਹੀਆਂ ਨੇ ਇੱਥੇ ਵੀ ਜੀ, ਬਸ ਉਹਨਾਂ ਦੇ ਡੀਲਰਾਂ ਦੇ ਫੋਨ ਆ ਜਾਂਦੇ ਆ, ਬਸ ਸੌਦਾ ਪੱਕਾ ਕਰ ਲੈਣਾ ਆਪਣੇ ਨਾਂ ਤੇ, ਰਜਿਸਟਰੀ ਕਰਾਉਣ ਤੋਂ ਬਾਅਦ ਨਾਲ ਦੀ ਨਾਲ ਬਸ ਆ ਬੱਚਿਆਂ ਦੇ ਨਾਂ ਤੇ ਟ੍ਰਾਂਸਫਰ ਕਰ ਦੇਣਾ ਜੀ। ਜੇ ਇਹ ਗੱਲ ਆ ਫਿਰ ਖੜੇ ਕਿਉਂ ਭੱਜੋ? ਮੈਂ ਤਾਂ ਤੁਰਿਆ ਨਹੀਂ ਜਾਂਦਾ, ਇਹ ਭੱਜਣ ਨੂੰ ਕਹੀ ਜਾਂਦਾ। ਹਾਂਜੀ ਬਸ ਕੁਛ ਨਹੀਂ ਜੀ, ਗਿਆ ਤੇ ਆਇਆ ਬਸ ਸਮਝੋ ਬਸ। ਅੰਦਰ ਕਿੱਥੇ ਚੱਲੇ? ਮੈਂ ਅੰਦਰ ਆ ਗਿਆ। ਓ ਬਸ ਜੀ, ਜਿੱਦ ਸਾਹਿਬ ਦੇਖ ਰਿਹਾ ਸੀ ਤੁਸੀਂ ਮਕਾਨ ਬਹੁਤ ਸੋਹਣਾ ਬਣਾਇਆ ਜੀ। ਆ ਬੇਟਾ ਰੌਕੀ, ਹੈ ਬੇਟਾ ਮੈਨੂੰ ਬਾਹਰ ਦਾ ਰਸਤਾ ਦਿਖਾਓ। ਬਾਹਰ ਦਾ ਰਸਤਾ ਦਿਖਾਓ? ਮੇਰਾ ਮਤਲਬ ਹੈ ਬਾਹਰੋਂ ਅੰਦਰ ਆਉਣ ਦਾ ਰਸਤਾ ਦਿਖਾਓ। ਲੈ ਚਲੋ ਬੇਟਾ ਲੈ ਚਲੋ। ਓਕੇ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਸ ਗਿਆ ਤੇ ਆਇਆ ਸਮਝੋ। ਅੱਛਾ ਮੈਨੂੰ ਐਂ ਦੱਸ, ਗੇਟ ਕਿਹੜੇ ਪਾਸੇ ਆ? ਠੀਕ ਹੈ, ਉਹ ਦੂਜੇ ਨੂੰ ਸੰਭਾਲ ਕੇ ਰੱਖੀ, ਇਹ ਨਾ ਹੋਵੇ ਮੇਰੇ ਆਉਣ ਤੱਕ ਕੁੱਟ ਖਾਈ ਬੈਠੇ ਹੋ। ਠੀਕ ਹੈ, ਗੇਟ ਨੂੰ ਹੱਥ ਪਾ ਦੇ ਕਰੀ।
चल ठीक है चंगा। टैक्सी टैक्सी। हाँ जी बैठो। किथे जाना जी? इस पते ते ले चल मैनू। हाँ जी हुणे लेके चलदा जी। भैया कार हौली चला, झटके बड़े लग रहे ने। तकरीबन 4.5 बिगे थां। बस ये समझ लो कि यह है बलवंत सिंह सिद्धू का छोटा जा दौलत खाना। पहुंच गए जी 25 रिंगट। इन्ने घर थोड़ा दूर सी ना, इस करके घर ता यार जेड़ा दूर सीगा सीगा, रास्ता बड़ा खराब सी, गड्डी हिलदी हुई है, ऐ लगदा सी जिवें धूरी चले हुन्ने आ। बेटे इस तो पहला कि मैं अपनियां बेटियां दा हाथ तुहाडे हाथ विच दवां, मैं तुहानू चंगी तरह परख लेना चाहुंदा। तुहाडा रहन सहन, तुहाडा खाण पीण, तुहाडा सुभाअ, तुहाडी नेचर किस तरह दी आ, पर इहदे लई जरूरी आ कि तुहानू कुछ दिन मेरी अखां सामने इसे घर विच रहना पऊ। ओ एक रिक्वेस्ट सी अंकल। हाँ बोलो बेटे। तुहानू कोई इतराज तो नहीं जे असीं थोड़े दिन इसे घर च रह लिए? ओ यार मैं फारसी बोली सी, ए बंदा कि तोता, मैं जिहड़ी गल बोलदा मगरे मगर रिपीट करी जांदा। ओए हुण तू किधर मुंह चक्किया? ओए 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 इहनू की हो गया? आहो अपने लाते नू, हौली हौली बेटे, आराम नाल बेटे। रॉकी हेलो टिकू, तू आ गया? हाँ काजल आ गया मैं। चल वेरी गुड। आ तू मुंह नू की लाया? ओ ए लगिया रह गया। ओ ओ ओ कुछ नहीं कुछ नहीं, मैं दूध पीता सी ना, मलाई लगी रह गई होनी है। अच्छा चल तू छड़, तू अग्गे आ। जसिका जसिका जल्दी पानी लेके आ। डैडी आ की कीता है? आ की कीता? मैं कीता? सब तुहाडा कीता कराया, तुहाडियां सिड़कां ते मुंडा घबराया। आ तेरी कुड़ियां दे जिद्दां दे नमूने सिलेक्ट कीते आ ना, सला घबराउणा तां सानू चाहीदा। जारी आ तू पेंट कोट बड़ा सोहना पाया, बहुत सोहना लगदा पिया। तैनूं वधिया लग्या? हां मैं खुद आप देख के पसंद कीता है। चलो तू अग्गे सीधा सीधा चलो, तुसी रेस्ट करो। अंकल आ किचन च रखियो। तुसी भी चलो। रब्बा छोटी मोटी थड़ी ते आप वेख लिया कर तू। चलन खब्बे ले खब्बे ले खब्बे। हाँ ठीक है। आप पिछे नु किथे जाई जाना तू? यूटर ले यूटर ले यूटर ले। हाँ मुड़ जा मुड़ जा, आ जा सीधा सीधा सीधा। हाँ थोड़े खबे 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 आ जा, 40 स्टेप अग्गे आना तू। 1 2 3 4 5 6 7 अब पिछे किथे देखी जाना वा? मैं देखदा कोई देख ना रहा होवे। हाँ तेनु बहुत देखदा ना जिदा। चल अग्गे आ जा सीधा। अच्छा मेरी गल सुन, ज्यादा ना हड़बड़ाहट च ना वीरे नु पता नहीं चलना चाहिए कि तू अन्ना। ओके ओके। अच्छा हुन ना दरवाजा खोल, अगे ना पौड़ियां आणगे लोहे दियां गोल गोल, ध्यान ना आई। ओके ओके ऊपर चढ़ के। टिंकू आ गया? राजन अच्छा थोड़ा ना आओ जी। पाजी वेलकम जी, वेलकम। सस्सीकाल जी। सस्सीकाल जी, सस्सीकाल, बैठो प्लीज। ਲਓ ਜੀ ਵਿਆਹ ਦੀ 8 ਤਰੀਕ ਫਾਈਨਲ ਕਰਤੀ, ਉੱਠ ਕੇ ਗਲੇ ਮਿਲੋ ਫਿਰ ਸਾਰੇ। ਭਾਜੀ ਮੈਂ ਪੰਡਿਤ ਜੀ ਦੇ ਨੀ ਆਪਣੇ ਗਲੇ ਮਿਲਣ ਲਈ ਕਿਹਾ ਸੀ। ਮੁਬਾਰਕਾਂ ਮੁਬਾਰਕਾਂ ਬਹੁਤ। ਆਪਦੇ ਜਣੇ ਤਾਂ ਤੈਨੂੰ ਹੀ ਮਿਲਿਆ। ਭਾਜੀ ਬੈਠੋ ਬੈਠੋ ਪਲੀਜ਼ ਬੈਠੋ ਸਾਰੇ। ਆਹ ਦੇਖੋ ਕਾਜਲ ਨੇ ਤੁਹਾਡੇ ਵਾਸਤੇ ਸ਼ੇਰਵਾਨੀਆਂ ਪਸੰਦ ਕੀਤੀਆਂ ਨੇ, ਤੁਸੀਂ ਦੇਖੋ ਕਿਹੜੀ ਪਾਉਣੀ ਇਹਨਾਂ 'ਚੋਂ। ਵੀਰੇ ਆ ਨਾ ਆ ਵਾਲੀ। ਤੂੰ ਚੁੱਪ ਕਰ, ਆਪਾਂ ਭਾਜੀ ਦੀ ਪਸੰਦ ਦੇਖਣੀ ਹੈ। ਹਰਾ ਰੰਗ ਪਾ ਲੂੰਗਾ। ਭਾਜੀ ਹਰਾ ਰੰਗ ਤਾਂ ਕੋਈ ਵੀ ਨਹੀਂ ਇਹਨਾਂ 'ਚੋਂ। ਸੋਰੀ ਨੀਲੇ ਰੰਗ ਦੀ ਪਾਊਂਗਾ। ਨੀਲਾ ਵੀ ਕੋਈ ਨਹੀਂ, ਤੁਸੀਂ ਇਹਨਾਂ 'ਚ ਪਸੰਦ ਕਰੋ ਭਾਜੀ।
ਓ ਬਾਬਾ ਬਸ ਜੋ ਕਾਜਲ ਨੂੰ ਪਸੰਦ ਹੈ ਉਹੀ ਪਾ ਲੂੰਗਾ ਜੀ ਵੀਰੇ ਆਣਾ ਪਿੰਕ ਪਾ ਲੈਣਗੇ ਹੈ ਨਾ ਪਿੰਕ ਪਿੰਕ ਤਾਂ ਮੇਰਾ ਫੇਵਰਟ ਹੈ ਬਸ ਪਿੰਕ ਹੀ ਪਾਉਂਗਾ ਮੈਂ ਨਾ ਲੇਟ ਹੋ ਰਿਹਾ ਫਿਰ ਮੈਂ ਚੱਲਦਾ ਹਾਂ ਨਾ ਲੈ ਭਾਜੀ ਇੱਦਾਂ ਕਿਵੇਂ ਚੱਲਦੇ ਹੋ ਬਗੈਰ ਚਾਹ ਪਾਣੀ ਪੀਤੇ ਤੋਂ ਕਿਵੇਂ ਜਾਣ ਦੇ ਦਾਂਗੇ ਆਹ ਦੇਖੋ ਕਾਜਲ ਨੇ ਤੁਹਾਡੇ ਲਈ ਕੀ ਬਣਾਇਆ ਪਹਿਲਾਂ ਤੁਸੀਂ ਖਾਓ ਉਹ ਲੱਡੂ ਨਹੀਂ ਬਣਾਏ ਜੀ ਮਫਲਰ ਬਣਾਇਆ ਤੁਹਾਡੇ ਵਾਸਤੇ ਉਹ ਅੱਛਾ ਮੈਂ ਖਾਓ ਕਿਆ ਗਿਆ ਐਕਚੁਅਲੀ ਪਾਓ ਕਹਿਣਾ ਸੀ ਪਹਿਲਾਂ ਤੁਸੀਂ ਪਾਓ ਲੇਟ ਹੋ ਗਿਆ ਫਿਰ ਮਿਲਦੇ ਬਸ ਚੰਗਾ ਜੀ ਆ ਗਿਆ ਉਹ ਤੁਸੀਂ ਉਹ ਤੁਸੀਂ ਪਤੰਦਰੋਂ ਮੇਰੇ ਪਿੱਛੇ ਪਿੱਛੇ ਇੱਥੇ ਵੀ ਆ ਗਏ ਉਹ ਘੱਟੋ ਘੱਟ ਮੇਰੇ ਸਹੁਰੇ ਦੇ ਘਰੇ ਤਾਂ ਮੈਨੂੰ ਇਕੱਲੇ ਨੂੰ ਛੱਡ ਦੋ ਤੇਰੇ ਸਹੁਰਿਆਂ ਦਾ ਘਰ ਨਹੀਂ ਸਿੱਧੂ ਸਾਹਿਬ ਦਾ ਘਰ ਆ ਉਹ ਨਹੀਂ ਮੈਂ ਇੰਨੀ ਛੇਤੀ ਇੱਥੇ ਕਿਵੇਂ ਪਹੁੰਚ ਸਕਦਾ ਆਇਆ ਉਹ ਤੂੰ ਇੱਥੇ ਘੁੰਮੀ ਜਾ ਰਿਹਾ ਕਿਤੇ ਗਿਆ ਨੀ ਮਾਮਾ ਨਹੀਂ ਰੋਕੀ ਮੈਨੂੰ ਲੱਗਦਾ ਆਪਾਂ ਬਹੁਤ ਵੱਡੀ ਮੁਸੀਬਤ ਚ ਫਸ ਗਏ ਮੈਂ ਉੱਤੋਂ ਆਇਆ ਤੁਸੀਂ ਥੱਲੇ ਖੜੇ ਹੋ ਕਿਤੇ ਤਾਂ ਨੀ ਆਪਣੇ ਸਹੁਰੇ ਇੱਕੋ ਘਰ ਚ ਹੈ ਉਹ ਇੱਕ ਮਿੰਟ ਤੂੰ ਉੱਤੇ ਘੁੰਮੀ ਜਾ ਰਿਹਾ ਅਸੀਂ ਥੱਲੇ ਆ ਉਹ ਕਿਤੇ ਨੀ ਆਪਣੇ ਸਹੁਰੇ ਇੱਕੋ ਘਰ ਚ ਇਹੋ ਕਹਿ ਰਿਹਾ ਉਹ ਪਤੰਦਰੋਂ ਅੰਦਰ ਚਲੋ ਫੜੇ ਗਏ ਤੇ ਕਿਸੇ ਦਾ ਵਿਆਹ ਨੀ ਹੋਣਾ ਰੱਬਾ ਮੈਨੂੰ ਵੀ ਬਰਬਾਦ ਦਾੜੀ ਕਿੱਥੇ ਤੇਰੀ ਕੀ ਤੈਨੂੰ ਇਹਨਾਂ ਵੱਡਾ ਝੂਠ ਬੋਲਣ ਲਈ ਕਿੰਨੇ ਗਿਆ ਸੀ ਨਕਲੀ ਅੰਕਲ ਉਹ ਨਹੀਂ ਨਹੀਂ ਯਾਰ ਨਕਲੀ ਅੰਕਲ ਕਿਹਾ ਵਾ ਹਾਂ ਉਹੀ ਤੇ ਫਿਰ ਹੋਰ ਕੀ ਕਰਦੇ ਤੂੰ ਆਪ ਹੀ ਹਾਲੀ ਤੂੰ ਆਪ ਹੀ ਕਿਹਾ ਸੀ ਅੰਕਲ ਆਉਣ ਕੇ ਫੇਰ ਹੀ ਗੱਲ ਬਣੂ ਅਸੀਂ ਅਸਲੀ ਅੰਕਲ ਨੂੰ ਲਿਆਉਣ ਲਈ ਕਿਹਾ ਸੀਗਾ ਅਸਲੀ ਅੰਕਲ ਜਵਾਬ ਦੇ ਗਏ ਜੇ ਡੈਡੀ ਨੂੰ ਪਤਾ ਚੱਲ ਗਿਆ ਇਹ ਰਿਸ਼ਤਾ ਕਦੇ ਨਹੀਂ ਹੋਣਾ ਜਦੋਂ ਅਸਲੀ ਅੰਕਲ ਆ ਸਕਣ ਉਦੋਂ ਆਇਓ ਅੱਜ ਦੇ ਅੱਜ ਹੀ ਵਾਪਸ ਚਲੇ ਜਾਓ ਮੇਰਾ ਦਿਲ ਨਾ ਤੋੜੋ ਵਿਕਰਮ ਮੈਂ ਤੈਨੂੰ ਗੁਆਉਣਾ ਨਹੀਂ ਚਾਹੁੰਦੀ ਫਿਰ ਸਮਝਾ ਨਾ ਪਾਪਾ ਇਹਨੂੰ ਜਾ ਕੇ ਭਾਵੇਂ ਅੰਕਲ ਨਕਲੀ ਆ ਪਰ ਪਿਆਰ ਅਸਲੀ ਆ ਮੇਰਾ ਇਹ ਗੱਲ ਵੱਡੇ ਨਹੀਂ ਸਮਝਦੇ ਵੱਡੇ ਨਹੀਂ ਸਮਝਦੇ ਤਾਂ ਹੀ ਛੋਟਿਆਂ ਨੂੰ ਝੂਠ ਬੋਲਣੇ ਪੈਂਦੇ ਆ ਨਾਲੇ ਝੂਠ ਬੋਲਣਾ ਤੁਸੀਂ ਸਾਨੂੰ ਸਿਖਾਇਆ ਇੱਕ ਝੂਠ ਤੁਸੀਂ ਬੋਲਣ ਨੂੰ ਕਿਹਾ ਇੱਕ ਅਸੀਂ ਆਪਣੇ ਕੋਲੋਂ ਐਡ ਕਰ ਦਿੱਤਾ ਬਾਈ ਵਨ ਗੈਟ ਵਨ ਫ੍ਰੀ ਤੂੰ ਮੇਰੇ ਲਈ ਕੁਝ ਵੀ ਕਰ ਸਕਦਾ ਮੈਨੂੰ ਨਹੀਂ ਪਤਾ ਤੁਸੀਂ ਇੱਕ ਪ੍ਰੋਮਿਸ ਮੈਂ ਨਾ ਕਰੋ ਕੁਛ ਵੀ ਹੋ ਜਾਏ ਤੁਸੀਂ ਮੈਨੂੰ ਡੈਡੀ ਤੋਂ ਲੈ ਕੇ ਜਾਣਾ ਉਹ ਵੀ ਉਹਨਾਂ ਨੂੰ ਮਨਾ ਕੇ ਵੇਖ ਮੈਨੂੰ ਤੇਰੀ ਗੱਲ ਸਮਝ ਤੇ ਨਹੀਂ ਆਈ ਪਰ ਇੱਕ ਵਾਅਦਾ ਮੈਂ ਤੇਰੇ ਨਾਲ ਕਰਦਾ ਕਿ ਤੇਰੇ ਡੈਡੀ ਨੂੰ ਮਨਾਉਣ ਨੂੰ ਨਾ ਭਾਵੇਂ ਮੈਨੂੰ ਪੂਰੀ ਉਮਰ ਲੱਗ ਜੇ ਪਰ ਇੰਡੀਆ ਮੈਂ ਹੁਣ ਤੈਨੂੰ ਨਾਲ ਲੈ ਕੇ ਜਾਊਂਗਾ ਨਹੀਂ ਤੇ ਯੱਟ ਮਲੇਸ਼ੀਆ ਤੋਂ ਵਾਪਸ ਨਹੀਂ ਮੁੜਦਾ ਦਿਲ ਜਾਨੀਆ ਬੈਰੂ ਜਾਨੀਆ ਦਿਲ ਜਾਨੀਆ ਬੈਰੂ ਜਾਨੀਆ ਜਾਨੀਆ ਬੈਰੂ ਜਾਨੀਆ ਦਿਲ ਜਾਨੀਆ Thank you.
ਤੀਰ ਤੇਰੀ ਹੋ ਗਿਆ ਜਗੀਰ ਮੇਰਾ ਸੋਹਣਿਆ ਜਗੀਰ ਤੇਰੀ ਹੋ ਗਿਆ ਤਸਵੀਰ ਤੇਰੀ ਹੋ ਗਿਆ ਜਿਗਰ ਮੇਰਾ ਸੋਹਣਿਆ ਜਗੀਰ ਤੇਰੀ ਹੋ ਗਿਆ ਤੂੰ ਹੀ ਤੂੰ ਤੂੰ ਹੀ ਤੂੰ ਵੇ ਮਹਿਰਬਾਨ ਹਰ ਦਮ ਗਾਨੀਆਂ ਦਿਲ ਜਾਨੀਆਂ ਸਮਾਨ ਸਾਨੂੰ ਹੋ ਗਿਆ ਇਸ਼ਕ ਤੇਰਾ ਸੋਹਣਿਆ ਇਮਾਨ ਸਾਨੂੰ ਹੋ ਗਿਆ ਓ ਨਾ ਤੇਰਾ ਰੱਬ ਦੇ ਸਮਾਨ ਸਾਨੂੰ ਹੋ ਗਿਆ ਇਸ਼ਕ ਤੇਰਾ ਸੋਹਣਿਆ ਇਮਾਨ ਸਾਨੂੰ ਹੋ ਗਿਆ ਇਹੋ ਕਹਾਂ ਤੇਰੀ ਰਾਹ ਸਦਾ ਮੈਂ ਸਦਾ ਸੁਣ ਹਾਣੀਆਂ ਦਿਲ ਜਾਨੀਆਂ ਮੇਰੂ ਜਾਨੀਆਂ ਦਿਲ ਜਾਨੀਆਂ ਕਾਜਲ ਤੋਂ ਦੁਨੀਆ ਛੱਡੋਗੇ ਅੱਗੇ ਬਾਰੀ ਆ ਬਾਰੀ ਨੂੰ ਫੜੋ ਹਾਂ ਧਿਆਨ ਨਾ ਅੱਗੇ ਜਾ ਕੇ ਨਾ ਥੱਲੇ ਉਤਰਨਾ ਠੀਕ ਆ ਕਿੱਥੇ ਆਓ ਕੌਣ ਅੰਕਲ ਤੇਰਾ ਦੂਜਾ ਅੰਕਲ ਪਿੱਛੇ ਬ੍ਰਾਂਡ ਸਾਹਿਬ ਬ੍ਰਾਂਡ ਸਾਹਿਬ ਇਹ ਕੀ ਹੋ ਰਿਹਾ ਇਹ ਲੰਗੂਰ ਬਣਨ ਦੀ ਕੀ ਲੋੜ ਪੈ ਗਈ ਇੱਥੇ ਹੀ ਖੜੋ ਇੱਕ ਮਿੰਟ ਇੱਥੇ ਹੀ ਪਿੱਛੇ ਫੜ 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 ਤੁਸੀਂ ਗਲਤ ਸਮਝ ਗਏ ਸਮਝ ਗਏ ਗਲਤ ਮੈਂ ਤਾਂ ਐਕਸਰਸਾਈਜ਼ ਕਰ ਰਿਹਾ ਸੀਗਾ ਕਿਹੜੀ
ਮੇਰੀ ਮਾਂ ਨੇ ਉੱਪਰ ਨਵਾਂ ਜਿਮ ਖੋਲਿਆ ਜਿੱਥੇ ਐਕਸਰਸਾਈਜ਼ ਕਰਦੇ ਸੀ। ਉੱਤੇ ਨਹੀਂ ਜੀ, ਉੱਤੇ ਥੱਲੇ, ਉੱਤੇ ਥੱਲੇ। ਦੇਖੋ ਫਿਟ ਰਹਿਣ ਲਈ ਪਿਛਲੇ 10 ਸਾਲਾਂ ਤੋਂ ਮੈਂ ਕੈਨੇਡਾ ਵਿੱਚ ਹਰ ਰੋਜ਼ ਗ੍ਰੋਸ ਮਾਊਂਟੇਨ ਤੇ ਚੜਦਾ ਜੀ। ਇੱਥੇ ਕੋਈ ਆਪਸ਼ਨ ਹੈ ਨਹੀਂ ਸੀ ਜੀ, ਮੈਂ ਕਿਹਾ ਚਲੋ ਕੰਧਾ ਕੋਠੀ ਸੀ ਜੀ। ਕਿਉਂ ਗੁਫਰ ਤੋਲਦੇ ਹੋ? ਮੈਂ ਤੁਹਾਨੂੰ ਇਹਨਾਂ ਦੀਦੀਆਂ ਨਾਲ ਉੱਪਰ ਕੁੜੀ ਨਾਲ ਖੜੇ ਗੱਲਾਂ ਕਰਦੇ ਦੇਖਿਆ। ਮੈਂ ਵੀ ਉਹ ਕੁੜੀ ਉਹ ਬੱਚੀ ਤਾਂ ਜੀ ਪ੍ਰਭਾਵ ਤੋਂ ਕੀ ਮੈਨੂੰ ਐਕਸਰਸਾਈਜ਼ ਕਰਦੇ ਦੇਖ ਕੇ ਮੈਨੂੰ ਕਹਿੰਦੀ ਅੰਕਲ ਤੁਸੀਂ ਥੱਕ ਗਏ ਹੋਗੇ, ਪਲੀਜ਼ ਪਾਣੀ ਜ਼ਰੂਰ ਪੀ ਕੇ ਜਾਇਓ। ਪਾਣੀ ਨੂੰ ਉੱਥੇ ਉਹਨੇ ਛਬੀਲ ਲਾਈ ਹੋਈ ਸੀ। ਚੱਲ ਇੱਕ ਮਿੰਟ ਲਈ ਮੰਨ ਲਿਆ। ਇਹ ਦੱਸੋ ਮੈਨੂੰ ਵੇਖ ਕੇ ਉੱਥੋਂ ਭੱਜੇ ਕਿਉਂ ਸੀ ਜੀ? ਐਕਸਰਸਾਈਜ਼ ਕਰਦੇ ਸੀ। ਰਨਿੰਗ 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 ਉਹ ਦੌੜਾ ਰਹੇ ਸੀ। ਉਹ ਕੌਣ ਦੌੜਾ ਰਿਹਾ ਮੇਰੇ ਅੰਕਲ ਨੂੰ? ਮੈਨੂੰ ਪੁੱਛ ਤੇ ਲਿਆ ਕਰੋ। ਪਿਛਲੇ 10 ਸਾਲ ਤੋਂ ਜੁਆਇੰਟ ਪੇਨ ਕਰਕੇ ਮਨਾ ਕੀਤਾ ਡਾਕਟਰ ਨੇ ਇਹਨਾਂ ਨੂੰ ਦੌੜ ਭੱਜ ਕਰਨ ਤੋਂ। ਸੁਣ ਲਿਆ ਸੁਣ ਲਿਆ, ਮੈਂ ਕਿਹਾ ਸੀ ਨਾ ਅੰਕਲ ਝੂਠ ਬੋਲਦੇ ਆ। ਹਾਂ ਜਿਹੜੀ ਮੇਰੀ ਗੱਲ ਸੁਣੋ। ਉਹ ਮੇਰੀ ਗੱਲ ਸੁਣੋ ਜੀ, ਦੇਖੋ ਅਸੀਂ ਆਪਣੇ ਕੰਮਾਂ ਕਾਰਾਂ 'ਚ ਕੈਨੇਡਾ ਬਿਜ਼ੀ ਰਹਿੰਦੇ ਹਾਂ ਜੀ। ਬੱਚੇ ਇੱਥੇ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਰਹਿੰਦੇ ਨੇ ਜੀ, ਇਸ ਕਰਕੇ ਇੱਕ ਦੂਜੇ ਦੀ ਸੂਹ ਘੱਟੀ ਰੱਖੀ ਦੀ ਹੈ ਜੀ। ਉਹ ਜਿਹੜਾ ਇੱਕ ਦੂਜੇ ਦੀ ਸੂਹ ਨਹੀਂ ਵਿਆਹ ਤੋਂ ਬਾਅਦ ਥੋੜੀ ਸੂਹ ਸਵਾਹ ਰੱਖਣਗੇ? ਜਿਹੜੀ ਪਲੀਜ਼, ਤੁਸੀਂ ਕਿਉਂ ਸਵੇਰੇ ਸਵੇਰੇ ਸਾਰੇ ਦੇ ਪਿੱਛੇ ਪਏ ਹੋ? ਅੰਕਲ ਜੀ ਐਕਸਰਸਾਈਜ਼ ਕਰ ਰਹੇ ਨਾ, ਕਰਨ ਦੋ ਮਮਾ। ਤੁਸੀਂ ਚੱਲੋ ਜੀ। ਮੈਂ ਕਿੱਥੇ ਚੱਲਾਂ? ਤੁਸੀਂ ਚੱਲੋ ਚੱਲੋ ਮਾਸੜ ਜੀ, ਮੈਨੂੰ ਸਮਝ ਨਹੀਂ ਆਉਂਦੀ ਇਸ ਉਮਰੇ ਕੰਨਾਂ ਤੇ ਚੜ੍ਹ ਕੇ ਮੈਂ ਜਾਂਦਾ ਬੰਦਾ ਕੀ ਕਰ ਲਾਂ। ਛੱਡ ਦੋ, ਉਹ ਫਿਕਰ ਨਾ ਕਰੋ, ਸਾਂਭ ਲਿਆ ਮੈਂ। ਹੁਣ ਤੇ ਦੱਸ ਕਰ ਕੀ ਰਿਹਾ ਸੀ ਤੂੰ? ਉਹ ਮੈਂ ਤਾਂ ਯਾਰ ਉੱਤੇ ਕਾਜ਼ਲ ਨੂੰ ਮਿਲ ਕੇ ਸਾਰੀ ਸੱਚਾਈ ਦੱਸਣ ਗਿਆ ਸੀ, ਅੰਕਲ ਨੇ ਦੇਖ ਲਿਆ। ਕੀ ਕਹਿੰਦਾ ਨਹੀਂ ਦੱਸਣਾ? ਆਇਓ ਰੱਬਾ, ਇੱਕ ਤਾਂ ਕਿਸੇ ਦਾ ਯਾਰ ਦੋਸਤ ਬੋਲਾ ਨਾ ਹੋਵੇ। ਤੂੰ ਦੱਸ ਇਹਨੂੰ, ਦੱਸ ਇਹਨੂੰ। ਅੱਛਾ ਦੱਸੀ ਹੈ ਨਾ? ਉਹ ਕੀ ਆ ਯਾਰ? ਅੰਕਲ ਦੇਖ ਲਿਆ ਕੀ ਇਹਨੂੰ? ਉੱਤੇ ਕਾਜ਼ਲ ਜੱਫੀ, ਉਹ ਤੂੰ ਕਾਜਲ ਨੂੰ ਜੱਫੀਆਂ ਪਾਉਂਦਾ ਫਿਰਦਾ ਓਏ। ਤੂੰ ਆਪਣਾ ਮੂੰਹ ਬੰਦ ਰੱਖ, ਜੇ ਅੱਜ ਨਾ ਕੱਲ ਫਸਾਂਗੇ ਤੇਰੇ ਕਰਕੇ ਫਸਾਂਗੇ ਬਸ। ਹਾਂ ਉਹ ਦਿਸਦਾ ਤੈਨੂੰ ਹੈ ਨਹੀਂ, ਮੂੰਹ ਚੱਕ ਕੇ ਉੱਤੇ ਦੱਸਣ ਤੁਰ ਪਿਆ, ਅੱਜ ਜਾਂ ਕੱਲ ਤੇਰੇ ਕਰਕੇ ਫਸਾਂਗੇ। ਹਾਂ ਉੱਤੇ ਹੋ ਤੁਹਾਡੇ ਦੋਵਾਂ ਕਰਕੇ ਮੈਂ ਫਸੂੰਗਾ, ਕਸੂਤਾ ਫਸੂੰਗਾ। ਉਹ ਨਹੀਂ ਫਸਦੇ ਯਾਰ, ਇੰਨੀ ਵੱਡੀ ਗੱਲ ਹੋ ਗਈ, ਹੁਣ ਨਹੀਂ ਫਸੇ, ਗਾਂ ਸਵਾਹ ਫਸਾਂਗੇ। ਟਿੰਕੂ ਮਰ ਗਏ ਹੋਏ, ਅਸਲੀ ਅੰਕਲ ਆ ਗਏ। ਮਰਵਾਤਾ ਮੈਨੂੰ ਵੀ। ਇੱਕ ਮਿੰਟ ਭਾਈ ਸਾਹਿਬ, ਮਾਫ ਕਰਨਾ, ਮੈਂ ਤੁਹਾਨੂੰ ਪਹਿਚਾਣਿਆ ਨੀ। ਤੁਸੀਂ? ਮੈਂ ਬਲਵੰਤ ਸਿੰਘ ਸਿੱਧੂ, ਇਸ ਘਰ ਦਾ ਓਨਰ। ਓ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ, ਮੈਂ ਬੱਚਿਆਂ ਦਾ ਅੰਕਲ। ਪਰ ਬੱਚਿਆਂ ਨੇ ਤਾਂ ਮੈਨੂੰ ਇੱਕੋ ਅੰਕਲ ਬਾਰੇ ਦੱਸਿਆ ਸੀ ਜਿਹਨੇ ਇਹਨਾਂ ਨੂੰ ਗੋਦ ਲਿਆ। ਅੰਕਲ ਪੈਰੀ ਪੈਣਾ ਜੀ। ਜਿਉਂਦਾ ਰਹਿ, ਜਿਉਂਦਾ ਰਹਿ। ਤੁਸੀਂ ਕਦੋਂ ਆਏ? ਮੈਂ ਹੁਣੇ ਆ, ਪਰ ਆਪਾਂ ਆਪਾਂ ਉਹ ਆਪਾਂ ਸਾਰੇ ਤਾਂ ਪਹਿਲਾਂ ਹੀ ਆ ਗਏ ਸੀ ਅੰਕਲ, ਤੁਸੀਂ ਬੜੀ ਲੇਟ ਹੋ ਗਏ ਜੀ। ਮੈਂ ਬੱਚਿਆਂ ਨੂੰ ਦੱਸਤਾ ਸੀ ਬਈ ਮੈਂ ਲੇਟ ਆਊਂਗਾ। ਉਹ ਸਮਾਨ ਪੈ ਕੇ ਆਪਣਾ। ਕਿਉਂ ਸਮਾਨ ਕਿਉਂ ਪੈ ਕਰਨਾ? ਸਿੱਧੂ ਸਾਹਿਬ ਸਮਝਿਆ ਕਰੋ, ਹੁਣ ਅੰਕਲ ਆ ਗਏ, ਔਰ ਉਹ ਬੱਚੇ ਨੇ ਅੰਕਲ ਨੂੰ ਦੇਣਾ। ਚਲੋ ਨਾ, ਇਦਾਂ ਕਿੱਦਾਂ ਅੰਕਲ ਨੂੰ ਦੇਣਾ, ਪਹਿਲਾਂ ਪਤਾ ਤਾਂ ਲੱਗੇ ਕਿਹਦੇ ਅੰਕਲ ਆ। ਸਿੱਧੂ ਸਾਹਿਬ ਬੱਚਿਆਂ ਦਾ ਅੰਕਲ। ਤੁਸੀਂ ਕਿਹੜੇ ਅੰਕਲ ਹੋ? ਸਿੱਧੂ ਸਾਹਿਬ ਬਰਾੜ ਅੰਕਲ। ਪਰ ਬਰਾੜ ਅੰਕਲ ਤਾਂ ਇਹ ਨੇ। ਸਿੱਧੂ ਸਾਹਿਬ ਤੁਸੀਂ ਕਮਾਲ ਕਰਦੇ ਹੋ, ਬਰਾੜ ਗੋਤ ਕਰਾ ਮੈਂ ਪੇਟੈਂਟ ਕਰਾ ਲਿਆ ਜਿਹੜਾ ਕੋਈ ਰੱਖ ਨਹੀਂ ਸਕਦਾ। ਤੁਸੀਂ ਸਿਆਣੇ ਬੜੇ ਬੰਦੇ ਦੀ ਬੇਇੱਜ਼ਤੀ ਕਰੀ ਜਾਂਦੇ ਹੋ। ਗੱਲ ਸੁਣੋ, ਜੋ ਵੀ ਗੱਲ ਪੁੱਛਣੀ ਹੈ ਬੱਚਿਆਂ ਤੋਂ ਪੁੱਛੋ। ਯਾਰ ਬੱਚਿਆਂ ਨੂੰ ਕਿ ਮੈਂ ਸਵਾਹ ਪੁੱਛਾਂ? ਇੱਕ ਨੇ ਮੂੰਹ ਨੂੰ ਸੀਰ ਲਾਈਆ, ਦੂਜੇ ਨੇ ਦਿਮਾਗ ਨੂੰ। ਮੈਂ ਪੁੱਛਦਾ ਕੁਛ ਦੱਸ ਦੇ ਕੁਛ। ਹਾਂ ਦੱਸੋ ਕਿਹੜੇ ਅੰਕਲ ਹੈ? ਮੈਂ ਇਕੱਲਾ ਨਹੀਂ ਆ ਜੀ, ਆ ਰੌਕੀ ਵੀ ਨਾਲ ਹੀ ਆ। ਨਾਲੇ ਸ਼ੁਰੂਆਤ ਤੁਹਾਡੀਆਂ ਕੁੜੀਆਂ ਨੇ ਕੀਤੀ ਆ। ਪੁੱਛ ਰਿਹਾ ਵੀ ਪਿਆਰ ਦੀ ਸ਼ੁਰੂਆਤ ਕਿਹਨੇ ਕੀਤੀ ਆ? ਰੌਕੀ ਤੂੰ ਦੱਸ ਯਾਰ। ਉਹ ਇਹਦਾ ਵਿਚਾਰੇ ਦਾ ਜ਼ਰੂਰ ਵਰਤ ਖਲੋਣਾ, ਤੂੰ ਕਿਉਂ ਨਹੀਂ ਬੋਲਦਾ? ਓਏ ਮੈਨੂੰ ਕੋਈ ਦੱਸੂਗਾ ਇਹ ਸਭ ਕੀ ਹੋ ਰਿਹਾ? ਰੌਕੀ ਡਿੱਗ ਪਿਆ। ਰੌਕੀ ਡਿੱਗ ਪਾ? ਰੌਕੀ ਕਿਉਂ ਡਿੱਗੂਗਾ? ਸਿੱਧੂ ਸਾਹਿਬ ਸਮਝਿਆ ਕਰੋ, ਵੱਡੇ ਬਰਾੜ ਸਾਹਿਬ ਮੇਰੇ ਅੰਕਲ ਨੇ। ਜਿਵੇਂ ਬਿਕਰਮ ਤੇ ਰੌਕੀ ਨੂੰ ਮੈਂ ਗੋਦ ਲਿਆ ਸੀ ਨਾ, ਬਿਲਕੁਲ ਉਸੇ ਤਰ੍ਹਾਂ ਹੀ ਮੇਰੀ ਹੋਮ ਡਿਲੀਵਰੀ ਹੁੰਦਿਆਂ ਸਾਰੇ ਅੰਕਲ ਨੇ ਮੈਨੂੰ ਗੋਦ ਲੈ ਲਿਆ ਸੀ। ਹੋਮ ਡਿਲੀਵਰੀ? ਕੀ ਗੱਲ, ਜਨਰਲ ਸਟੋਰ ਤੋਂ ਮੰਗਾਇਆ ਸੀ? ਦਰਅਸਲ ਦਾਈ ਨੇ ਮੈਨੂੰ ਘਰੇ ਆ ਕੇ ਜੰਮਿਆ ਸੀ ਨਾ, ਇਸ ਕਰਕੇ ਅਸੀਂ ਹੋਮ ਡਿਲੀਵਰੀ ਹੋ ਗਈ ਦਾ। ਡੈਡ ਤਾਂ ਮੇਰੇ ਪਹਿਲੇ ਹੈ ਨਹੀਂ ਸੀਗੇ, ਤੇ ਮੇਰੀ ਮਾਂ ਮੈਨੂੰ ਜੰਮਦੇ ਸਾਰ ਹੀ ਕਿਸੇ ਹੋਰ ਨੂੰ ਪਿਆਰੀ ਹੋ ਗਈ। ਪਰ ਅਸੀਂ ਮਲੇਸ਼ੀਆ ਵਿੱਚ ਤਾਂ ਰੱਬ ਨੂੰ ਪਿਆਰੀ ਕਹੀਦਾ। ਇਹ ਸਿੱਧੂ ਸਾਹਿਬ ਦਾ ਤਾਂ ਪਤਾ ਚੱਲ ਗਿਆ, ਪਰ ਦੂਜੇ ਅੰਕਲ ਕੌਣ ਸੀ? ਦੂਜੇ ਅੰਕਲ ਕੌਣ? ਉਹ ਅੱਛਾ, ਉਹ ਬਾਹਰ ਜਿਨ੍ਹਾਂ ਨੇ ਐਨਕਾਂ ਲਾਈਆਂ ਹੋਈਆਂ ਉਹ ਵਾਲੇ ਨਾ, ਉਹ ਵੀ ਅੰਕਲ ਹੀ ਨੇ। ਤੁਹਾਨੂੰ ਪਤਾ ਨਹੀਂ ਉਹਨਾਂ ਦਾ? ਉਹ ਕੁੜੀਆਂ ਦੇ ਅੰਕਲ,
ਕੁੜੀਆਂ ਦੇ ਅੰਕਲ ਨੇ ਨਾਲੇ ਅੰਕਲ ਕੁੜੀਆਂ ਦੇ ਵਿਆਹ ਦੀ ਗੱਲ ਨਾ ਉਹਨਾਂ ਦੇ ਅੰਕਲ ਨੇ ਕਰਨੀ ਆ ਬਸ ਤੁਸੀਂ ਸਮਝ ਲਓ ਕੁੜੀਆਂ ਦੇ ਵਿਆਹ ਦਾ ਡਿਸੀਜ਼ਨ ਉਹਨਾਂ ਦੇ ਅੰਕਲ ਨੇ ਹੀ ਲੈਣਾ ਅਤੇ ਨਾਲੇ ਆ ਕੁੜੀਆਂ ਦੇ ਫਾਦਰ ਨਾਲ ਨਾ ਜ਼ਿਆਦਾ ਗੱਲਬਾਤ ਕਰਨ ਦੀ ਲੋੜ ਨਹੀਂ ਤੁਸੀਂ ਅੰਕਲ ਨਾਲ ਹੀ ਰਹੋ ਹਾਂ ਬਲਕਿ ਮੈਥੋਂ ਵੀ ਵੱਡੇ ਬਿਜ਼ਨਸਮੈਨ ਨੇ ਉਹਨਾਂ ਦੇ ਅੱਗੇ ਪਿੱਛੇ ਕੋਈ ਹੈ ਹੀ ਨਹੀਂ ਉਹਨਾਂ ਨੇ ਮੈਨੂੰ ਗੋਦ ਲਿਆ ਹੈ ਜਾਣ ਲੱਗੇ ਸਭ ਕੁਛ ਮੈਨੂੰ ਦੇ ਕੇ ਜਾਣਗੇ ਉਸੇ ਤਰ੍ਹਾਂ ਮੈਂ ਜਾਣ ਲੱਗੇ ਸਭ ਕੁਛ ਬੱਚਿਆਂ ਨੂੰ ਦੇ ਕੇ ਜਾਊਂਗਾ ਉਹ ਤਾਂ ਸਭ ਠੀਕ ਹੈ ਪਰ ਤੁਹਾਡੇ ਖਾਨਦਾਨ ਵਿੱਚ ਗੋਦ ਲੈਣ ਵਾਲੀ ਪਰੰਪਰਾ ਅੱਗੇ ਵੀ ਚੱਲੂਗੀ ਕਿ ਬੱਚੇ ਕੁਛ ਆਪ ਵੀ ਉਦਮ ਕਰਨਗੇ ਚਲੋ ਉਹ ਤਾਂ ਸਭ ਠੀਕ ਹੈ ਪਰ ਤੁਸੀਂ ਕੁੜੀ ਵਾਲਿਆਂ ਨੂੰ ਇੱਕ ਗੱਲ ਸੱਚ ਦੱਸਤੀ ਹੈ ਨਾ ਕਿ ਤੁਸੀਂ ਦੋਵੇਂ ਬੋਲ ਸੁਣ ਨਹੀਂ ਸਕਦੇ ਗੱਲ ਸੁਣ ਲਓ ਮੈਨੂੰ ਝੂਠ ਤੋਂ ਸਖਤ ਨਫ਼ਰਤ ਹੈ ਹਾਂ ਓਕੇ ਕਹਿੰਦਾ ਓਕੇ ਨਾ ਜੇ ਗੱਲ ਐਡੀ ਕੁ ਸੀ ਤਾਂ ਵੱਡੇ ਬਰਾੜ ਸਾਹਿਬ ਸਾਹਮਣੇ ਉਦੋਂ ਕਿਉਂ ਨਾ ਕੀਤੀ ਐਕਚੁਅਲੀ ਬਰਾੜ ਸਾਹਿਬ ਬਹੁਤ ਅਮੀਰ ਬੰਦੇ ਨੇ ਮੈਂ ਵਿਕਰਮ ਤੇ ਰੌਕੀ ਦਾ ਰਿਸ਼ਤਾ ਤੁਹਾਡੇ ਵਰਗੇ ਬੰਦਿਆਂ ਦੇ ਘਰੇ ਕਰਾ ਰਿਹਾ ਇਹ ਸੁਣ ਕੇ ਕਿਤੇ ਭੜਕ ਨਾ ਜਾਣ ਬਸ ਮੈਂ ਥੋੜ੍ਹਾ ਜਿਹਾ ਡਰ ਗਿਆ ਸੀ ਤੇ ਜੇ ਹੁਣ ਭੜਕ ਗਏ ਨਹੀਂ ਨਹੀਂ ਜਦ ਹੁਣ ਬਰਾੜ ਸਾਹਿਬ ਇੱਥੇ ਆ ਹੀ ਚੁੱਕੇ ਨੇ ਆਪਾਂ ਕਿਵੇਂ ਨਾ ਕਿਵੇਂ ਮਨਾਵਾਂਗੇ ਛੋਟੇ ਬਰਾੜ ਸਾਹਿਬ ਤੁਹਾਡੀਆਂ ਅੱਖਾਂ 'ਚ ਕਿੰਨੀ ਸੱਚਾਈ ਇੱਥੇ ਸਾਲੀ ਲਾਈਟ ਹੀ ਹੈ ਨਹੀਂ ਐਡੇ ਸੱਚੇ ਸੁੱਚੇ ਅਮੀਰ ਤੇ ਅਨਾਥ ਖਾਨਦਾਨ ਵਿੱਚ ਮੇਰੀਆਂ ਬੱਚੀਆਂ ਬਹੁਤ ਖੁਸ਼ ਰਹਿਣਗੀਆਂ ਆ ਛੋਟੇ ਬਰਾੜ ਸਾਹਿਬ ਮੇਰੇ ਵੱਲੋਂ ਪੱਕੀ ਹਾਂ ਆਉਂਦੀ 8 ਤਰੀਕ ਨੂੰ ਸਾਡੇ ਲੀਚੜ ਦੇ ਕਿਰਾਏਦਾਰ ਦੀ ਭੈਣ ਦਾ ਵਿਆਹ ਜੇ ਤੁਹਾਡੀ ਆਗਿਆ ਹੋਵੇ ਆਪਾਂ ਟੈਂਟ ਉਤਰਨੇ ਨਹੀਂ ਦੇਣੇ ਉਸੇ ਟੈਂਟ ਵਿੱਚ 9 ਤਰੀਕ ਨੂੰ ਆਪਾਂ ਆਪਣੇ ਬੱਚਿਆਂ ਦਾ ਵਿਆਹ ਕਰ ਦਿੰਦੇ ਡਨ ਪੱਕਾ ਠੀਕ ਹੈ ਉਹ ਟਿੰਕੂ ਉਹ ਅਸੀਂ ਤੇ ਅੰਕਲ ਨੂੰ ਸਾਂਭ ਲਿਆ ਤੂੰ ਦੱਸ ਸਿੱਧੂ ਸਾਹਿਬ ਦਾ ਕੀ ਬਣਿਆ ਹਾਲੇ ਮੈਂ ਦੱਸਿਆ ਨੀ ਪਰ ਵਿਆਹ ਤੋਂ ਪਹਿਲਾਂ ਮੈਂ ਸਿੱਧੂ ਸਾਹਿਬ ਨੂੰ ਆਪੀ ਸਮਝਾ ਲੂਗਾ ਨਾਲੇ ਮੇਰੀ ਗੱਲ ਸੁਣੋ ਵਿਆਹ ਤੋਂ ਪਹਿਲਾਂ ਤੁਸੀਂ ਦੋਨੇ ਜਾਣੇ ਆਪਦਾ ਮੂੰਹ ਬੰਦ ਰੱਖਿਓ ਜੇ ਕਿਤੇ ਹੁਣ ਸਿੱਧੂ ਸਾਹਿਬ ਨੂੰ ਇਹ ਪਤਾ ਲੱਗ ਗਿਆ ਵੀ ਤੁਸੀਂ ਦੋਨੇ ਜਾਣੇ ਫਿਜ਼ੀਕਲੀ ਡਿਸੇਬਲ ਹੋ ਤਾਂ ਉਹਨਾਂ ਨੇ ਕੁੜੀਆਂ ਦੇਣ ਤੋਂ ਮੁੱਕਰ ਜਾਣਾ ਇੱਥੇ ਚੱਕਣ ਵਾਲੀ ਦੁਨੀਆ ਬਥੇਰੀ ਬੈਠੀ ਹੈ ਦੋਵੇਂ ਅੱਖਾਂ ਵੀ ਕੰਨ ਵੀ ਅਤੇ ਹੱਥ ਪੈਰ ਵੀ ਠੀਕ ਨੇ ਫਿਰ ਫਿਜ਼ੀਕਲੀ ਡਿਸੇਬਲ ਕਿੱਧਰੋਂ ਹੋਈ ਮੈਨੂੰ ਤਾਂ ਅੰਦਰੋਂ ਕੋਈ ਹੋਰ ਗੱਲ ਲੱਗਦੀ ਹੈ ਉਹ ਤੂੰ ਕਾਜਲ ਨੂੰ ਮਹਿੰਦੀ ਦੇਣ ਜਾਏਗਾ ਕੁੜੀ ਵਾਲੇ ਨੂੰ ਮਹਿੰਦੀ ਮੁੰਡੇ ਵਾਲੀ ਦੇ ਕੇ ਆਉਂਦੇ ਹੁੰਦੇ ਨੇ ਉਹ ਤੈਨੂੰ ਕਿਸੇ ਨੇ ਵੇਖ ਲਿਆ ਨਾਲ ਸਾਨੂੰ ਮਰਵਾਏਗਾ ਕਿਸੇ ਹੋਰ ਨੂੰ ਭੇਜ ਦੇ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਨੂੰ ਭੇਜਦਾ ਉਹ ਮੁੰਡੇ ਵਾਲੇ ਚੋਂ ਕੱਲਾ ਹੀ ਮੈਂ ਇੱਥੇ ਮੈਂ ਹੀ ਜਾਊਂਗਾ ਵੇਖਿਆ ਮੰਨ ਗਿਆ ਆਇਆ ਜਾ ਰਿਹਾ ਹਾਂ ਅੱਜ ਤੋਂ ਬਾਅਦ ਤੁਸੀਂ ਆਪਦਾ ਕੰਮ ਆਪੀ ਸਾਹਮੋ ਅੱਜ ਰਾਤ ਨੂੰ ਮੈਂ ਤਿੱਤਰ ਹੋ ਜਾਣਾ ਕਿਉਂ ਓਏ ਆਉਂਦਾ ਲੱਗਦਾ ਕੱਲ ਨੂੰ ਮੇਰਾ ਵਿਆਹ ਹੈ ਮੈਂ ਲਾੜਾ ਬਣ ਨੂੰ ਫਿਰਦਾ ਤੁਸੀਂ ਮੈਨੂੰ ਬੁੱਢਾ ਬਣਾਈ ਫਿਰਦੇ ਹੋ ਕੱਲ ਨੂੰ ਮੈਂ ਸਵੇਰੇ ਆਪਣੇ ਘਰੋਂ ਬਰਾਤ ਲੈ ਕੇ ਨਿਕਲਣਾ ਪਰ ਸਿੱਧੂ ਸਾਹਿਬ ਵੱਡੇ ਬਰਾੜ ਸਾਹਿਬ ਤਾਂ ਇੱਥੇ ਨੇ ਮੇਰੇ ਹੋਣ ਜਾਂ ਨਾ ਹੋਣ ਦਾ ਫਰਕ ਨਹੀਂ ਪੈਂਦਾ ਵੈਸੇ ਪੈਂਦਾ ਬੱਚੇ ਤੁਸੀਂ ਗੋਦ ਲਿਆ ਨਾ ਕਿ ਵੱਡੇ ਬਰਾੜ ਸਾਹਿਬ ਨੇ ਜੇ ਇੱਦਾਂ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜੋਗੇ ਨਾ ਫਿਰ ਮੇਰੇ ਵੱਲੋਂ ਵੀ ਰਿਸ਼ਤੇ ਤੋਂ ਨਾ ਹੀ ਸਮਝੋ ਸਿੱਧੂ ਸਾਹਿਬ ਕਮਾਲ ਕਰਦੇ ਤੁਸੀਂ ਸਮਝਿਆ ਕਰੋ ਤਾਂ ਹਲੋ ਹਲੋ ਕੈਨੇਡਾ ਦੀ ਫੋਨ ਆ ਗਿਆ ਹਲੋ ਟਿੰਕੂ ਕਿੱਥੇ ਆ ਤੂੰ ਬਸ ਥੋੜੀ ਦੇਰ 'ਚ ਆ ਗਿਆ ਮੇਰੀ ਇਹ ਗੱਲ ਧਿਆਨ ਨਾਲ ਸੁਣ ਲਾ ਮਹਿੰਦੀ ਦੀ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਆ ਜਾਈ ਨਹੀਂ ਤਾਂ ਫਿਰ ਤੂੰ ਤਾਂ ਮੈਨੂੰ ਜਾਣਦਾ ਹੀ ਆ ਸਮਝ ਗਿਆ ਠੀਕ ਹੈ ਨਾ ਠੀਕ ਹੈ ਹਾਂ ਸਿੱਧੂ ਸਾਹਿਬ ਮੈਨੂੰ ਮੁੰਡੇ ਪੈਣਾ ਕੈਨੇਡਾ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਦਾ ਵਿਆਹ ਹੋ ਜਾਵੇ ਹਾਂਜੀ ਫਿਰ ਪਰਸੋਂ ਨੂੰ ਦੇਖ ਕੇ ਹੀ ਮੁੜਿਓ
टिंकू देख देख के ध्यान नाल काजल चंगा होया तू आ गई काजल मेनू ऐ दस मैं सही तो आ रहा ना पर तू इथे की करदा पया वा अपने सट्टा लवा के तेरे मेहंदी लाउन आ रहा काजल पर तू सीधे राह नहीं आ सकदा सीधे राह के मैं आ जांदा जे कोई घरों निकल दे ताया ना आ हुण निकले सी सिद्धू साहब ने फड़ लिया हाय रब्बा कट्टो कट्टे दाढ़ी मुछ ते ला आंदा दाढ़ी मुछा के मिला दा थल्ले सिद्धू दा सारा टब्बर इकट्ठा होया बैठा उन्हां नूं की जवाब दूंगा मैं हुण तक काजल आ साहब तेरे कोल आके लाउना मैं चला जा हाथ फड़ ला ब्राड़ फिर उत्ते ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਝੱਗਾ ਚੱਕਦੇ ਢਿੱਡ ਨੰਗਾ ਆਪਣਾ ਹੀ ਹੁੰਦਾ ਚੰਗਾ ਧਰਮ ਸੰਕਟ 'ਚ ਪਿਆ ਪਰ ਜਦੋਂ ਬੰਟੀ ਨੂੰ ਕਾਜਲ ਦੀਆਂ ਕਰਤੂਤਾਂ ਬਾਰੇ ਪਤਾ ਲੱਗੂ ਉਹ ਤਾਂ ਵਿਚਾਰਾ ਜਿਉਂਦੇ ਜੀ ਮਰ ਜੂ ਸਿੱਧੂ ਸਾਹਿਬ ਬੰਟੀ ਚੰਗਾ ਕੀਤਾ ਤੂੰ ਆ ਗਿਆ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮੈਂ ਵੀ ਤੁਹਾਡੇ ਨਾਲ ਜ਼ਰੂਰੀ ਗੱਲ ਹੀ ਕਰਨਾ ਹੈ ਜੋ ਵੀ ਹੋ ਰਿਹਾ ਠੀਕ ਨਹੀਂ ਹੋ ਰਿਹਾ ਬੇਟੇ ਸਭ ਠੀਕ ਹੋ ਜਾਏਗਾ ਸਭ ਠੀਕ ਹੋ ਜਾਏਗਾ ਇੱਥੇ ਬੈਠ ਬਸ ਇੱਕ ਵਾਰੀ ਮੈਨੂੰ ਖੁੱਲ੍ਹ ਕੇ ਕਾਜਲ ਨਾਲ ਗੱਲ ਕਰ ਲੈਣ ਦੇ ਹੱਦ ਹੋ ਗਈ ਗੜਬੜ ਤਾਂ ਮੁੰਡਿਆਂ 'ਚ ਹੈ ਕਾਜਲ ਨਾਲ ਕਿਹੜੀ ਗੱਲ ਕਰਨੀ ਹੈ ਮੁੰਡਿਆਂ 'ਚ ਕੋਈ ਗੜਬੜ ਨਹੀਂ ਗੜਬੜ ਮੁੰਡਿਆਂ ਦੇ ਅੰਕਲ 'ਚ ਓਹੋ ਸਿੱਧੂ ਸਾਹਿਬ ਤੁਸੀਂ ਬਿਲਕੁਲ ਭੋਲਿਓ ਤੁਹਾਨੂੰ ਕੁਛ ਨਹੀਂ ਪਤਾ ਜਿਹੜੇ ਮੁੰਡਿਆਂ ਨੂੰ ਤੁਸੀਂ ਕੁੜੀਆਂ ਦੇ ਰਹੇ ਹੋ ਨਾ ਉਹ ਸਾਰੀ ਉਮਰ ਪਾਪਾ ਨਹੀਂ ਬਣ ਸਕਦੇ ਮੈਨੂੰ ਪਤਾ ਹੈ ਕਿਉਂਕਿ ਉਹਨਾਂ ਦੇ ਖਾਨਦਾਨ 'ਚ ਬੱਚਾ ਗੋਦ ਲੈਣ ਦੀ ਪਰੰਪਰਾ ਜੋ ਚੱਲਦੀ ਹੈ ਓਹੋ ਪਰੰਪਰਾ ਪਰੰਪਰਾ ਵਾਲੀ ਕੋਈ ਗੱਲ ਨਹੀਂ ਸਮਝੋ ਤੁਸੀਂ ਨਾਨਾ ਨਹੀਂ ਬਣ ਸਕਦੇ ਚਪੇੜ ਨੂੰ ਸੜਦੇ ਰੱਖ ਕੇ ਮੂੰਹ ਤੇ ਇੱਕ ਮੈਂ ਨਾਨਾ ਭਾਵੇਂ ਬਣਾ ਭਾਵੇਂ ਨਾ ਬਣਾ ਪਰ ਤੂੰ ਬਹੁਤ ਛੇਤੀ ਮਾਮਾ ਬਣ ਜਾਣਾ ਆਪਣੀ ਭੈਣ ਨੂੰ ਸਮਝਾ ਲੈ ਜਿਹੜੀ ਫੁੜੇ ਦਾ ਚੱਕਰ ਚਲਾਈ ਫਿਰਦੀ ਆ ਅੱਛਾ ਜੇ ਮੈਂ ਹੁਣ ਤੁਹਾਡੇ ਜਵਾਈਆਂ ਦੀ ਸੱਚਾਈ ਦੱਸਤੀ ਤਾਂ ਉਲਟਾ ਸਾਡੇ ਤੇ ਉਂਗਲਾਂ ਚੱਕੋਗੇ ਸਬੂਤ ਕੀ ਹੈ ਤੁਹਾਡੇ ਕੋਲ ਤੇਰੀ ਭੈਣ ਇਸ਼ਾਰੇ ਕਰ ਕਰ ਬੁੜੇ ਨੂੰ ਉੱਪਰ ਸੱਦਦੀ ਇਹਨਾਂ ਅੱਖਾਂ ਨਾਲ ਦੇਖੀ ਆ ਇੱਕ ਤਾਂ ਪਤਾ ਨਹੀਂ ਆ ਸੁੱਜੀਆਂ ਜੀ ਅੱਖਾਂ ਤੁਹਾਡੀਆਂ ਕੀ ਦੇਖ ਲੈਂਦੀਆਂ ਨੇ ਸੁੱਜਣੀਆਂ ਤਾਂ ਆਪੇ ਨੇ ਤੇਰੀ ਭੈਣ ਦੀ ਰਾਖੀ ਕਰ ਕਰ ਉਹ ਨਿੰਦਲੀਆਂ ਜੋ ਰਹਿੰਦੀਆਂ ਨੇ ਸਭ ਝੂਠ ਚਲੋ ਮੇਰੇ ਨਾਲ ਹੁਣ ਇਹ ਦੁੱਧ ਦੁੱਧ ਔਰ ਪਾਣੀ ਤਾਂ ਪਾਣੀ ਹੋ ਜੂ ਚਲੋ ਮੇਰੇ ਨਾਲ ਹੁਣ ਸੋਚ ਕੀ ਰਹੇ ਹੋ ਹੁਣ ਮੈਂ ਆਪਣੇ ਕੁੜਮਾਂ ਨੂੰ ਰੰਗੇ ਹੱਥੀ ਫੜਦਾ ਚੰਗਾ ਲੱਗਦਾ ਚੱਲ ਠੀਕ ਆ ਤੇਰੀ ਤਸੱਲੀ ਲਈ ਇਹ ਵੀ ਸਹੀ ਚੱਲ ਚਲੋ ਚੱਲ ਤੁਰ ਤੁਰ ਚਲੋ ਹੁਣ ਇੱਧਰ ਕਿੱਧਰ ਚੱਲਿਆ ਬਿਜ਼ਨਸ ਕਲਾਸ ਪੌੜੀਆਂ ਨੂੰ ਇੱਧਰ ਮਾਰ ਇਕਨੋਮੀ ਕਲਾਸ ਸੁਰਮੇਦਾਨੀ ਆਜੋ 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 ਸੁਰਮੇਦਾਨੀ ਹੁਣ ਦੱਸੋ ਕਿੱਥੇ ਮੁੰਡੇ ਦਾ ਅੰਕਲ ਐਵੇਂ ਚੱਪੜ ਚੱਪੜ ਲਾਈ ਸੀ ਕੀ ਹੋਇਆ ਡੈਡੀ ਕੁਛ ਨਹੀਂ ਇਹ ਮੇਰੇ ਜੀਜਾ ਜੀ ਨੇ ਜੀਜਾ ਜੀ ਇਹ ਸਾਡੇ ਮਕਾਨ ਮਾਲਕ ਪੈਰੀ ਪੈਣਾ ਅੰਕਲ ਜਿਉਂਦਾ ਰਹੇ ਡੈਡੀ ਦੱਸ ਤਾਂ ਦਿਓ ਕੀ ਲੱਭ ਰਹੇ ਹੋ ਕੁਛ ਨਹੀਂ ਤੁਸੀਂ ਆਪਣੀ ਮਹਿੰਦੀ ਲਓ ਕਿਵੇਂ ਸਾਲਾ ਮੁਫਤ ਦੀਆਂ ਰੋਟੀਆਂ ਪਾੜ ਕੇ ਸੁੱਤਾ ਪਿਆ ਰੌੜੀ ਯੈਸ ਸਰ ਤੂੰ ਛੋਟੇ ਬ੍ਰਾਂਡ ਨੂੰ ਬਾਹਰ ਜਾਂਦੇ ਨੂੰ ਤਾਂ ਨਹੀਂ ਵੇਖਿਆ ਨੋ ਸਰ ਅੰਦਰ ਨਾ ਹੋਣ ਓਏ ਕਾਹਨੂੰ ਯਾਰ ਅੰਦਰ ਵੀ ਨਹੀਂ ਹੈ ਬਾਹਰ ਵੀ ਨਹੀਂ ਹੈ ਛੱਤ ਤੇ ਵੀ ਨਹੀਂ ਹੈ ਗਿਆ ਤੇ ਕਿੱਥੇ ਗਿਆ ਐਵਰੀਥਿੰਗ ਓਕੇ ਸਰ ਕਾਹਦਾ ਓਕੇ ਯਾਰ ਬਸ ਅੱਜ ਤੋਂ ਬਾਅਦ ਤੂੰ ਇਸ ਘਰ ਦੀ ਨਿਗਰਾਨੀ ਨਹੀਂ ਕਰਨੀ ਸਿਰਫ ਤੂੰ ਛੋਟੇ ਬ੍ਰਾਂਡ ਤੇ ਠੀਕਰੀ ਪਹਿਰਾ ਲਾਉਣਾ ਇਹ ਤੁਹਾਡੇ ਬਿਜ਼ਨਸ ਕਲਾਇੰਟ ਨੇ ਉਹ ਕਾਹਦਾ ਕਲਾਇੰਟ ਆ ਯਾਰ ਉਹ ਮੁੰਡੇ ਨਹੀਂ ਆਏ ਹੋਏ ਕੁੜੀਆਂ ਦੇ ਰਿਸ਼ਤੇ ਲਈ ਕੁੜੀਆਂ ਦੇ ਰਿਸ਼ਤੇ ਲਈ ਆਹੋ ਉਹਨਾਂ ਦਾ ਅੰਕਲ ਹੈ ਬਸ ਜਦੋਂ ਆਇਆ ਮੈਨੂੰ ਦੱਸੀ ਬੇਵਕੂਫ ਮੈਨੂੰ ਤਾਂ ਪਹਿਲਾਂ ਹੀ ਥੱਤੀ ਤੇ ਜਿੱਡੇ ਜਿੱਡੇ ਉਹ ਨਿਆਣੇ ਹੈ ਉਹਨਾਂ ਦੇ ਤਾਂ ਰਾਲੇ ਤਦੇ ਉਹਨਾਂ ਨੂੰ ਬਜਾਰੋਂ ਤਾਂ ਤੂੰ ਲੈਣ ਨਾ ਭੇਜਣ ਤਲਵਾਰ ਲੈਣ ਤੇ ਮੈਂ ਭੇਜ ਦਿੱਤਾ ਸਿਕੰਦਰ ਮੈਂ ਤਾਂ ਤੇਰੇ ਭਰੋਸੇ ਹੱਥ ਤੇ ਹੱਥ ਧਰ ਕੇ ਬੈਠਾ ਰਿਹਾ ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ ਟਿਵਾਣਾ ਟਿਵਾਣਾ ਤੂੰ ਬਿਲਕੁਲ ਟੈਨਸ਼ਨ ਨਾ ਲੈ ਤਲਵਾਰ ਹਲੇ ਉੱਥੇ ਹੀ ਹੈ ਨਾ ਮੈਂ ਆਪਣਾ ਦਿਮਾਗ ਤਲਾਂਦਾ ਹੈ ਤੇ ਤਿਵੇਂ ਤੇ ਤੂੰ ਤੇ ਤਰੋਂ ਤਲਵਾਰ ਚੱਤਨੀ ਹੈ ਕੱਲ ਉਹਦੇ ਘਰ ਕੋਈ ਵਿਆਹ ਏ ਉਸ ਤੋਂ ਬਾਅਦ ਮੈਂ ਆਪ ਤਲਵਾਰ ਚੋਰੀ ਕਰਕੇ ਲਿਆਉਂ ਮਾਸਟਰ ਜੀ ਉਹ ਦੇਖੋ ਵੇਟਰ ਵੇਟਰ ਤੈਨੂੰ ਕਿਹਾ ਹਾਂ ਮੈਨੂੰ ਇੱਧਰ ਆ ਉਹ ਜਲਦੀ ਕਰ ਹਾਂ ਆ ਜੂਠੇ ਭਾਂਡੇ ਚੱਕ ਇੱਕ ਮਿੰਟ ਮੈਂ ਵੇਟਰ ਨੂੰ ਬੁਲਾ ਲਾਂ ਕਿਉਂ ਕੀ ਗੱਲ ਤੂੰ ਨਹੀਂ ਚੱਕ ਸਕਦਾ ਤੂੰ ਵੇਟਰ ਦਾ ਹਿੱਸੇ ਚੋਂ ਲੱਗਿਆ ਹੋਇਆ ਚੱਕ ਤੇ ਤੂੰ ਤਾਂ ਦੇ ਆ
ਸਾਡੇ ਵਾਂਗੂ ਤੁਸੀਂ ਵੀ ਕੋਈ ਟ੍ਰੇ ਚੱਕ ਲਓ ਤੇ ਤੁਹਾਡੇ ਤੇ ਕੋਈ ਗੰਦ ਨਹੀਂ ਚੁਕਾਊਗਾ। ਵਿਕਰਮ ਰੌਕੀ ਇੱਕ ਮਿੰਟ ਥੱਲੇ ਆਓ। ਇਹ ਅਚਕਨਾਂ ਤਾਂ ਕੱਲ੍ਹ ਤੁਹਾਡੇ ਵਿਆਹ 'ਚ ਪਾਉਣ ਨੂੰ ਮੰਗਵਾਈਆਂ ਸੀ ਅਤੇ ਤੁਸੀਂ ਅੱਜ ਹੀ ਚਾੜੀ ਫਿਰਦੇ ਹੋ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਡੇ ਅੰਕਲ ਕਿੱਥੇ ਆ? ਹਾਂਜੀ ਮੇਰਾ ਮਤਲਬ ਛੋਟੇ ਬਰਾੜ ਸਾਹਿਬ ਕਿੱਥੇ ਆ? ਹੋ ਅੰਕਲ ਇੱਥੇ ਹੋਣੇ, ਕਿਤੇ ਤਿਆਰ ਹੁੰਦੇ ਹੋਣੇ। ਨਾ ਤਿਆਰ ਹੋਣ ਨੂੰ ਉਹਨੇ ਨੰਦਾ 'ਤੇ ਬਹਿਣਾ। ਜਾਓ ਬੁਲਾ ਕੇ ਲੈ ਕੇ ਆਓ, ਬੁਲਾ ਕੇ ਲੈ ਕੇ ਆ ਉਹਨਾਂ ਨੂੰ। ਯਾਰ ਇਹ ਕਿੱਦਾਂ ਦੇ ਬੰਦੇ ਆ? ਤੁਹਾਨੂੰ ਬੰਦੇ ਲੱਗਦੇ ਜੀ? ਹਾਂ ਆਪਾਂ ਕਹਿ ਦਿੰਦੇ ਹਾਂ ਬਿਜ਼ਨਸ ਮੀਟਿੰਗ ਲਈ ਬੈਂਕ ਗਏ। ਚੱਲ ਆ ਗਏ ਛੋਟੇ ਬਰਾੜ ਸਾਹਿਬ। ਉਹ ਨਾ ਬੈਂਕ ਗਏ ਆ, ਕੋਈ ਜ਼ਰੂਰੀ ਬਿਜ਼ਨਸ ਮੀਟਿੰਗ ਸੀ। ਕਿਹੜੇ ਤੇਰੇ ਪਾਪਾ ਜੀ ਦਾ ਇਹੋ ਜਿਹਾ ਬੈਂਕ ਆ ਜਿਹੜਾ ਐਤਵਾਰ ਨੂੰ ਵੀ ਖੁੱਲਦਾ? ਟਾਈਮ ਟਾਈਮ ਤੇ ਫਿਰ ਲੱਗ ਹੀ ਜਾਂਦਾ ਨਾ ਜੀ ਬੈਂਕਾਂ ਮੁੰਕਾਂ 'ਚ, ਲੈਣਾ ਰੋਣਾ ਬਹੁਤ ਲੰਮੀਆਂ ਹੁੰਦੀਆਂ। ਮੇਰਾ ਪਾਰਾ ਨਾ ਚੜਾ ਯਾਰ, ਇਹਨੇ ਸੁੱਖਿਆ ਹੋਇਆ ਤੇਰੇ ਵੰਡੇ ਦਾ ਇਹ ਨਹੀਂ ਬੋਲਣਾ ਹਰ ਵਾਰੀ। ਬੇਟਾ ਉਹ ਤੈਨੂੰ ਸੁਣਿਆ ਨੀ, ਸਾਲਾ ਲੱਗ ਹੀ ਜੌਨ ਬਣਿਆ ਫਿਰਦਾ। ਓਏ ਮੈਂ ਆਵਾਜ਼ ਮਾਰੀ ਸੀ, ਕੰਨਾਂ 'ਚ ਤੇਲ ਪਾਇਆ, ਸਾਲਾ ਬੁੱਝ ਜਿਆ। ਇਹ ਪੱਤਾ ਮਾਰੂ ਮੇਰੇ ਹੱਥੋਂ। ਤੂੰ ਨਾ ਤੁੱਤ ਬੀਬੀ ਤੇ ਮੈਨੂੰ ਤੈਨੂੰ ਤੋਂਦ ਰਿਤ ਬੁਲਾ ਰੇ, ਤੈਨੂੰ ਨੂੰ ਨਹੀਂ ਛੱਡਣਾ ਮੈਂ। ਤਲ ਥੁਲੋ ਤਾਰੇ ਤੇਰਾ ਪਾਤੇ ਮੈਨੂੰ ਦਰਵਾਜ਼ੇ ਤੱਕ ਛੱਡ ਤੇ ਆ ਛੇਤੀ। ਤੂੰ ਚਲੋ ਅੱਧੇ ਚਲੋ 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 ਛੇਤੀ ਚਲੋ ਛੇਤੀ ਛੇਤੀ। ਓ ਬੇਟਰੋ ਤੁਸੀਂ ਇਕੱਠੇ ਕਿਵੇਂ ਘੁੰਮਦੇ ਉੱਥੇ ਭੂਆ ਦੀ ਕੁੜੀ ਦੇ ਵਿਆਹ 'ਚ ਆਇਓ? ਜਾਓ ਅੱਡ ਅੱਡ ਫੈਲ ਜਾਓ। ਓਏ ਤੂੰ ਕਿਵੇਂ ਮੂਲ ਕੋਈ ਜਾਂਦਾ ਹੈ? ਓ ਮੈਂ ਤੇਰਾ ਜੇਠ ਲੱਗਦਾ, ਇੱਧਰ ਗੱਲ ਸੁਣ। ਹਾਂ ਤੀਏ ਤੇਰਾ ਦੱਸਦਾ 30 ਕਿ 40 ਹੈ? ਆ ਜਾ ਲੈ, ਤੂੰ ਐਂ ਕਰੀ ਇੱਥੇ ਖੜਾ ਰਹੀ। ਟਿੰਕੂ ਭਾਜੀ ਜੋ ਕੁਛ ਵੀ ਚਾਹੀਦਾ ਹੋਇਆ ਇਹ ਤੋਂ ਮੰਗ ਲਿਓ, ਠੀਕ ਹੈ? ਓਕੇ ਪੌੜੀਆਂ। Yeah.
ਗਿਆ ਸੀ ਬੰਟੀ ਹਾਂਜੀ ਹਾਂਜੀ ਸਿੱਧੂ ਅੰਕਲ ਇਹ ਵਿਆਹ 'ਚ ਵੇਟਰ ਇੱਕ ਘੰਟੇ ਲਈ ਬੁਲਾਏ ਸੀ ਨਹੀਂ ਜੀ ਬੁਲਾਏ ਤਾਂ ਪੂਰੇ ਦਿਨ ਲਈ ਸੀਗੇ ਜੀ ਹੁਣ ਕਿੱਥੇ ਨੇ ਪਤਾ ਨਹੀਂ ਜੀ ਇਹੀ ਮੈਂ ਸੋਚ ਰਿਹਾ ਵੀ ਗਏ ਤਾਂ ਗਏ ਕਿੱਥੇ ਸਾਰੀ ਬਰਾਤ ਥੂ ਥੂ ਕਰਦੀ ਆ ਕਿ ਕੁੜੀ ਦਾ ਭਰਾ ਨੰਗ ਆ ਤੁਸੀਂ ਮੈਨੂੰ ਦੱਸੋ ਅੰਕਲ ਕੀ ਚਾਹੀਦਾ ਮੈਂ ਲੈ ਕੇ ਆਉਣਾ ਜੀ ਬੇਟੇ ਸਾਰੇ ਬਰਾਤੀਆਂ ਨੂੰ ਖਾਣ ਪੀਣ ਦਾ ਸਮਾਨ ਪਹੁੰਚਾਓ ਓਕੇ ਜੀ ਆ ਬੰਟੀ ਬੇਟੇ ਤੂੰ ਕੱਲਾ ਕਿਹਨੂੰ ਕਿਹਨੂੰ ਪੁੱਛੇਗਾ ਵਿਕਰਮ ਤੇ ਰੌਕੀ ਨੂੰ ਨਾਲ ਲੈ ਲੈ ਠੀਕ ਹੈ ਜੀ ਬਰਾਤ ਸਾਹਿਬ ਕੀ ਗੱਲਾਂ ਕਰੀ ਜਾ ਰਹੇ ਹੋ ਵਿਕਰਮ ਤੇ ਰੌਕੀ ਇਸ ਘਰ ਦੇ ਜਵਾਈ ਨੇ ਉਹ ਲੋਕਾਂ ਨੂੰ ਚਾਹ ਪਾਣੀ ਵਰਤਾਉਂਦੇ ਚੰਗੇ ਲੱਗਣਗੇ ਓਹ ਸਿੱਧੂ ਸਾਹਿਬ ਜਵਾਈ ਉਹਨਾਂ ਨੇ ਹਲੇ ਕੱਲ ਮੰਨਣਾ ਅੱਜ ਤਾਂ ਆਪਾਂ ਸਾਰੇ ਕੁੜੀ ਵਾਲੇ ਆ ਜਾ ਲੈ ਲੈ ਨਾਲ ਉਹਨਾਂ ਨੂੰ ਠੀਕ ਹੈ ਜੀ ਓ ਤੂੰ ਵੀ ਚੱਲ ਇੱਥੇ ਟਾਈ ਠੀਕ ਕਰੀ ਜਾਂਦਾ ਚੱਲ ਨਾਲ ਕੋਲਡ ਡਰਿੰਕ ਆਹੋ ਆਹੋ ਛੇਤੀ ਆ ਚਿਕਨ ਹੈ ਜਿੱਧਰ ਵਿਕਰਮ ਜਾ ਰਿਹਾ ਉਹਦੇ ਪਿੱਛੇ ਜਾ ਉਹਨਾਂ ਨੂੰ ਦੇ ਰਾਜ ਸਾਹਿਬ ਤੁਸੀਂ ਬੜੇ ਹੀ ਵਧੀਆ ਸੰਸਕਾਰ ਦਿੱਤੇ ਆ ਬੱਚਿਆਂ ਨੂੰ ਪਾਣੀ ਆ ਗਿਆ ਆਪਣੇ ਲਈ ਪੁੱਤਰ ਕੋਲਡ ਡਰਿੰਕ ਆ ਨਾ ਕੋਲਡ ਡਰਿੰਕ ਆ ਜੀ ਦੇਖੋ ਇਹ ਦੋਵੇਂ ਬੱਚੇ ਭਾਵੇਂ ਇਸ ਘਰ ਦੇ ਹੋਣ ਵਾਲੇ ਜਵਾਈ ਨੇ ਪਰ ਇੰਜ ਲੱਗਦਾ ਜਿਵੇਂ ਇਹ ਘਰ ਦੇ ਮੁੰਡੇ ਹੋਣ ਉਹ ਆਈ ਨਹੀਂ ਮੈਂ ਤੇ ਬੁਲਾਇਆ ਵੀ ਸੀ ਸਿੱਧੂ ਸਾਹਿਬ ਇਹ ਮੇਰੇ ਦੋਨੋਂ ਬੱਚੇ ਜ਼ਿੰਦਾ ਦਿਲ ਦੀ ਮਿਸਾਲ ਨੇ ਭਾਵੇਂ ਰੱਬ ਨੇ ਇਹਨਾਂ ਨਾਲ ਦੋ ਦੋ ਵਾਰੀ ਬੇਇਨਸਾਫੀ ਕੀਤੀ ਹੈ ਪਰ ਇਹਨਾਂ ਦੇ ਮੱਥੇ ਤੇ ਸ਼ਿਕਨ ਤੱਕ ਨਹੀਂ ਆਈ ਦੋ ਦੋ ਬੇਇਨਸਾਫੀਆਂ ਮੈਂ ਸਮਝਿਆ ਨਹੀਂ ਇੱਕ ਅਨਾਥ ਤੇ ਦੂਜਾ ਫਿਜ਼ੀਕਲੀ ਹੈਂਡੀਕੈਪ ਵਿਕਰਮ ਸੁਣ ਨਹੀਂ ਸਕਦਾ ਤੇ ਰੌਕੀ ਬੋਲ ਨਹੀਂ ਸਕਦਾ ਇਹ ਦੋਵੇਂ ਮੁੰਡੇ ਹੈਂਡੀਕੈਪ ਨੇ ਮੈਂ ਕੁਝ ਪੁੱਛ ਰਿਹਾ ਇਹ ਦੋਵੇਂ ਮੁੰਡੇ ਫਿਜ਼ੀਕਲੀ ਡਿਸੇਬਲਡ ਨੇ ਹਾਂਜੀ ਡੈਡੀ ਸ਼ਟ ਅਪ ਡੈਡੀ ਤੁਸੀਂ ਸਾਡੀ ਗੱਲ ਤਾਂ ਸੁਣ ਲਓ ਕੀ ਗੱਲ ਸੁਣਾ ਮੈਂ ਤੁਹਾਡੀ ਮੇਰੇ ਨਾਲ ਐਡਾ ਵੱਡਾ ਧੋਖਾ ਪਤਾ ਨਹੀਂ ਸਾਰੇ ਜਣੇ ਅੰਦਰ ਨੂੰ ਭੱਜੀ ਜਾਂਦੇ ਆ ਅੱਛਾ ਕਿਤੇ ਯਾਰ ਉਹ ਫਾਸੀ ਨਾ ਗਏ ਹੁਣ ਦੋਨੇ ਜਣੇ ਮੈਨੂੰ ਜਾਣਾ ਪੈਣਾ ਕਾਜ਼ਲ ਤੁਸੀਂ ਕਿਤੇ ਜਾਓਗੇ ਮੈਂ ਵੀ ਤਾਂ ਨਾ ਚੱਲ ਚਲਾ ਜਾ ਬਰਾੜ ਸਾਹਿਬ ਮੁੰਡਿਆਂ ਦੇ ਦੂਜੇ ਅੰਕਲ ਬੁਲਾਓ ਕਿੱਥੇ ਨੇ ਦੂਜੇ ਅੰਕਲ ਕਿਹੜੇ ਦੂਜੇ ਅੰਕਲ ਛੋਟੇ ਬਰਾੜ ਸਾਹਿਬ ਉਹ ਤਾਂ ਕੁੜੀਆਂ ਦੇ ਅੰਕਲ ਨੇ ਕੁੜੀਆਂ ਦੇ ਨਹੀਂ ਉਹ ਮੁੰਡਿਆਂ ਦੇ ਅੰਕਲ ਨੇ ਉਹ ਸਾਡੇ ਨਕਲੀ ਅੰਕਲ ਆ ਜੀ ਬਰਾੜ ਅੰਕਲ ਤੁਸੀਂ ਤੇ ਉਹਨੂੰ ਮਨਾ ਕਰ ਦਿੱਤਾ ਸੀ ਫਿਰ ਮਜਬੂਰੀ 'ਚ ਅਸੀਂ ਆਪਣੇ ਦੋਸਤ ਟਿੰਕੂ ਨੂੰ ਨਕਲੀ ਅੰਕਲ ਬਣਾ ਕੇ ਇੱਥੇ ਲੈ ਆਏ ਕਿਉਂਕਿ ਸੋਨੀਆ ਜੈਸਿਕਾ ਅਤੇ ਸਿੱਧੂ ਸਾਹਿਬ ਦੀ ਪਹਿਲੀ ਸ਼ਰਤ ਇਹੀ ਸੀ ਕਿ ਸਾਡੇ ਅੰਕਲ ਨਾਲ ਆਉਣੇ ਚਾਹੀਦੇ ਸਿੱਧੂ ਸਾਹਿਬ ਦੇਖੋ ਕੀ ਬਕਵਾਸ ਕਰਦਾ ਹੋ ਆਂਟੀ ਤੁਸੀਂ ਸੌਰੀ ਸੌਰੀ ਆਂਟੀ ਸੌਰੀ ਜੀ ਤੇਰੀ ਆਂਟੀ ਟਿੰਕੂ ਦੀ ਕੋਈ ਗਲਤੀ ਨਹੀਂ ਉਹਨੇ ਭੁਲੇਖੇ ਨਾਲ ਮੇਰੇ ਹੱਥ ਦੀ ਜਗ੍ਹਾ ਤੁਹਾਡਾ ਹੱਥ ਫੜ ਲਿਆ ਨਾ ਭੁਲੇਖੇ ਨਾਲ ਹੱਥ ਫੜਨੂ ਹੈ ਅੰਨਾ ਭੁਲੇਖੇ ਨਾਲ ਇਹਨੇ ਮੇਰਾ ਹੱਥ ਨਹੀਂ ਫੜ ਲਿਆ ਵੇਖ ਲਾ ਬੰਟੀ ਮੇਰੀਆਂ ਕੁੜੀਆਂ ਨੇ ਤਾਂ ਫਰੌਡ ਜਵਾਈ ਲੱਭੇ ਸੀ ਪਰ ਤੇਰੀ ਭੈਣ ਦੇ ਕਰੈਕਟਰ ਲੈਸ ਲੱਭਿਆ ਨਹੀਂ ਨਹੀਂ ਅੰਕਲ ਟਿੰਕੂ ਕਰੈਕਟਰ ਲੈਸ ਨਹੀਂ ਆ ਇਹ ਤੋਂ ਗਲਤੀ ਨਾਲ ਆਂਟੀ ਦਾ ਹੱਥ ਫੜਿਆ ਗਿਆ ਕਿਉਂਕਿ ਇਹਨੂੰ ਦਿਸਦਾ ਨਹੀਂ ਆ ਹੈ ਇਹਨੂੰ ਦਿਸਦਾ ਨਹੀਂ ਵੀਰੇ ਕਾਜਲ ਤੂੰ ਵੀ ਮੇਰੇ ਨਾਲ ਧੋਖਾ ਕੀਤਾ ਸਾਰੇ ਧੋਖੇਬਾਜ਼ ਨੇ ਡੈਡੀ ਪਲੀਜ਼ ਮੇਰੀ ਗੱਲ ਤਾਂ ਸੁਣੋ ਅਸਲ ਤੁਹਾਨੂੰ ਅੱਜ ਆਪ ਸਾਰੀ ਸੱਚਾਈ ਦੱਸਣੀ ਸੀਗੀ ਕੀ ਸੱਚਾਈ ਦੱਸਣੀ ਸੀ ਤੂੰ ਮੈਨੂੰ ਓਏ ਮੈਨੂੰ ਇਹਨਾਂ ਦੇ ਹੈਂਡੀਕੈਪ ਹੋਣ ਤਾਂ ਕੋਈ ਪ੍ਰੋਬਲਮ ਨਹੀਂ ਪਰ ਮੈਨੂੰ ਦੁੱਖ ਇਸ ਗੱਲ ਦਾ ਕਿ ਸਿੱਧੂ ਨੂੰ ਬੁੱਧੂ ਕਿਸੇ ਬਗਾਨੇ ਨੇ ਨਹੀਂ ਉਹਨੂੰ ਆਪਣੇ ਖੂਨ ਨੇ ਬਣਾਇਆ ਆਪਣੇ ਬਾਪ ਨਾਲ ਹੀ ਝੂਠ ਬੋਲਿਆ ਤੇ ਤੁਸੀਂ ਤੁਸੀਂ ਕੀ ਸਮਝੋਗੇ ਜਦੋਂ ਕੋਈ ਜਵਾਨ ਧੀਆਂ ਦਾ ਬਾਪ ਕਿਸੇ ਓਪਰੇ ਮੁੰਡਿਆਂ ਨੂੰ ਆਪਣੇ ਘਰ ਦੇ ਵਿੱਚ ਰਹਿਣ ਦੀ ਆਗਿਆ ਦਿੰਦਾ ਨਾ ਤਾਂ ਇਸ ਵਿਸ਼ਵਾਸ ਨਾਲ ਦਿੰਦਾ ਕਿ ਮੁੰਡੇ ਇਸ ਘਰ ਦੀ ਇੱਜ਼ਤ ਦੀ ਰਾਖੀ ਕਰਨਗੇ ਪਰ ਤੁਸੀਂ ਤੁਸੀਂ ਤਾਂ ਵਿਸ਼ਵਾਸ ਦੇ ਵੀ ਲਾਇਕ ਨਹੀਂ ਆਈ ਐਮ ਸੋਰੀ ਟੂ ਸੇ ਬਰਾੜ ਸਾਹਿਬ ਹੈ ਤੇ ਗੁਸਤਾਖੀ ਪਰ ਇਹ ਜੇ ਜਵਾਕ ਕਿਸੇ ਦੇ ਜਵਾਈ ਤਾਂ ਕੀ ਕਿਸੇ ਦੀ ਔਲਾਦ ਬਣਨ ਦੇ ਵੀ ਕਾਬਲ ਨਹੀਂ ਤੇ ਰੱਬ ਨੇ ਤੁਹਾਨੂੰ ਅਨਾਥ ਰੱਖਿਆ ਨਾ ਤਾਂ ਇਹ ਸਜ਼ਾ ਵੀ ਉਹਨੇ ਤੁਹਾਨੂੰ ਕੁਛ ਨਾ ਕੁਛ ਸੋਚ ਕੇ ਦਿੱਤੀ ਹੋਣੀ ਹੈ ਬਰਾੜ ਸਾਹਿਬ ਲੈ ਜਾਓ ਇਹਨਾਂ ਨੂੰ ਇੱਥੋਂ ਚਲੋ ਅੰਕਲ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਨੂੰ ਚੂਰ ਤੋਂ ਸਖਤ ਨਫ਼ਰਤ ਹੈ
जुर्म दिल नू तू बेजुर्म दिल नू तू दे दित्ती की सजा बेजुर्म दिल नू तू दे दित्ती की सजा हुण तां तू दस दे मैनू दस दे मैनू हुण तां तू दस दे मैनू की है तेरी रजा की है तेरी रजा बेजुर्म दिल नू तू दे दित्ती की सजा दे दित्ती की सजा कसूर दिल दा मैं नहीं जानिया हथां दियां लीकां विच की कौन पहचानिया की है कसूर दिल दा मैं नहीं जानिया हथां दियां लीकां विच की कौन पहचानिया दुनिया दी उलझियां रस्मां मैनू ए सिखाउंदियां खुशियां दी रुत विच हुंदी गम दी फजा बेजुर्म दिल नू तू दे दित्ती की सजा दे दित्ती की सजा दर्दे जुदाई वाला तेनू है की पता हो गया जे प्यार सानू साड़ी है की खता दर्दे जुदाई वाला तेनू है की पता हो गया जे प्यार सानू साड़ी है की खता कादिये जिंदगानी टुकड़िया च जीरिया ए जिंदगी तो चंगी लगती कजा बेजुर्म दिल नू तू दे दित्ती की सजा दे दित्ती की सजा हेलो मुकट बतांग 59 ला लै वो मैं ब्याह वास्ते किराए ते तलवार ली सी वो मोड़नी उथे ओ टिंकू दुकान ते बंद आ बंद पई है हां फिर अपन नु इथे वेट करनी पैनी है ओए आई ई आया फ्लाइट दा टाइम हो गया फ्लाइट लंग जानी है फिर ऐ करो तलवार इथे रख दो आप ही चक लेंगे हो
ਗਿਲ ਨੋ 11 ਲੱਖ ਰਿੰਗੜ ਨੇ ਪੂਰੇ 20 ਕਰੋੜ ਰੁਪਏ ਤੁਸੀਂ ਵੀ ਜ਼ਰਾ ਤਲਵਾਰ ਚੈੱਕ ਕਰ ਲਓ ਹਾਂਜੀ ਹਾਂਜੀ ਇਹ ਬੈਤਿਓ ਬੰਤਰ ਦਿੱਤਾ ਮੇਰੇ ਹਿੱਤਾਂ ਤਾਂ ਦੇ ਦੇ ਘਰੇ ਜਾ ਕੇ ਦੇ ਦੂੰ ਮੈਂ ਭੱਜਿਆ ਜਾਣਾ ਤੇਰਾ 6 ਕਰੋੜ ਰੁਪਇਆ ਬਣਦਾ ਪਰ ਇੰਨੇ ਪੈਸੇ ਤਾਂ ਕਰੇਗਾ ਕੀ ਆਪਣੀ ਜ਼ੁਬਾਨ ਠੀਕ ਤਰ੍ਹਾਂ ਮੰਦਾ ਜ਼ੁਬਾਨ 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 ਬਾਅਦ 'ਚ ਠੀਕ ਕਰਾਇਓ ਪਹਿਲਾਂ ਆਪਣਾ ਦਿਮਾਗ ਠੀਕ ਕਰਾ ਲਓ ਕੀ ਹੋਇਆ ਸੂਤ ਸਾਹਿਬ ਇਹੋ ਜਿਹੀਆਂ ਤਲਵਾਰਾਂ ਪਟਿਆਲਾ ਬਾਜ਼ਾਰ 'ਚ 500 ਰੁਪਏ 'ਚ ਮਿਲਦੀਆਂ ਓਹੋ ਮਿਲਦੀਆਂ ਹੁੰਦੀਆਂ ਪਰ ਇੱਥੇ ਮਹਿੰਗਾਈ ਬਹੁਤ ਹੈ ਇਹ ਧਰਤੇ ਵੀ ਤਰੋੜਦੀ ਹੈ ਦਵਾਣਾ ਸਾਹਿਬ ਇਹ ਉਹ ਤਲਵਾਰ ਹੀ ਨਹੀਂ ਜਿਹਦੀ ਫੋਟੋ ਅਖਬਾਰ 'ਚ ਛਪੀ ਹੈ ਲਿਆਓ ਫੜਾਓ ਸਾਡਾ ਬੈਗ ਤਲਵਾਰ ਕਿੱਥੇ ਦੱਸ ਆ ਖੂੰਡਾ ਵਾ ਹੱਥ 'ਚ ਤਲਵਾਰ ਹੀ ਆ ਓਏ 20 ਕਰੋੜ ਰੁਪਏ ਵਾਲੀ ਤਲਵਾਰ ਪੁੱਛ ਰਿਹਾ ਉਹ ਛੇਤੀ ਦੱਸ ਦੇ 20 ਕਰੋੜ ਵਾਲੀ ਕਿੱਥੇ ਹੈ ਤਲਵਾਰ ਬੋਲ ਕਿੱਥੇ ਤਲਵਾਰ ਟੁਆਲਟ 'ਚ ਪਈ ਆ ਉੱਥੇ ਤਾਂ ਇਹ ਬੇਇੱਜ਼ਤੀ 500 ਰੁਪਏ ਦੀ ਮੈਂ ਤੈ ਦੀ ਥਿਰਪ ਉਹ ਤੂੰ ਤਾਂ ਤੁਹਾਡੇ ਜਲੂਤੀ ਤੜਾਤਾ ਹੋਏ ਛੇਤੀ ਦੱਸ ਛੇਤੀ ਮੈਨੂੰ ਜਿੱਦੀ ਮਰਜ਼ੀ ਕਸਮ ਖਿਲਾ ਦੋ ਮੈਂ ਆਪਣੇ ਹੱਥਾਂ ਨਾਲ ਟੁਆਲਟ 'ਚ ਰੱਖੀ ਆ ਇਹਨੇ ਏਦਾਂ ਨਹੀਂ ਮੰਨਣਾ ਚੱਕ ਲਓ ਸਾਰੇ ਨੂੰ ਚੱਠ ਟਵਾਣਾ ਤੂੰ ਠੀਕ ਨਹੀਂ ਕਰ ਰਿਹਾ ਚੱਲ ਚੱਲ ਠੀਕ ਨਹੀਂ ਕਰ ਰਿਹਾ ਚੱਲ ਚੱਲ ਤੂੰ ਪਛਤਾਏਗਾ ਓਏ ਇਹਨੂੰ ਵੀ ਚੱਤ ਲਓ ਮੈਂ ਤਾਂ ਜੀ ਕਸਟਮਰ ਆ ਇੱਥੇ ਸਮਾਨ ਲੈਣ ਆਇਆ ਸੀ ਤੈਨੂੰ ਸਮਾਨ ਮੈਂ ਦਵਾਉਂਗਾ ਚੱਲ ਉੱਥੇ ਸੇਲ ਲੱਗੀ ਆ ਮਾਸੜ ਜੀ ਮੈਂ ਜਾ ਕੇ ਦੱਸ ਦਿੰਦਾ ਕਰਾਂ ਹੈਲੋ ਟਿੰਕੂ ਸਿੱਧੂ ਅੰਕਲ ਤੇ ਵੀਰੇ ਨੂੰ ਨਾ ਕੁਝ ਗੁੰਡੇ ਚੱਕ ਕੇ ਲੈ ਗਿਆ ਪਤਾ ਨਹੀਂ ਕੋਈ ਪੁਰਾਣੀ ਤਲਵਾਰ ਦਾ ਮਸਲਾ ਵਾ ਐਕਚੁਅਲੀ ਅੰਕਲ ਨੇ ਆਪਣੀ 20 ਕਰੋੜ ਦੀ ਤਲਵਾਰ ਟਾਇਲਟ 'ਚ ਰੱਖਤੀ ਸੀ ਪਤਾ ਨਹੀਂ ਕੋਈ ਚੱਕ ਕੇ ਨਕਲੀ ਕਿੱਦਾਂ ਰੱਖ ਗਿਆ ਇਹਦਾ ਮਤਲਬ ਅੱਜ ਕੱਲ ਟਾਇਲਟ 'ਚ ਵੀ ਚੀਜ਼ਾਂ ਸੇਫ ਨਹੀਂ ਹੈਗੀਆਂ ਇੱਕ ਮਿੰਟ ਟਿੰਕੂ ਵਿਆਹ ਵਾਲੇ ਦਿਨ ਜਦ ਤੂੰ ਟਾਇਲਟ 'ਚ ਗਿਆ ਸੀ ਕਿਤੇ ਤੂੰ ਗਲਤੀ ਨਾਲ ਦੂਜੀ ਤਲਵਾਰ ਤੇ ਚੱਕ ਲਿਆ ਜੇ ਇੰਨਾ ਹੀ ਦਿਖਦਾ ਹੁੰਦਾ ਫੇਰ ਦੱਸ ਧੱਕੇ ਮਾਰ ਕੇ ਕਿਉਂ ਕੱਢਦੇ ਮੈਨੂੰ ਯਾਨੀ ਕਿ ਉਹੀ ਹੋਇਆ ਹੋਣਾ ਹੁਣ ਦੇਖ ਟਿੰਕੂ ਤੂੰ ਅਸਲੀ ਤਲਵਾਰ ਲੈ ਕੇ ਅੰਕਲ ਤੇ ਵੀਰੇ ਨੂੰ ਬਚਾ ਲਿਆ ਚਲੋ ਕੀ ਹੋਇਆ ਕੀ ਯਾਰ ਤਲਵਾਰ ਤੇ ਨਹੀਂ ਇੱਥੇ ਹੇ ਵੇਅਰ ਇਜ਼ ਦੈਟ ਸਵਾਰਡ ਇਨ ਦੈਟ ਗਾਰਬੇਜ ਟਰੱਕ ਜਾਣਾ ਕਿੱਥੇ ਆ ਹੈ ਕਹਿੰਦਾ ਇੱਧਰ ਜਾਣਾ ਹੈ ਇਹ ਆ ਤਿੱਦੂ ਤੂੰ ਤਰ ਤਰ ਤੈਨੂੰ ਉੱਪਰ ਟੌਪ ਫਲੋਰ ਤੇ ਨਹੀਂ ਬੰਨਿਆ ਬੌਸ ਮੁੰਡੇ ਆ ਗਏ ਇਹ ਦੰਦੀ ਤਮਿਲ ਤੇ ਤੂੰ ਆ ਰਹੀ ਹੈ ਟਰੱਕ ਚੋਂ ਹਾਂ ਬਈ ਧੜ ਚੋਂ ਟਵਾਣਾ ਕੌਣ ਆ ਮੈਂ ਟਵਾਣਾ ਦੱਸ ਉਹ ਬਕਵਾਸ ਬੰਦ ਕਰ ਟਵਾਣੇ ਨੂੰ ਭੇਜ ਓਏ ਆਈ ਆ ਇਹੀ ਆ ਹਾਂ ਉਹ ਟਵਾਣਾ ਤੇਰੀ ਤਲਵਾਰ ਲੈ ਆਇਆ ਅੰਕਲ ਨੂੰ ਛੱਡ ਦੇ ਠੀਕ ਹੈ ਤਲਵਾਰ ਦੇ ਜਾ ਤੇ ਅੰਕਲ ਨੂੰ ਲੈ ਜਾ ਤਲਵਾਰ ਪਿੱਛੇ ਕੂੜੇ 'ਚ ਪਈ ਹੈ ਆ ਕੇ ਚੱਕ ਲੈ ਠੀਕ ਹੈ ਫਿਰ ਤੇਰੇ ਅੰਕਲ ਨੂੰ ਵੀ ਤੂੜੇ 'ਚ ਪਾ ਦਿੰਦੇ ਆ ਲੱਭ ਲਿਓ ਡਨ ਚੁੱਪ ਕਰ ਉਹ ਬੰਟੀ ਵੇਖ ਲਿਆ ਇਹ ਸਾਲੇ ਮੁੰਡੇ ਮੈਨੂੰ ਕੂੜੇ 'ਚ ਪਾਉਣ ਨੂੰ ਫਿਰਦੇ ਆ ਇਹਨਾਂ ਨਾਲ ਤਾਂ ਤੂੰ ਹੀ ਚੰਗਾ ਸੀ ਮੇਰੀ ਕੁੜੀਆਂ ਲਈ ਫਿਰ ਸੋਚਦੇ ਕਿਉਂ ਇੱਥੋਂ ਛੁੱਟਦੇ ਹੀ ਵਿਆਹ ਕਰ ਦੋ ਸਾਡਾ ਕਰਤਾ ਦਿਆਂ ਲੋਕਾਂ ਨੂੰ ਕੀ ਜਵਾਬ ਦਊਂਗਾ ਜਦੋਂ ਪੁੱਛਣਗੇ ਕਿ ਬਰਾਤ ਕਿੱਥੋਂ ਆਈ ਆ ਕੀ ਕਹੂੰਗਾ ਉੱਤੋਂ ਥੱਲੇ ਆਈ ਆ ਉਹ ਵੀ ਇਕਨੋਮੀ ਕਲਾਸ ਪੌੜੀਆਂ ਰਹੀ ਟਵਾਣਾ ਸਾਹਿਬ ਮੇਰਾ ਵਿਸ਼ਵਾਸ ਕਰੋ ਤਲਵਾਰ ਪਿੱਛੇ ਕੂੜੇ 'ਚ ਹੀ ਹੈ ਠੀਕ ਹੈ ਤੂੰ ਵਿਸ਼ਵਾਸ ਪਾਤਰ ਲੱਗਦਾ ਹੈ ਇਹ ਦੋਨੋਂ ਤੇ ਬੇਈਮਾਨ ਨਿਕਲੇ ਕਹਿ ਕੇ ਕੁਝ ਗਏ ਸੀ ਤੇ ਨਿਕਲੇ ਕੁਝ ਕੀ ਫਿਰ ਹਿੱਤ ਤਮ ਤਰ ਇਹਨਾਂ ਨੂੰ ਥੱਲੇ ਲਾ ਤੇ ਤਰਤ ਲੈ ਤੇ ਇੱਧਰ ਆ ਜਾ ਤੇ ਆਪਣੇ ਅੰਤਰ ਨੂੰ ਲੈ ਜਾ ਓਏ ਕੀ ਨੂੰ ਟਰੱਕ ਚਲਾਉਣ ਨੂੰ ਕਹਤਾ ਇਹ ਤਾਂ ਤੂੰ ਤਰ ਨਹੀਂ ਤਾਂ ਢੋਲੀ ਮਾਰ ਦਾਂਦਾ ਤੇਰੇ ਤਰਤ ਲੈ ਤੇ ਇੱਧਰ ਆ ਹੁਣ ਤਾਂ ਮੈਨੂੰ ਹੀ ਜਾਣਾ ਪੈਣਾ ਨਹੀਂ ਤਾਂ ਇਹਨਾਂ ਨੇ ਅੰਕਲ ਮਾਰ ਦੇਣਾ ਓਏ ਆਏ ਆ ਇਹ ਤੂੰ ਸਾਰੇ ਮਾਰ ਦੇਣੇ ਕੀ ਹੋਇਆ ਕੀ ਆ ਏ ਆ ਆ ਓਏ 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 ਕੀ ਕਰੀ ਜਾਂਦਾ ਓਏ
ਕੀ ਹੋਇਆ ਫੜਿਆ ਇਹਨੂੰ ਥੱਲੇ ਉੱਤਰ ਥੱਲੇ ਇੱਕ ਮਿੰਟ ਇੱਕ ਮਿੰਟ ਮਾਰ ਲਈ ਤੇ ਉਹ ਟਿੰਕੂ ਮਾਰ ਲਈ ਗੱਲ ਤੇ ਬਾਹਰ ਹੁਣ ਮੇਰੀ ਗੱਲ ਸੁਣ ਓਏ ਮੈਂ ਗੱਲ ਉਹ ਕਹਿੰਦਾ ਮੈਨੂੰ ਉਹ ਨਹੀਂ ਤਾਂ ਅੱਜ ਮੈਂ ਸਾਰਾ ਨੂੰ ਨੇ ਮਾਰ ਕੁੱਟੂਗਾ ਓਏ ਤੂੰ ਮੈਨੂੰ ਸੁੱਟ ਲੈ ਜਾ ਤੂੰ ਆ ਰਸ ਤੇਰੀ ਹਮ ਦੋ ਕੀ ਹੋ ਗਿਆ ਤੁਹਾਡੇ ਹੁਣ ਮੈਂ ਤੈਨੂੰ ਚੱਤਾ ਤੇ ਤਲਵਾਰ ਚੱਤਾ ਇੱਧਰ ਆ ਓਏ ਤਲਵਾਰ ਪੁੱਛ ਮਾਰ ਕਿੱਥੇ ਤਲਵਾਰ ਦੇ ਤੇ ਇੱਧਰ ਤੋਂ ਮੈਨੂੰ ਕੀ ਪਤਾ ਹੈ ਬੋਲ ਕਿੱਥੇ ਤੇਰਾ ਮੋਬਾਈਲ ਕਿੱਥੇ ਮੇਰਾ ਮੋਬਾਈਲ ਤਾਂ ਤੁਸੀਂ ਆਉਂਦੇ ਨੇ ਕੱਢ ਲਿਆ ਸੀ ਹੁਣ ਉਹ ਮੋਬਾਈਲ ਨਹੀਂ ਰਹਿ ਗਿਆ ਹੈ ਓਏ ਆਦੇਤ ਆਦੇਤ ਇਹ ਟੀ ਬਣ ਗਿਆ ਹੈ ਮੋਬਾਈਲ ਬੰਬ ਜਿਵੇਂ ਕਿਸੇ ਦਾ ਫੋਨ ਆ ਇਹਨੇ ਫਟ ਜਾਣਾ ਜੇ ਕਿਸੇ ਦਾ ਮੈਸੇਜ ਆਇਆ ਤਾਂ ਵੀ ਫਟੂਗਾ ਮੈਨੂੰ ਤਾਂ ਉਹਦੇ ਵੀ ਦੋ ਦੋ ਮਿੰਟ ਬਾਅਦ ਨੇ ਕੀ ਗੱਲ ਤੁਸੀਂ ਕੋਈ ਗੰਦਾ ਗਰੁੱਪ ਜੁਆਇਨ ਕੀਤਾ ਉਹ ਤਾਂ ਬਕਵਾਸ ਬੰਦ ਕਰ ਓ ਚੁੱਪ ਕਰ ਅਸੀਂ ਤਲਵਾਰ ਲੱਭਣ ਚੱਲੇ ਆ ਜੇ ਤਲਵਾਰ ਨਾ ਮਿਲੀ ਤੇ ਥੱਲੇ ਜਾ ਕੇ ਅਸੀਂ ਤੁਹਾਨੂੰ ਫੋਨ ਕਰਨਾ ਉੰਜ ਭਾਵੇਂ ਸਾਰੀ ਉਮਰ ਸਾਲਾ ਨੇ ਮਿਸ ਕਰਨਾ ਮਾਰੀਆਂ ਹੁਣ ਹੁਣ ਜਾਂਦਾ ਹੀ ਫੋਨ ਕਰੂੰ ਇਹ ਮਿੱਤ ਤਾਲ ਦੇ ਵੀ ਫਟ ਜਾਏ ਦਾ ਤਲਵਾਰ ਹੁਣ ਚਲੋ 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 ਟਿੰਕੂ ਉਹ ਤੂੰ ਰੋਕੀ ਦੀਆਂ ਅੱਖਾਂ ਤੇਲ ਪਾਤਾ ਜਾਂ ਪਾਣੀ ਲੈ ਕੇ ਆ ਦੀਆਂ ਅੱਖਾਂ ਚ ਪਾਈਏ ਉਹ ਮੈਨੂੰ ਦੇਖਦਾ ਨੀ ਜਾ ਕੇ ਤੂੰ ਲੈ ਕੇ ਆ ਜਾ ਹਾਏ ਰੋ ਬਾਕੀ ਇਹਦਾ ਯਾਰ ਤੇਰੇ ਵਰਗਾ ਨਾ ਹੋਵੇ ਉਹ ਓਏ ਹਾਂ ਗੂਗਾ ਹੋਵੇ ਉਹ ਸਾਲੇ ਉਹ ਤੁਹਾਡੇ ਪਿਓ ਮੇਰੇ ਬੰਬ ਲਾ ਗਏ ਇਹਨਾਂ ਨੇ ਨਿਕੰਮੇ ਨੇ ਕੀ ਕਰਨਾ ਤੁਸੀਂ ਮੈਨੂੰ ਖੋਲੋ ਮੈਂ ਹੀ ਕਰਦਾ ਕੁਛ ਉਹ ਸਾਲੇ ਤੈਨੂੰ ਕਿੱਥੋਂ ਖੋਲ ਟੁੱਪੀ ਤਾਂ ਜੇ ਸਾਰਾ ਆਇਆ ਓਏ 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 ਉਧਰ ਕਿਹੜਾ ਤੇਰਾ ਨਵਾਂ ਪਿਓ ਆ ਸਾਲੇ ਬੰਬ ਤਾਂ ਇੱਧਰ ਲੱਗਿਆ ਹਾਈ ਦੰਗਲ ਜੇ ਕੀ ਕਰੀ ਜਾਂਦਾ ਅੰਕਲ ਜੀ ਇੱਥੇ ਠੰਡਾ ਪਾਣੀ ਕਿੱਥੇ ਮਿਲੂਗਾ ਮੈਂ ਇੱਥੇ ਛਬੀਲ ਲਈ ਆ ਉਹ ਤੁਹਾਡੇ ਪਿਓ ਤੇ ਗਰਮ ਗਰਮ ਬੰਬ ਫਿੱਟ ਕਰਕੇ ਸਾਲਾ ਕਹਿੰਦਾ ਠੰਡਾ ਪਾਣੀ ਕਿੱਥੇ ਆ ਥੋੜਾ ਉੱਚੀ ਬੋਲੋ ਦੂਰੋਂ ਸੁਣ ਨਹੀਂ ਰਿਹਾ ਕੁਝ ਹਾਏ ਰੱਬਾ ਇੱਕ ਮਿੰਟ ਲਈ ਇਹਦੇ ਕੰਨ ਠੀਕ ਕਰ ਦੇ ਓਏ ਬੰਬ ਅੰਬ ਓਏ ਇਹਦੇ ਤਾਂ ਕੰਨ ਠੀਕ ਨਹੀਂ ਕੀਤੇ ਤੂੰ ਮੈਨੂੰ ਐ ਬੋਲਾ ਕਰ ਦੇ ਉਹ ਅਸੀਂ ਇੱਥੇ ਮੁਸ਼ਕਿਲ 'ਚ ਪਏ ਆ ਤੁਹਾਨੂੰ ਅੰਬਾਂ ਦੀ ਪਈ ਆ ਉਹ ਅਸੀਂ ਅੰਬ ਲੈਣੇ ਹੋ ਜੇ ਅੰਕਲ ਤੋਂ ਸਾਲਿਆ ਉਹ ਤੁਹਾਡੇ ਪਿਓ ਤੇ ਬੰਬ ਫਿੱਟ ਕਰ ਗਏ ਅੱਛਾ ਝੰਬ ਹੁਣੇ ਝੰਬ ਦੇ ਉਹਨਾਂ ਨੂੰ ਜਾ ਕੇ ਕੁੜੇ ਕਿੱਧਰ ਨੂੰ ਚੱਲਿਆ ਮੈਨੂੰ ਦੱਸ ਕੇ ਚੱਲਿਆ ਬਸ ਉਹ ਟਿੰਕੂ ਉਹ ਟਿੰਕੂ ਉਹ ਅੰਕਲ ਕਹਿੰਦੇ ਆ ਦੋਵਾਂ ਬਦਮਾਸ਼ਾਂ ਨੂੰ ਝੰਬਣਾ ਇਹੋ ਮੌਕਾ ਆਪਣੀ ਇਮੇਜ ਠੀਕ ਕਰਨ ਦਾ ਬਿਲਕੁਲ ਠੀਕ ਹੈ ਇਹਦੀਆਂ ਅੱਖਾਂ ਬਾਅਦ 'ਚ ਠੀਕ ਕਰ ਲਾਂਗੇ ਪਹਿਲਾਂ ਆਪਾਂ ਆਪਦੀ ਇਮੇਜ ਠੀਕ ਕਰੀਏ ਚੁੱਪ ਕਿਸੇ ਗੱਲ ਤੇ ਹਾਂ ਵੀ ਕਹਿ ਦਿਆ ਕਰ ਮੈਨੂੰ ਚੱਲ ਪਾ ਨਾਲ ਚਲੋ ਇੱਧਰ ਕਿੱਧਰ ਚੱਲਿਆ ਉਹ ਕਿੱਧਰ ਡਿੱਗੀ ਫਿਰਦਾ ਜਲਦੀ ਚੱਲ ਪਚਲਾ ਪਚਲਾ ਓਏ ਆ ਜਾ ਮਗਰ ਹੀ ਆਉਂਦੇ ਹੋਣੇ
आवाज आउंदी है पैरों दी मैं लगदा मगरी ने आ जा आ जा अच्छा छिटी आ जा ओए 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 दो छोड़ दे ओए 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 आपस से जफियां पाई फिर दे जो उन्होंने फड़ लो यार सिकंदर एक गल दस यार असी भज क्यों रहे हां साडे कोल ते तलवार है हां कड़ तलवार ते दिखा इनां नूं दो दो हाथ यार तू मैनूं तू तो दादा ही तब्द रहे है मैं तेरा दत्ता ठेड़दा रहे है जेड़ा तलवार तलावा तू बात पद चल ठहर 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 मैं कर दा मैं तेनू कर दा मैं तेनू ओ दित्ते पतवा दित्ता मैनू ओ चुप कर मैं कर दा तेनू तड फिर छेती तड छेती तड मैनू लगता मैं अंधा रामलीला वाला तोरी तोरी मैं तदना मैं तदना चल ना गल सुन ये तलवार उदो तक सिद्धू साहब नु नहीं देनी जदों तक रिश्ते लई मन नहीं जाते ठीक है मन गए तो ठीक है नहीं तो उन्होंने पता ही है फिर आप बड़ी देने पर चक्कर ऑफलाइन मोड ते कर देना कॉल आनी नहीं पासवर्ड की आ छणकाटा भाई अंकल झिड़का बाद च मार लियो पहला पासवर्ड दस दो छणकाटा भाई हां दसता की हां पायल खान खान शाहरुख खान यस बॉस चूड़ी बजी रे कहीं दूर चन 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 चूड़ी बंद करो नाच गाना इतने मुंडा जमया जब मैं किस स्टेप ले लेना इतने किस तक कख नहीं देना चन 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 कर ले चाकू वड्या हिंदी काटा चन काटा चन काटा पासवर्ड पुतोके वॉल्यूम चार शर्म करो साले सोरा थोड़ा बंब दी एडवांस स्टेज दिया थोड़ा झूमर सोचते हैं मेरा टोल पम्मी भाई मेरे फेवरेट सिंगर अच्छा पम्मी अड भाई अड पम्मी भाई भाई छणकाटा भाई छणकाटा भाई पास उठा देख ले बजले मैं पारा C H H A छणकाटा भाई
ते आ हो गया ऑफलाइन मोड। ऑफलाइन मोड कॉल आनी नहीं ते बम फटना नहीं, डरना नहीं। आया आया बच गए तेने बुलाया। डैडी वीरे डैडी वीरे तुसी ठीक हो तुसी ਤੁਸੀਂ ਸੋਚਦੇ ਤਾਂ ਹੋਵੋਗੇ ਕਿ ਸਟੋਰੀ ਦੀ ਪ੍ਰੋਪਰ ਹੈਪੀ ਐਂਡਿੰਗ ਨਹੀਂ ਹੋਈ। ਸਿੱਧੂ ਸਾਹਿਬ ਵਿਆਹ ਲਈ ਮੰਨ ਗਏ ਹੋਣੇ ਕਿ ਨਹੀਂ? ਓਏ ਸਿੱਧੂ ਸਾਹਿਬ ਨੇ ਇਹਨਾਂ ਅਨਾਥ ਬੱਚਿਆਂ ਨੂੰ ਇਹ ਕਹਿ ਕੇ ਆਪਣੇ ਬੱਚੇ ਬਣਾ ਲਿਆ ਕਿ ਇਨਸਾਨ ਸਿਰਫ ਸੋਚ ਤੋਂ ਹੈਂਡੀਕੈਪਡ ਹੁੰਦਾ, ਸਰੀਰ ਤੋਂ ਨਹੀਂ। ਲਓ ਜੀ ਅਖੀਰ 'ਚ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ। ਸੋਨੀਆ ਦਾ ਵਿਕਰਮ ਨਾਲ, ਜੈਸੀਕਾ ਦਾ ਰੌਕੀ ਨਾਲ ਅਤੇ ਕਾਜਲ ਦਾ ਟਿੰਕੂ ਨਾਲ ਉਹੀ ਸਿਆਪਾ ਖੜਾ ਹੋ ਗਿਆ ਜਿਹੜਾ ਅੱਜ ਤੋਂ 25 ਵਰ੍ਹੇ ਪਹਿਲਾਂ ਮੇਰਾ ਮੇਰੀ ਘਰਵਾਲੀ ਨਾਲ ਹੋਇਆ ਸੀ, ਜਾਣੀ ਕਿ ਸਾਰਿਆਂ ਦਾ ਵਿਆਹ ਹੋ ਗਿਆ। ਹਾਂ ਸੱਚ ਇੱਕ ਗੱਲ ਹੋਰ, ਉਸ ਅੰਟੀਕ ਤਲਵਾਰ ਤੋਂ ਸਿੱਧੂ ਪਰਿਵਾਰ ਨੇ ਜੋ ਪੈਸਾ ਕਮਾਇਆ ਉਹ ਇਹਨਾਂ ਮੁੰਡਿਆਂ ਹੱਥ ਫੜਾਇਆ, ਪਰ ਮੁੰਡਿਆਂ ਨੇ ਉਹ ਪੈਸਾ ਆਪਣੇ 'ਤੇ ਨਹੀਂ ਹੰਢਾਇਆ ਬਲਕਿ ਅਨਾਥ ਅਤੇ ਹੈਂਡੀਕੈਪਡ ਬੱਚਿਆਂ ਦੀ ਭਲਾਈ 'ਤੇ ਲਗਾਇਆ। ਬਸ ਮੁੰਡਿਆਂ ਨੇ ਇਹੀ ਕਮਾਲ ਕਰ ਦਿਖਾਇਆ, ਇਹੀ ਕਮਾਲ ਕਰ ਦਿਖਾਇਆ। ਸਦੇ ਆਪ ਸੁਨੇ ਹਾਲਾ ਜਾਂਦੇ ਬਿਨ ਬੋਲੇ ਹਰਫ ਇਸ਼ਕ ਦੇ ਸਭ ਸਮਝਾ ਜਾਂਦੇ ਪਰਦੇ ਮਿਲਦੇ ਮਨ ਦੇ ਨਹੀਂ ਫੇਰ।